ਜੀ ਐਵੇਂ ਦੋਸਤੋ, ਪੰਜਾਬੀ ਮੰਚ ਲਾਈਵ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਅੱਜ ਅਮੈਰੀਕਾ ਵਿੱਚ ਸ਼ਨਿਚਰਵਾਰ ਹੈ ਅਤੇ ਹਿੰਦੁਸਤਾਨ ਵਿੱਚ ਐਤਵਾਰ ਹੋ ਚੁੱਕਾ ਹੈ। ਯੂਰਪ ਵਿੱਚ ਵੀ ਐਤਵਾਰ ਹੋ ਚੁੱਕਾ ਹੈ। ਅਮੈਰੀਕਾ ਵਿੱਚ ਰਾਤ ਦੇ 11:30 ਵੱਜ ਰਹੇ ਨੇ ਸ਼ਨਿਚਰਵਾਰ ਦੇ ਦਿਨ, ਅਤੇ ਇੰਡੀਆ ਵਿੱਚ ਇਸ ਵੇਲੇ ਅਮੈਰੀਕਾ ਵਿੱਚ 11 ਅਤੇ ਇੰਡੀਆ ਵਿੱਚ 11:30 ਸਵੇਰ ਦੇ ਵੱਜ ਰਹੇ ਨੇ। ਆਸਟ੍ਰੇਲੀਆ ਵਿੱਚ ਸ਼ਾਮ ਦਾ ਟਾਈਮ ਹੈ, ਉੱਥੇ ਵੀ ਐਤਵਾਰ ਹੀ ਹੈ, 4 ਵਜੇ ਨੇ ਉੱਥੇ। ਅਤੇ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ, ਇਹਦੇ ਵਿੱਚ ਅਸੀਂ ਪ੍ਰੋਗਰਾਮ ਦੇ ਵਿੱਚ ਵਿਚਾਰ ਵਟਾਂਦਰਾ ਜਿਸ ਵਿਸ਼ੇ 'ਤੇ ਕਰਨਾ ਹੈ, ਉਹ ਹੈ ਜਿਹੜਾ ਕਿ ਭਾਰਤ ਔਰ ਪਾਕਿਸਤਾਨ ਦਾ ਮੌਜੂਦਾ ਕ੍ਰਾਈਸਿਸ ਹੈ, ਜਿਹੜਾ ਸੰਕਟ ਹੈ ਇਸ ਵੇਲੇ, ਪ੍ਰੈਜੈਂਟ ਕ੍ਰਾਈਸਿਸ ਜਿਹੜਾ ਹੈ, ਉਹਦੇ ਬਾਰੇ ਅਸੀਂ ਥੋੜ੍ਹਾ ਵਿਚਾਰ ਵਟਾਂਦਰਾ ਕਰਾਂਗੇ, ਥੋੜ੍ਹੀ ਡਿਸਕਸ਼ਨ ਉਹਦੇ ਬਾਰੇ ਕੀਤੀ ਜਾਊਗੀ। ਪਿਛਲੇ ਹਫ਼ਤੇ ਅਸੀਂ ਇਹਦੀ ਅਨਾਊਂਸਮੈਂਟ ਕਰ ਦਿੱਤੀ ਸੀ, ਕਿਉਂਕਿ ਇਸ ਵੇਲੇ ਇਹ ਕਾਫੀ ਭੱਖ ਦਾ ਮਸਲਾ ਹੈ, ਇਸ ਕਰਕੇ ਇਹਦੇ 'ਤੇ ਗੱਲਬਾਤ ਕਰਨੀ ਅਸੀਂ ਸਮਝਦੇ ਹਾਂ ਕਿ ਜ਼ਰੂਰੀ ਹੈ, ਕਿ ਇਹਨੂੰ ਅੱਖੋਂ ਪਰੋਕੇ ਨਹੀਂ ਕੀਤਾ ਜਾ ਸਕਦਾ। ਵੈਸੇ ਤਾਂ ਸਾਡੇ ਇੱਥੇ ਆਪਣੇ ਮੁਲਕ ਦੇ ਵਿੱਚ ਵੀ ਜਿਹੜੇ ਭੱਖ ਦੇ ਮਸਲੇ ਨੇ, ਰੋਜ਼ ਹੀ ਕੋਈ ਨਵੇਂ ਤੋਂ ਨਵੀਂ ਗੱਲ ਨਿਕਲ ਆਉਂਦੀ ਹੈ। ਕੱਲ੍ਹ ਨੂੰ ਇਸੇ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੈ, ਉਸ ਤੋਂ ਪਹਿਲਾਂ ਕਾਫੀ ਭੱਖ ਦੇ ਮਸਲੇ ਨਿਕਲ ਆਏ ਨੇ। ਅਤੇ ਲੇਕਿਨ ਕਿਉਂਕਿ ਪ੍ਰੋਗਰਾਮ ਪੰਜਾਬੀ ਦਾ ਹੈ, ਇਹਦੇ ਵਿੱਚ ਅਸੀਂ ਜ਼ਿਆਦਾ ਪੰਜਾਬ ਦੇ ਮਸਲਿਆਂ ਦੀ ਹੀ ਗੱਲ ਕਰਦੇ ਹਾਂ, ਪੰਜਾਬੀਆਂ ਦੇ ਨਾਲ ਸੰਬੰਧਿਤ, ਪੰਜਾਬੀ ਕਲਚਰ ਨਾਲ ਸੰਬੰਧਿਤ। ਇਸ ਵੇਲੇ ਖਾਸ ਕਰਕੇ ਜਿਹੜੀ ਇਹ ਗੱਲਬਾਤ ਹੈ, ਇਹ ਦੋਹਾਂ ਪੰਜਾਬਾਂ ਦੇ ਨਾਲ ਸੰਬੰਧਿਤ ਹੈ, ਈਸਟ ਪੰਜਾਬ ਅਤੇ ਵੈਸਟ ਪੰਜਾਬ, ਪੂਰਬੀ ਪੰਜਾਬ ਜਿਹੜਾ ਕਿ ਭਾਰਤ ਵਿੱਚ ਹੈ, ਅਤੇ ਪੱਛਮੀ ਪੰਜਾਬ ਜਿਹੜਾ ਕਿ ਪਾਕਿਸਤਾਨ ਵਿੱਚ ਹੈ, ਜਿਹਨੂੰ ਅਸੀਂ ਚੜ੍ਹਦਾ ਅਤੇ ਲਹਿੰਦਾ ਪੰਜਾਬ ਵੀ ਕਈ ਵਾਰ ਕਹਿ ਦਿੰਦੇ ਹਾਂ। ਅਤੇ ਕਿਉਂਕਿ ਇਹ ਸਾਰੀ ਪੰਜਾਬ ਦੀ ਗੱਲ ਹੈ, ਸਾਰਾ ਸੰਕਟ ਵੀ ਜਿਹੜਾ ਹੈ, ਜੇ ਦੇਖਿਆ ਜਾਵੇ, ਇਹ ਪੰਜਾਬ ਦਾ ਹੀ ਸੰਕਟ ਹੈ। ਅਸੀਂ ਅੱਜ ਤੋਂ 2 ਹਫ਼ਤੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਨੁਕਸਾਨ ਸਾਰਾ ਇਹਦੇ 'ਚ ਜਿਹੜਾ ਹੈ ਪੰਜਾਬ ਦਾ ਹੀ ਹੋਣਾ। ਬੇਸ਼ੱਕ ਇੰਡੀਆ ਪਾਕਿਸਤਾਨ ਦੀ ਇਹਨੂੰ ਜੰਗ ਦਾ ਨਾਮ ਦਿੱਤਾ ਜਾ ਰਿਹਾ ਕਿ ਜੰਗ ਹੋਣ ਵਾਲੀ ਹੈ ਇੰਡੀਆ ਪਾਕਿਸਤਾਨ ਦੀ, ਪਰ ਜੰਗ ਉਹ ਇੰਡੀਆ ਪਾਕਿਸਤਾਨ ਦੀ ਕਹਿੰਦੀ ਹੈ, ਪੰਜਾਬਾਂ ਦੀ ਜੰਗ ਹੋਈ ਨਹੀਂ ਦਵਾਂ ਪੰਜਾਬਾਂ ਦੀ, ਅਤੇ ਉਹਨਾਂ ਦਾ ਹੀ ਸੱਤਿਆਨਾਸ਼ ਹੋਣਾ ਜ਼ਿਆਦਾ। ਅਤੇ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਕਿਹੋ ਜਿਹਾ ਮਸਲਾ ਹੈ, ਕਿਉਂਕਿ ਪਹਿਲਾਂ ਵੀ ਇਹ ਮਸਲਾ ਕਈ ਵਾਰ ਉੱਠ ਚੁੱਕਾ ਹੈ। ਪਹਿਲਾਂ ਵੀ 3 ਵਾਰੀ ਤੁਹਾਨੂੰ ਪਤਾ ਹੈ ਇੰਡੀਆ ਅਤੇ ਪਾਕਿਸਤਾਨ ਦੀ ਲੜਾਈ ਹੋ ਚੁੱਕੀ ਹੈ, ਅਤੇ ਲੜਾਈ ਦੇ ਅਸਾਰ ਫਿਰ ਦੁਬਾਰਾ ਬਣਦੇ ਜਾ ਰਹੇ ਨੇ। ਅਤੇ ਆਹ ਮੈਂ ਅੱਜ ਗੂਗਲ 'ਤੇ ਖਬਰਾਂ ਪੜ੍ਹ ਰਿਹਾ ਸੀ, ਅੱਜ ਕੋਈ ਹੁਣ ਖਬਰ ਕੱਢੀ ਸੀ ਜਿਹੜੀ ਕਿ ਸ਼੍ਰੀਲੰਕਾ ਗਾਰਡੀਅਨ ਹੈ, ਇਹਦੇ ਵਿੱਚ ਇੰਡੋ ਪਾਕ ਕ੍ਰਾਈਸਿਸ ਦੀ ਗੱਲ ਕੀਤੀ ਗਈ ਹੈ। ਇਹਦੇ ਵਿੱਚ ਵੀ ਕੋਈ ਵੀ ਗੂਗਲ ਖੋਲ੍ਹ ਕੇ ਤੁਸੀਂ ਦੇਖ ਲਓ, ਇਹਦੇ ਵਿੱਚ ਇੰਡੋ ਪਾਕ ਕ੍ਰਾਈਸਿਸ ਦੇ ਨਾਂ ਥੱਲੇ ਖੋਲ੍ਹ ਲਓ, ਤੁਸੀਂ ਬਹੁਤ ਸਾਰੇ ਤੁਹਾਨੂੰ ਆਰਟੀਕਲਸ, ਬਹੁਤ ਸਾਰੀਆਂ ਖਬਰਾਂ ਤੁਹਾਨੂੰ ਇਸ ਵਿਸ਼ੇ 'ਤੇ ਮਿਲ ਜਾਣਗੀਆਂ। ਇਹ ਜਿਹੜੀ ਹੈ ਬਿਲਕੁਲ ਲੇਟੈਸਟ ਹੈ, ਜਿਹੜੀ ਕਿ ਉਹਨਾਂ ਨੇ 8 ਅਕਤੂਬਰ ਨੂੰ, ਯਾਨੀ ਕਿ ਅੱਜ ਹੀ ਪੋਸਟ ਕੀਤੀ ਹੈ, ਜਿਹੜੀ ਕਿ ਸ਼੍ਰੀਲੰਕਾ ਗਾਰਡੀਅਨ ਦੀ ਹੈ। ਸੋ ਲੇਟੈਸਟ ਗੱਲਾਂ ਬਾਤਾਂ ਨੇ ਇਹਦੇ ਵਿੱਚ, ਇਹ ਲੱਗ ਰਿਹਾ ਦੇਖ ਕੇ ਇੱਥੋਂ ਕਿ ਇੰਡੀਆ ਨੇ ਵੀ ਉਹੋ ਜਿਹੇ ਕਦਮ ਚੁੱਕਣੇ, ਜਿਹੋ ਜਿਹੇ ਕਿ ਇੱਥੇ ਵੀ ਗੱਲਬਾਤ ਚੱਲ ਰਹੀ ਆ ਅਮਰੀਕਾ ਕੈਨੇਡਾ 'ਚ। ਜਦੋਂ ਦੋਹਾਂ ਦੇਸ਼ਾਂ ਦੀ ਦੋਸਤੀ ਹੁੰਦੀ ਹੈ, ਉਸ ਵੇਲੇ ਕੋਈ ਬਾਰਡਰ ਸੀਲ ਕਰਨ ਦੀ ਗੱਲ ਨਹੀਂ ਹੁੰਦੀ, ਜਦੋਂ ਹਾਲਾਤ ਕਿਸੇ ਵੀ ਪੱਖੋਂ ਅਣਸੁਖਾਵੇ ਜਿਹਾ ਹੋ ਜਾਣ, ਅਤੇ ਫਿਰ ਹੀ ਸਰਹੱਦਾਂ ਨੂੰ ਸੀਲ ਕਰਨ ਦੀ ਗੱਲਬਾਤ ਜਿਹੜੀ ਹੈ ਉਹ ਜ਼ੋਰ ਫੜਦੀ ਹੈ, ਅਤੇ ਲੋਕ ਉਹਦੇ ਲਈ ਆਵਾਜ਼ ਉਠਾਉਂਦੇ ਨੇ, ਜਾਂ ਪੋਲੀਟੀਸ਼ੀਅਨ ਜਿਹੜੇ ਨੇ ਰਾਜਨੀਤਿਕ, ਉਹ ਵੀ ਉਹਨਾਂ ਦੀ ਫਿਰ ਗੱਲਬਾਤ ਵੱਲ ਧਿਆਨ ਦਿੰਦੇ ਨੇ, ਉਦੋਂ ਇਹੋ ਜਿਹੀਆਂ ਗੱਲਬਾਤਾਂ ਉੱਠਦੀਆਂ ਨੇ। ਸੋ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਦਰਮਿਆਨ ਇਸ ਵੇਲੇ ਇਹੋ ਜਿਹਾ ਮਸਲਾ ਬਣਿਆ ਹੋਇਆ। ਉਹ ਇਸ ਤੋਂ ਪਹਿਲਾਂ ਕਿ ਅਸੀਂ ਗੋਸ਼ਟੀ ਦਾ ਪ੍ਰੋਗਰਾਮ ਸ਼ੁਰੂ ਕਰੀਏ, ਮੈਨੂੰ ਇਸ ਵੇਲੇ ਰਾਮਾ ਮੰਡੀ ਪੰਜਾਬ ਵਿੱਚ ਜਿਹੜੇ ਸਾਡੇ ਸਾਥੀ ਨੇ ਪਰਮੇਸ਼ ਸਿੰਘ ਸਵਾਮੀ ਅਤੇ ਡਾਕਟਰ ਚਰਨਜੀਤ ਚੰਦ,
ਉਹਨਾਂ ਨੇ ਮੈਨੂੰ ਲੱਗ ਰਿਹਾ ਕਿ ਆਨਲਾਈਨ ਨੇ, ਸੋ ਸਭ ਤੋਂ ਪਹਿਲਾਂ ਉਹਨਾਂ ਨੇ ਨਾਲ ਲੈ ਲਈ ਹੈ। ਮਹਿੰਦਰ ਹੁਣੀ ਸ਼ਾਇਦ ਅੱਜ ਸ਼ਾਮ ਨਹੀਂ ਹੋ ਸਕਣੇ ਕਿਉਂਕਿ ਇਟਲੀ ਵਿੱਚ ਉਹਨਾਂ ਦਾ ਆਪਣਾ ਜਿਹੜਾ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਸਾਥ ਸੰਗਮ ਸਭਾ ਇਟਲੀ ਦਾ, ਉਹ ਹੋ ਰਿਹਾ ਉਹਨਾਂ ਦੇ ਕੋਲ। ਉੱਥੇ ਇੰਟਰਨੈਟ ਦਾ ਇੰਤਜ਼ਾਮ ਨਹੀਂ ਸੀ ਜਿੱਥੇ ਪ੍ਰੋਗਰਾਮ ਕਰ ਰਹੇ ਸਨ, ਨਹੀਂ ਤਾਂ ਅਸੀਂ ਵੀ ਉਹਦੇ ਵਿੱਚ ਪਹਿਲਾਂ ਸਾਡੀ ਗੱਲਬਾਤ ਚੱਲ ਰਹੀ ਸੀ ਉਹਨੂੰ ਲਾਈਵ ਬ੍ਰੌਡਕਾਸਟ ਕੀਤਾ ਜਾਵੇ, ਉਹ ਪ੍ਰਬੰਧ ਉਹਨਾਂ ਕੋਲ ਨਹੀਂ ਹੋ ਸਕਿਆ, ਇਸ ਕਰਕੇ ਉਹਦੇ ਵਿੱਚ ਅਸੀਂ ਫਿਰ ਲਾਈਵ ਬ੍ਰੌਡਕਾਸਟ ਕਰਨ ਦਾ ਜਿਹੜਾ ਪ੍ਰੋਗਰਾਮ ਸੀ ਖਤਰਾ। ਲਓ ਜੀ ਗੁਰਮੀਤ ਮਾਨ ਦੀ ਕਾਲ ਆ ਹੀ ਗਈ ਹੈ, ਮੈਂ ਹਜੇ ਸ਼ੁਰੂ ਹੀ ਕਰ ਰਿਹਾ ਸੀ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਸ ਮੈਂ ਹੁਣ ਤੁਹਾਨੂੰ ਡਾਇਲ ਕਰਨ ਵਾਲਾ ਹੀ ਸੀ, ਮੈਂ ਗੱਲਬਾਤ ਉਹੀ ਕਰ ਰਿਹਾ ਸੀ। ਮੈਂ ਕਿਹਾ ਮੈਨੂੰ ਉਹਨਾਂ ਦੇ ਚੈੱਕ ਮਾਰਕ ਲੱਗਾ ਨਜ਼ਰ ਆ ਰਿਹਾ, ਮੈਂ ਕਿਹਾ ਮੈਂ ਉਹਨਾਂ ਨੂੰ ਡਾਇਲ ਹੀ ਕਰ ਦਿੰਦਾ ਅਤੇ ਉਸ ਤੋਂ ਬਾਅਦ ਹੀ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਉਹ ਜਾਨੀ ਫਿਰ ਤੁਹਾਡੇ ਵੱਲੋਂ ਘੰਟੀ ਵੱਜ ਹੀ ਗਈ, ਸੋ ਚਲੋ ਵਧੀਆ ਤੁਹਾਡੇ ਵੱਲੋਂ ਵੱਜ ਗਈ ਪਹਿਲਾਂ, ਸੋ ਦੈਟਸ ਫਾਈਨ। ਸੋ ਐਨੀਵੇ ਮੈਂ ਅਜੇ ਕੋਈ ਬਹੁਤ ਜ਼ਿਆਦਾ ਗੱਲਬਾਤ ਨਹੀਂ ਕੀਤੀ, ਥੋੜ੍ਹੀ ਜਿਹੀ ਭੂਮਿਕਾ ਮੈਂ ਬੰਨੀ ਸੀ ਮਾੜੀ ਜਿਹੀ। ਸੋ ਇੱਕ ਵਾਰੀ ਦੁਬਾਰਾ ਫਿਰ ਮੈਂ ਉਹ ਜਿਹੜੇ ਦੋ ਚਾਰ ਸ਼ਬਦ ਮੈਂ ਕਹੇ ਸਨ ਉਹ ਮੈਂ ਦੁਹਰਾ ਦਿਆਂਗਾ ਦੁਬਾਰਾ। ਇਹ ਸਾਹਮਣੇ ਮੈਂ ਇੱਕ ਆਰਟੀਕਲ ਖੋਲ੍ਹ ਕੇ ਬੈਠਾ ਜਿਹੜਾ ਕਿ ਗੂਗਲ 'ਤੇ ਲੱਗਾ ਹੋਇਆ ਹੈ, ਇਹਦੇ ਵਿੱਚ ਇੰਡੀਆ ਅਤੇ ਪਾਕਿਸਤਾਨ ਦੀ ਸਰਹੱਦ ਦਿਖਾਈ ਹੋਈ ਹੈ, ਜਿਹੜਾ ਕਿ ਆਪਣੇ ਸ਼੍ਰੀਲੰਕਾ ਗਾਰਡੀਅਨ ਦੀ ਇਹ ਖਬਰ ਹੈ, ਲੇਟੈਸਟ ਨਿਊਜ਼ ਅੱਜ ਦੀ ਹੈ ਕਿ ਇੰਡੀਆ ਅਤੇ ਪਾਕਿਸਤਾਨ ਆਪਣਾ ਉਹਨਾਂ ਦਾ ਵੀ ਬਾਰਡਰ ਸੀਲ ਕਰਨ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ। ਇਸ ਵੇਲੇ ਜਿਹੜਾ ਬਾਰਡਰ ਆਪਾਂ ਨਜ਼ਰ ਆ ਰਿਹਾ ਉਹ ਤਾਂ ਬੰਦਾ ਆਪਣੇ ਛਾਲ ਮਾਰ ਕੇ ਲੰਘ ਸਕਦਾ, ਕੋਈ ਉੱਥੇ ਪੌੜੀ ਦੀ ਲੋੜ ਹੀ ਨਹੀਂ ਹੈ, ਸਿੰਪਲ ਬਾਰਡਰ। ਜੇ ਵੇਲੇ ਹਾਲਾਤ ਸੁਕਾਵੇ ਹੁੰਦੇ ਆ ਮੁਲਕਾਂ ਦੇ ਦਰਮਿਆਨ, ਸਾਡੇ ਕੈਨੇਡਾ ਅਮਰੀਕਾ ਦਾ ਬਾਰਡਰ ਇਸ ਤਰ੍ਹਾਂ ਦਾ ਹੀ ਹੈ, ਜਦੋਂ ਮਰਜ਼ੀ ਲੰਘ ਜਾਓ ਆ ਜਾਓ, ਕੋਈ ਐਡੀ ਸਮੱਸਿਆ ਨਹੀਂ ਹੈ। ਮੈਕਸੀਕੋ ਦਾ ਬਾਰਡਰ ਵੀ ਕੋਈ ਪੋਲਿਸ ਜਿਹਾ ਹੀ ਹੈ, ਉਹਦੇ ਬਾਰੇ ਵੀ ਹੁਣ ਇੱਥੇ ਗੱਲਬਾਤ ਚੱਲ ਰਹੀ ਹੈ। ਤਾਂ ਜਦੋਂ ਹਾਲਾਤ ਸੁਕਾਵੇ ਨਹੀਂ ਹੁੰਦੇ ਉਸ ਵੇਲੇ ਉਹੋ ਜਿਹੀ ਮੰਗ ਉੱਠਦੀ ਆ ਲੋਕਾਂ ਵੱਲੋਂ ਵੀ ਉੱਠਦੀ ਆ, ਅਤੇ ਉਹਨਾਂ ਦੀ ਮੰਗ 'ਤੇ ਫਿਰ ਜਿਹੜੇ ਆਪਣੇ ਪੋਲੀਟੀਸ਼ੀਅਨ ਨੇ ਰਾਜਨੀਤੀ ਵੇਤਾ ਨੇ ਉਹ ਵੀ ਫਿਰ ਧਿਆਨ ਦੇਣਾ ਸ਼ੁਰੂ ਕਰ ਦਿੰਦੇ, ਉਹੋ ਜਿਹੀਆਂ ਮੰਗਾਂ ਉਹਦੇ ਹੀ ਉੱਠਦੀਆਂ। ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਦਰਮਿਆਨ 3 ਵਜੇ ਦੀ ਜੰਗ ਹੋ ਚੁੱਕੀ ਹੈ ਜਦੋਂ ਪਹਿਲਾਂ ਵੀ। ਸੋ ਇਸ ਤੋਂ ਪਹਿਲਾਂ ਕਿ ਅਸੀਂ ਇਸ ਗੋਸ਼ਟੀ ਨੂੰ ਅੱਗੇ ਤੋਰੀਏ, ਪਹਿਲਾਂ ਮੇਰੀ ਥੋੜ੍ਹੀ ਜਿਹੀ ਭੂਮਿਕਾ ਜਿਹੜੀ ਆ ਉਹ ਬਣਨੀ ਚਾਹੁੰਦਾ। ਚਲੋ ਤੁਹਾਡਾ ਮੈਨੂੰ ਪਤਾ ਆ ਕਿ ਹਾਲਾਤ ਤੁਹਾਡੇ ਕੁਛ ਇੱਦਾਂ ਦੇ ਹੁੰਦੇ ਆ, ਤੁਹਾਡਾ ਕੱਟ ਜਾਂਦਾ ਹੁੰਦਾ ਪ੍ਰੋਗਰਾਮ, ਸੋ ਜਦੋਂ ਵੀ ਤੁਹਾਡੇ ਵੱਲੋਂ ਇੱਧਰੋਂ ਕੁਛ ਤੁਹਾਨੂੰ ਠੀਕ ਲੱਗਾ ਤਾਂ ਫਿਰ ਦੁਬਾਰਾ ਡਾਇਲ ਕਰ ਦਿਓ। ਅਤੇ ਉਨੀ ਦੇਰ ਖੈਰ ਮੈਂ ਤਾਂ ਸ਼ੁਰੂ ਹੀ ਰੱਖਾਂਗਾ, ਅਤੇ ਇਨ ਦਾ ਮੀਨ ਟਾਈਮ ਮੈਂ ਇੱਧਰ ਆਪਣੀ ਥੋੜ੍ਹੀ ਸਕਰੀਨ ਚੇਂਜ ਕਰ ਦਿੰਦਾ ਤਾਂ ਕਿ ਤੁਹਾਡੀ ਜਦੋਂ ਤੁਸੀਂ ਆਓਗੇ ਔਨਲਾਈਨ ਅਤੇ ਤੁਹਾਡੀ ਤਸਵੀਰ ਵੀ ਆ ਜਾਏਗੀ ਨਾਲ, ਅਤੇ ਬਾਕੀ ਮੈਂ ਇਨ ਦਾ ਮੀਨ ਟਾਈਮ ਕੰਟੀਨਿਊ ਰੱਖਦਾ ਇਸ ਗੱਲਬਾਤ ਨੂੰ। ਸੋ ਗੱਲਬਾਤ ਮੈਂ ਸ਼ੁਰੂ ਇਹ ਕਰਨ ਲੱਗਾ ਸੀ ਵੀ ਥੋੜ੍ਹੀ ਜਿਹੜੀ ਭੂਮਿਕਾ ਹੈ ਉਹ ਦੱਸਣ ਦੀ ਲੋੜ ਹੈ। ਇਸ ਵੇਲੇ ਤੁਸੀਂ ਸਾਰੇ ਹੀ ਉਹ ਦੇਖ ਰਹੇ ਜਿਹੜਾ ਕਿ ਅਸੀਂ ਦੇਖ ਰਹੇ ਹਾਂ, ਜਾਂ ਸਾਡੇ ਜਿਹੜੇ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਨ ਵਾਲੇ ਨੇ ਸਾਡੇ ਸੱਜਣ, ਉਹ ਜਿਹੜੇ ਦੇਖ ਰਹੇ ਨੇ ਉਹ ਤਸਵੀਰਾਂ, ਅਤੇ ਉਹ ਤਸਵੀਰ ਦੇ ਵਿੱਚ ਜਿਹੜੀ ਖਾਸ ਗੱਲ ਹੈ ਸਾਹਮਣੇ ਮਿਡਲ ਦੇ ਵਿੱਚ ਹੈ ਉਹ ਹੈ ਇੰਡੋ ਪਾਕ ਕ੍ਰਾਈਸਿਸ, ਇੰਡੀਆ ਟੂ ਸੀਲ ਬਾਰਡਰ ਵਿਦ ਪਾਕਿਸਤਾਨ ਬਾਈ December 2018। ਸੋ ਜੋ ਇੱਥੇ ਗੱਲਬਾਤ ਚੱਲ ਰਹੀ ਆ ਅਮਰੀਕਾ ਦੇ ਵਿੱਚ, ਅਮਰੀਕਾ ਦੇ ਨਾਲ ਮੈਕਸੀਕੋ ਦਾ ਬਾਰਡਰ ਸੀਲ ਕਰਨ ਦੀ, ਜਾਂ ਜੋ ਕੈਨੇਡਾ ਦੇ ਬਾਰਡਰ ਦੀ ਵੀ ਗੱਲ ਵਿੱਚ ਵਿੱਚ ਚੱਲਦੀ ਹੈ, ਵੈਸੇ ਉਹਨਾਂ ਦੇ ਨਾਲ ਕੋਈ ਨੇ ਹਾਲਾਤ ਇੱਦਾਂ ਦੇ ਖਰਾਬ ਨਹੀਂ ਹੈ ਅਤੇ ਨਾ ਇੱਧਰੋਂ ਕੋਈ ਲੋਕ ਇੱਦਾਂ ਜ਼ਿਆਦਾ ਕੋਈ ਆਉਂਦੇ ਨੇ, ਸੋ ਉਹ ਗੱਲ ਕੋਈ ਐਡੀ ਭਖਵਾਂ ਮਸਲਾ ਨਹੀਂ। ਲੇਕਿਨ ਮੈਕਸੀਕੋ ਵਾਲਾ ਜਿਹੜਾ ਮਸਲਾ ਹੈ ਉਹ ਕੁਛ ਦੇ ਨਾਲ ਉਹ ਇੱਥੇ ਕੁਛ ਆਬਾਦੀ ਦੇ ਕੁਛ ਹਿੱਸੇ ਵੱਲੋਂ ਜਾਂ ਕੁਛ ਰਾਜਨੀਤੀ ਮਾਨਾਂ ਵੱਲੋਂ ਕੁਛ ਉਹ ਮਸਲਾ ਭਖੜਾ ਮਸਲਾ ਬਣ ਚੁੱਕਾ ਹੈ। ਸੋ ਇਹਦੀ ਜਿਹੜੀ ਭੂਮਿਕਾ ਹੈ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਤੁਹਾਨੂੰ ਬਹੁਤੇ ਲੋਕਾਂ ਨੂੰ ਤਾਂ ਖੈਰ ਪਤਾ ਹੀ ਹੈ, ਖੈਰ ਜਿਹਨਾਂ ਨੂੰ ਨਹੀਂ ਵੀ ਪਤਾ ਉਹਨਾਂ ਦੀ ਜਾਣਕਾਰੀ ਬਾਰੇ ਇੱਕ ਵਾਰੀ ਤੁਹਾਡੇ ਧਿਆਨ 'ਚ ਲਿਆ ਦਿੰਦੀ ਹਾਂ ਕਿ ਜਦੋਂ ਇੰਡੀਆ ਜਦੋਂ ਆਜ਼ਾਦ ਹੋਇਆ, ਜਦੋਂ ਆਜ਼ਾਦੀ ਮਿਲੀ ਇੰਡੀਆ ਨੂੰ, ਅਤੇ ਉਸ ਵੇਲੇ ਜਿਹੜਾ ਕ੍ਰਿਮੀਨਲ ਅਵਾਰਡ ਦਿੱਤਾ ਸੀ ਅੰਗਰੇਜ਼ਾਂ ਨੇ ਹਿੰਦੁਸਤਾਨ ਛੱਡਣ ਤੋਂ ਪਹਿਲਾਂ, ਉਹਦੇ ਵਿੱਚ ਕੁਛ ਉਹਦੀ ਜਿਹੜੀ ਖਾਸ ਗੱਲ ਸੀ ਉਹ ਇਹ ਸੀ ਵੀ ਉਹਨਾਂ ਨੇ 3 ਕੌਮਾਂ ਦੇ ਸਿਧਾਂਤ ਨੂੰ ਮੰਨਿਆ ਸੀ, ਹਿੰਦੂ, ਸਿੱਖ ਅਤੇ ਮੁਸਲਮਾਨ, ਵੀ ਉਸ ਹਿਸਾਬ ਦੇ ਨਾਲ ਤੁਸੀਂ ਆਪਣਾ ਜਿਹੜੇ ਆ ਭੂਗੋਲਿਕ ਤੌਰ 'ਤੇ ਇਲਾਕਿਆਂ ਦੀ ਜਿਹੜੀ ਵੰਡ ਕਰਨੀ ਹੈ ਆਬਾਦੀ ਦੇ ਹਿਸਾਬ ਨਾਲ, ਉਹਨੂੰ ਦੇਖਿਆ ਸੀ ਵੀ ਕਿੱਥੇ ਜ਼ਿਆਦਾ ਹੈਗੀ ਆ। ਖੈਰ ਪੰਜਾਬ ਨੇ ਤਾਂ ਫੈਸਲਾ ਕਰ ਲਿਆ ਸੀ ਸਿੱਖਾਂ ਨੇ
ਹਿੰਦੁਸਤਾਨ ਦੇ ਨਾਲ ਹੀ ਰਹਿਣਾ, ਉਹਨਾਂ ਦੀ ਲੀਡਰਸ਼ਿਪ ਨੇ ਉਦੋਂ ਫੈਸਲਾ ਕਰ ਲਿਆ, ਫੋਰ ਬੈਟਰ ਔਰ ਫੋਰ ਵਰਸ, ਇਹ ਉਹਨਾਂ ਦਾ ਫੈਸਲਾ ਸੀ। ਅਤੇ ਲੇਕਿਨ ਪਾਕਿਸਤਾਨ ਨੇ, ਚਲੋ ਤੁਹਾਡਾ ਹਾਲ ਅੱਜ ਕੁਛ ਖਰਾਬ ਹੀ ਹੈ ਮੇਰਾ ਖਿਆਲ, ਸੋ ਦੇਰ ਇਜ਼ ਨੋਟ ਮਚ ਆਈ ਕੈਨ ਡੂ ਅਬਾਊਟ ਇਟ ਐਨੀਵੇ, ਸੋ ਜਸਟ ਕੀਪ ਟਰਾਇੰਗ, ਜਸਟ ਕੀਪ ਟਰਾਇੰਗ, ਸੋ ਵੀ ਵਿਲ ਸੀ ਵਟ ਹੈਪਨਸ। ਅਤੇ ਲੇਕਿਨ ਕੁਛ ਇਲਾਕੇ ਇਹੋ ਜਿਹੇ ਸੀ ਜਿਹਦੇ ਵਿੱਚ ਉਹਨਾਂ ਨੇ ਕੁਛ, ਜਿੱਦਾਂ ਪ੍ਰਿੰਸਲੀ ਸਟੇਟ ਆਫ ਜੰਮੂ ਐਂਡ ਕਸ਼ਮੀਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਨੂੰ ਉਹਨਾਂ ਨੇ ਦੱਸ ਦਿੱਤਾ ਸੀ, ਕਹਿ ਦਿੱਤਾ ਸੀ ਕਿ ਤੁਸੀਂ ਆਪਣਾ ਫੈਸਲਾ ਜਿਹੜਾ ਖੁਦ ਕਰ ਲਓ ਕਿ ਤੁਸੀਂ ਕਿੱਧਰਲੇ ਪਾਸੇ ਜਾਣਾ ਚਾਹੁੰਦੇ ਆ, ਕਿਉਂਕਿ ਕੁਛ ਇਲਾਕੇ ਇੱਦਾਂ ਦੇ ਸੀ ਕਿ ਜਿੱਥੇ ਕੁਛ ਆਬਾਦੀ ਦਾ ਹਿਸਾਬ ਵੀ ਇੱਦਾਂ ਸੀ ਵੀ ਬਹੁਤ ਬਹੁਤ ਗਿਣਤੀ ਦੀ ਗੱਲਬਾਤ ਕੁਛ ਨਜ਼ਰ ਨਹੀਂ ਸੀ ਆ ਰਹੀ, ਕੁਛ ਉਹਨਾਂ ਦਾ ਸਟੇਟਸ ਇਹੋ ਜਿਹਾ ਕਹਿ ਲਓ ਸੀਗਾ, ਤਾਂ ਜਿਹਦੇ ਵਿੱਚ ਹੈਦਰਾਬਾਦ ਸੀ ਜਿਹੜਾ ਉਹ ਰਹਿ ਗਿਆ ਸੀ। ਚਲੋ ਉਹ ਤਾਂ ਆਪਣੇ ਸਾਹਮਣੇ ਇਸ਼ੂ ਨਹੀਂ, ਜੰਮੂ ਕਸ਼ਮੀਰ ਦੀ ਜਿਹੜੀ ਗੱਲ ਖਾਸ ਸੀਗੀ, ਉੱਥੇ ਦੇ ਮਹਾਰਾਜਾ ਜਿਹੜੇ ਸੀ ਉਹ 1605 ਵਿੱਚ ਸੀ, ਉਹ ਸੋਚਦਾ ਸੀ ਵੀ ਮੈਂ ਆਜ਼ਾਦ ਹੀ ਰਹਿ ਲਵਾਂ, ਕਦੇ ਹਿੰਦੁਸਤਾਨ ਬਾਰੇ ਵੀ ਸੋਚਦਾ ਸੀ, ਅਤੇ ਅਖੀਰ ਉਹ ਜਿੱਦਾਂ ਕਹਿੰਦੇ ਹੁੰਦੇ ਵੀ ਜਦੋਂ ਨੱਕ ਦੀ ਚੋਂ ਕੇ ਮੂੰਹ 'ਚ ਪੈਂਦੀ ਹੈ, ਉਸ ਵੇਲੇ ਉਹਨੇ ਫੈਸਲਾ ਕੀਤਾ ਵੀ ਹਿੰਦੁਸਤਾਨ ਦੇ ਨਾਲ ਹੀ ਜਾਣਾ, ਅਤੇ ਉੱਧਰੋਂ ਪਾਕਿਸਤਾਨ ਵੱਲੋਂ ਧਾਵਾ ਬੋਲ ਦਿੱਤਾ ਗਿਆ ਸੀ, ਕਿਉਂਕਿ ਆਬਾਦੀ ਸੀ ਜਾਂ ਕੁਛ ਇਲਾਕੇ ਇਹੋ ਜਿਹਾ ਸੀ ਜਿਹੜੇ ਕਿ ਪਾਕਿਸਤਾਨ ਦੇ ਨਾਲ ਵੀ ਜਾਣਾ ਚਾਹੁੰਦੇ ਸੀ, ਸੋ ਖੈਰ ਉਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਲੜਾਈ ਹੋਈ, ਅਤੇ ਜਿੱਥੇ ਵੀ ਉਹ ਫੌਜਾਂ ਦੀ ਫਿਰ ਜੰਗਬੰਦੀ ਹੋਈ, ਜਿਹੜੀ ਜਿਹੜੇ ਜਿਹੜੇ ਆ ਜਿਹੜੀ ਜਿਹੜੀ ਫੌਜ ਜਿੰਨਾ ਕੁ ਇਲਾਕਾ ਦੱਬ ਕੇ ਬੈਠੀ ਸੀ ਉਸ ਰੇਖਾ 'ਤੇ ਉਖੜ ਗਈ, ਜਿਹਨੂੰ ਕਿ ਹੁਣ ਕੰਟਰੋਲ ਰੇਖਾ ਦਾ, ਲਾਈਨ ਆਫ ਕੰਟਰੋਲ ਦਾ ਨਾਂ ਜਾਂ ਕੰਟਰੋਲ ਰੇਖਾ ਦਾ ਉਹਨੂੰ ਨਾਂ ਦਿੱਤਾ ਗਿਆ, ਜਿਹੜੀ ਕਿ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ, ਅਤੇ ਇਸ ਗੱਲ ਦਾ ਸਾਰੀ ਵਰਲਡ ਨੂੰ ਪਤਾ ਹੈ, ਯੂਨਾਈਟਡ ਨੇਸ਼ਨ ਨੂੰ, UN ਨੂੰ ਵੀ ਪਤਾ ਹੈ, ਅਤੇ ਕਿਉਂਕਿ ਉਹਨਾਂ ਨੇ ਉਹ ਸਾਰੀ ਜੰਗਬੰਦੀ ਦੇ ਵਿੱਚ ਭੂਮਿਕਾ ਅਦਾ ਕੀਤੀ ਸੀ, ਸੋ ਲਾਈਨ ਆਫ ਕੰਟਰੋਲ ਦੇ ਦੋਹੀਂ ਪਾਸੇ ਦੋਹਾਂ ਦੀਆਂ ਜਿਹੜੀਆਂ ਫੌਜਾਂ ਉਹਨਾਂ ਦੇ ਦਰਮਿਆਨ ਕਦੇ ਕਦੇ ਝੜਪ ਵੀ ਹੁੰਦੀ ਰਹਿੰਦੀ ਹੈ, ਅਤੇ ਕਦੇ ਕਦੇ ਘੁਸਪੈਠ ਦੀ ਗੱਲਬਾਤ ਵੀ ਚੱਲਦੀ ਰਹਿੰਦੀ ਹੈ। ਬਾਕੀ ਜਿਹੜੇ ਅੱਤਵਾਦੀ ਹੁੰਦੇ ਨੇ ਉਹਨਾਂ ਨੇ ਵੀ ਤੁਹਾਨੂੰ ਪਤਾ ਹੀ ਵੀ ਕਦੇ ਮੌਕੇ ਦਾ ਫਾਇਦਾ ਉਠਾਉਣਾ ਹੀ ਹੁੰਦਾ ਹੈ, ਰਾਈਟ। ਬਾਕੀ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਕੌਣ ਅੱਤਵਾਦੀ ਹੈ ਜਾਂ ਕੌਣ ਜੁਝਾਰੂ ਹੈ, ਇਹਦੇ ਬਾਰੇ ਵੱਖ ਵੱਖ ਲੋਕਾਂ ਦੀਆਂ ਵੱਖ ਵੱਖ ਰਾਏ ਨੇ, ਅਤੇ ਇਹਦੀ ਪਰਿਭਾਸ਼ਾ ਬਾਰੇ ਅਸੀਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਅੱਤਵਾਦ ਦੀ ਪਰਿਭਾਸ਼ਾ ਹੈ ਉਹ ਸਿੱਧੀ ਹੈ ਕਿ ਜੇ ਕੋਈ ਸੰਸਥਾ, ਕੋਈ ਵੀ ਸੰਸਥਾ ਆ, ਚਾਹੇ ਹਥਿਆਰਬੰਦ ਆ, ਚਾਹੇ ਉਹ ਸੈਮੀ ਤੌਰ 'ਤੇ ਹਥਿਆਰਬੰਦ ਆ ਜਾਂ ਪੂਰੀ ਤੌਰ 'ਤੇ ਹਥਿਆਰਬੰਦ ਆ, ਚਾਹੇ ਨਹੀਂ ਵੀ ਹੈ, ਜੇ ਉਹ ਹਮਲਾ ਸਿਵਲੀਅਨਸ 'ਤੇ ਕਰਦੀ ਹੈ, ਨਿਹੱਥੇ ਲੋਕਾਂ 'ਤੇ ਹਮਲਾ ਕਰਦੀ ਹੈ, ਸਿਵਲੀਅਨ 'ਤੇ ਬੱਚੇ ਬੁੱਢੇ ਔਰ ਔਰਤਾਂ 'ਤੇ ਹਮਲਾ ਕਰਦੀ ਹੈ, ਉਹਨਾਂ ਨੂੰ ਜਾਨੋਂ ਮਾਰਦੀ ਹੈ, ਫਿਰ ਉਹ ਅੱਤਵਾਦੀ ਹੈ, ਚਾਹੇ ਉਹਨਾਂ ਦਾ ਨਿਸ਼ਾਨਾ ਜਿੰਨਾ ਮਰਜ਼ੀ ਵਧੀਆ ਹੋਵੇ, ਰਾਈਟ, ਡਜ਼ਨਟ ਮੈਟਰ। ਜੇ ਉਹ ਸੰਸਥਾ ਸਿਵਲੀਅਨ 'ਤੇ ਹਮਲਾ ਨਹੀਂ ਕਰਦੀ, ਉਹਦੀ ਸਿਰਫ ਉਹਦਾ ਨਿਸ਼ਾਨਾ ਸਿਕਿਉਰਿਟੀ ਫੋਰਸ ਦੇ ਨਾਲ ਹੀ ਹਮੇਸ਼ਾ ਹੁੰਦਾ, ਸਿਵਲੀਅਨ ਨੂੰ ਅਵੋਇਡ ਹੀ ਕਰਦੀ ਆ ਹਰ ਹੀਲੇ 'ਚ, ਜਿਵੇਂ ਮਰਜ਼ੀ ਹੋ ਜਾਏ, ਕਈ ਵਾਰ ਲੜਾਈਆਂ ਦੇ ਵਿੱਚ ਕੋਲੈਟਰਲ ਡੈਮੇਜ ਹੋ ਜਾਂਦਾ, ਜਾਣੇ ਅਣਜਾਣੇ ਵੱਲ ਵੱਖਰੀ ਆ, ਲੇਕਿਨ ਫਿਰ ਵੀ ਦੁਨੀਆ ਦੇ ਵਿੱਚ ਲੜਾਈ ਦੇ ਕੁਛ ਅਸੂਲ ਬਣੇ ਹੋਏ ਨੇ, ਜੇ ਉਹਨਾਂ ਅਸੂਲਾਂ ਦੇ ਮੁਤਾਬਕ ਹੀ ਚੱਲਦੀ ਹੈ, ਆਮ ਤੌਰ 'ਤੇ ਜਿਹੜੀਆਂ ਅੱਤਵਾਦੀ ਸੰਸਥਾਵਾਂ ਹੁੰਦੀਆਂ ਉਹ ਮੋਸਟਲੀ ਉਹਨਾਂ ਅਸੂਲਾਂ ਨੂੰ ਸਿੱਖਿਆ ਤੇ ਹੀ ਟੰਗ ਦਿੰਦੀਆਂ, ਅਤੇ ਤਾਂ ਹੀ ਤਾਂ ਉਹਨਾਂ ਨੂੰ ਅੱਤਵਾਦੀ ਦਰਜਾ ਦਿੱਤਾ ਜਾਂਦਾ ਵਾ ਜਾਂ ਉਹਨਾਂ ਨੂੰ ਗੁਰਦਾਨ ਦਿੱਤਾ ਜਾਂਦਾ, ਪਰ ਜੇ ਉਹਨਾਂ ਦੀ ਜਿਹੜੀ ਝੜਪਾਂ ਆ ਸਿਕਿਉਰਿਟੀ ਫੋਰਸਿਸ ਨਾਲ ਹੀ ਹੁੰਦੀਆਂ, ਫਿਰ ਉਹਨਾਂ ਨੂੰ ਮਿਲੀਟੈਂਟਸ ਦਾ ਜਾਂ ਉਹਨਾਂ ਨੂੰ ਇਨਸਰਜੈਂਟਸ ਦਾ ਨਾਂ ਵੀ ਦੇ ਦਿੱਤਾ ਜਾਂਦਾ ਵੀ ਉਹ ਜੁਝਾਰੂ ਨੇ, ਰਾਈਟ, ਜਾਂ ਉਹ ਖਾੜਕੂ ਨੇ, ਜਾਂ ਉਹ ਆਜ਼ਾਦੀ ਦੇ ਘੁਲਾਟੀਏ ਨੇ, ਫਿਰ ਉਹਨਾਂ ਨੂੰ ਤੁਸੀਂ ਵੱਖ ਵੱਖ ਨਾਵਾਂ ਦੇ ਨਾਲ ਤੁਸੀਂ ਪੁਕਾਰ ਸਕਦੇ ਹੋ, ਪਰ ਜੇ ਉਹਨਾਂ ਦੇ ਕੋਲ ਇਸ ਗੱਲ ਦੀ ਡਿਫਰੈਂਸ਼ੀਏਸ਼ਨ ਨਹੀਂ ਹੈ ਕਿ ਬੱਚੇ ਵੱਡੇ ਔਰਤਾਂ ਦਾ, ਨਿਹੱਥੇ ਲੋਕਾਂ ਦਾ, ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੈ, ਰਾਈਟ, ਉਹਨਾਂ ਦਾ ਵਿਧਾਨ ਕਹਿੰਦਾ ਵੀ ਚਾਹੇ ਉਹ ਜਸਟੀਫਾਈ ਜਿੱਥੋਂ ਮਰਜ਼ੀ ਕਰ ਲੈਣ, ਚਾਹੇ ਕਿਸੇ ਧਰਮ ਕਿਤਾਬ ਦਾ ਨਾਂ ਲੈ ਕੇ ਜਸਟੀਫਾਈ ਕਰਨ, ਚਾਹੇ ਕਿਸੇ ਵੀ ਚੀਜ਼ ਦਾ ਨਾਂ ਲਾ ਕੇ ਜਸਟੀਫਾਈ, ਕਿਸੇ ਪ੍ਰਮਾਣ ਦਾ ਨਾਂ ਲੈ ਕੇ ਜਸਟੀਫਾਈ ਕਰਨ, ਜਸਟੀਫਿਕੇਸ਼ਨ ਤਾਂ ਹਰ ਚੀਜ਼ ਦੀ ਲੱਭੀ ਜਾ ਸਕਦੀ, ਜਸਟੀਫਿਕੇਸ਼ਨ ਦੀ ਗੱਲ ਨਹੀਂ ਹੈ, ਪਰ ਦੁਨੀਆ ਦੇ ਵਿੱਚ ਕੁਛ ਜਿਹੜੇ ਆ ਮੰਨੇ ਪਰਮੰਨੇ ਜਿਹੜੇ ਅਸੂਲ ਨੇ, ਕੁਛ ਮੰਨੇ ਪਰਮੰਨੇ ਜਿਹੜੇ ਸਿਧਾਂਤ ਨੇ, ਉਹਨਾਂ ਵਿੱਚ ਮੋਟੀ ਗੱਲ ਇਹ ਹੈ ਕਿ ਜੇ ਤੁਸੀਂ ਨਿਹੱਥੇ ਲੋਕਾਂ 'ਤੇ ਹੱਥ ਚੁੱਕਦੇ ਆ, ਚਾਹੇ ਤੁਹਾਡਾ ਸੰਘਰਸ਼ ਆਜ਼ਾਦੀ ਦਾ ਸੰਘਰਸ਼ ਵੀ ਕਿਉਂ ਨਾ ਹੋਵੇ, ਫਿਰ ਤੁਸੀਂ ਅੱਤਵਾਦੀ। ਨਿਹੱਥੇ ਲੋਕਾਂ 'ਤੇ ਹੱਥ ਚੁੱਕਣਾ, ਬੱਚੇ ਬੁੱਢੇ ਔਰਤਾਂ ਦੇ ਹੱਥ ਚੁੱਕਣਾ, ਆਪਣੇ ਹਥਿਆਰ ਉਹਨਾਂ ਦੇ ਵਿਰੁੱਧ ਵਰਤਣੇ, ਭਾਵੇਂ ਤੁਸੀਂ ਆਜ਼ਾਦੀ ਦਾ ਸੰਘਰਸ਼ ਲੱਖ ਲੜ ਰਹੇ ਹੋ, ਫਿਰ ਤੁਸੀਂ ਅੱਤਵਾਦੀ ਆ। ਜੇ ਤੁਸੀਂ
ਆਪਣੇ ਹਥਿਆਰ ਸਿਰਫ ਸਿਕਿਉਰਿਟੀ ਫੋਰਸ ਦੇ ਨਾਲ ਹੀ ਮੁਕਾਬਲਾ ਕਰਦੇ ਆ। ਸਿਕਿਉਰਿਟੀ ਫੋਰਸ ਚਾਹੇ ਪੁਲਿਸ ਦੀ ਸ਼ਕਲ ਦੇ ਵਿੱਚ ਹੋਣ, ਚਾਹੇ ਉਹ ਸੈਮੀ ਜਿਹਨੂੰ ਆਪਾਂ ਅਰਧ ਫੌਜ ਕਹਿ ਸਕਦੇ ਹਾਂ, ਰਾਈਟ, ਚਾਹੇ ਉਹ ਪੂਰੀ ਤਰ੍ਹਾਂ ਫੌਜ ਹੀ ਹੋਵੇ, ਚਾਹੇ ਜੇ ਤੁਸੀਂ ਉਹਨਾਂ ਦੇ ਨਾਲ ਹੀ ਸਿਰਫ ਤੁਹਾਡੀਆਂ ਝੜਪਾਂ ਹੁੰਦੀਆਂ, ਤੁਸੀਂ ਹਰ ਹੀਲੇ ਆਮ ਪਬਲਿਕ ਨੂੰ ਤੁਸੀਂ ਉਹਦੇ ਵਿੱਚ ਲਪੇਟ ਨਹੀਂ ਲੈਂਦੇ, ਉਹਨੂੰ ਬਚਾਉਂਦੇ ਆ, ਫਿਰ ਤੁਹਾਡੀ ਜਿਹੜੀ ਲਹਿਰ ਆ ਉਹਨੂੰ ਕਿਸੇ ਹੋਰ ਵੀ ਨਾਂ ਦੇ ਨਾਲ ਪੁਕਾਰਿਆ ਜਾ ਸਕਦਾ। ਕਈ ਵਾਰ ਉਹਨੂੰ ਇੰਸਰਜੈਂਟ ਕਹਿ ਦਿੱਤਾ ਜਾਂਦਾ ਅੰਗਰੇਜ਼ੀ ਦੇ ਵਿੱਚ, ਪੰਜਾਬੀ 'ਚ ਉਹਨੂੰ ਆਪਾਂ ਖਾੜਕੂ ਵੀ ਕਹਿ ਦਿੰਦੇ ਹਾਂ, ਕਈ ਵਾਰ ਆਪਾਂ ਉਹਨੂੰ ਜੁਝਾਰੂ ਵੀ ਕਹਿ ਦਿੰਦੇ ਹਾਂ, ਉਹਨੂੰ ਆਜ਼ਾਦੀ ਦੇ ਘਲਾਟੀਏ ਵੀ ਕਿਹਾ ਜਾ ਸਕਦਾ, ਲੇਕਿਨ ਉਹਦੇ 'ਚ ਇਹ ਸ਼ਰਤ ਜ਼ਰੂਰੀ ਆ ਕਿ ਤੁਹਾਡੀ ਜਿਹੜੀ ਜਥੇਬੰਦੀ ਆ, ਤੁਹਾਡੀ ਲਹਿਰ ਆ, ਉਹ ਨਿਹੱਥੇ ਲੋਕਾਂ 'ਤੇ ਹੱਥ ਨਾ ਚੁੱਕੇ, ਬੱਚੇ ਬੁੱਢੇ ਔਰਤਾਂ ਨੂੰ ਆਪਣੀ ਲਪੇਟ ਵਿੱਚ ਨਾ ਲਵੇ, ਉਹਨਾਂ ਨੂੰ ਨਿਸ਼ਾਨਾ ਨਾ ਬਣਾਵੇ, ਚਾਹੇ ਤੁਸੀਂ ਲੱਖ ਕਿਸੇ ਧਰਮ ਕਿਤਾਬ ਦਾ, ਕਿਸੇ ਨੇਤਾ ਦੇ ਫਰਮਾਨ ਦਾ ਤੁਸੀਂ ਕੋਈ ਬਹਾਨਾ ਬਣਾ ਲਓ, ਉਹ ਬਹਾਨਾ ਤੁਹਾਡੇ ਜਾਇਜ਼ ਨਹੀਂ ਗਿਣਿਆ ਜਾਊਗਾ ਕਿਸੇ ਵੀ ਦੁਨੀਆ ਦੇ ਅਸੂਲਾਂ ਦੇ ਮੁਤਾਬਕ, ਜਿਹੜੇ ਯੂਨਾਈਟਿਡ ਨੇਸ਼ਨ ਦੇ ਜਾਂ ਜਿਹੜੇ ਮੰਨੇ ਪ੍ਰਮੰਨੇ ਦੁਨੀਆ ਦੇ ਅਸੂਲ ਆ, ਜਾਂ ਈਵਨ ਸ਼੍ਰੇਸ਼ਟਾਚਾਰ ਦੇ ਨਾਤੇ ਵੀ ਉਹਨਾਂ ਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ, ਰਾਈਟ, ਫਿਰ ਉਹ ਅੱਤਵਾਦੀ ਆ, ਰਾਈਟ। ਚਾਹੇ ਤੁਸੀਂ ਕਹਿ ਸਕਦੇ ਹਾਂ ਜੀ ਅਸੀਂ ਕਸ਼ਮੀਰੀਆਂ ਦੀ ਜਾਂ ਬਲੋਚੀਆਂ ਦੀ ਜਾਂ ਪਖਤੂਨਾਂ ਦੀ ਅਸੀਂ ਜਦੋਜਹਿਦ ਵਾਸਤੇ ਅਸੀਂ ਤਾਂ ਲੜਾਈ ਦੇ ਰਹੇ ਹਾਂ, ਰਾਈਟ, ਪਾਕਿਸਤਾਨ ਦੇ ਵਿੱਚ ਪਖਤੂਨਸਤਾਨ ਦੀ ਲਹਿਰ ਬੜੀ ਦੇਰ ਚੱਲ ਰਹੀ ਆ, ਰਾਈਟ, ਖਾਨ ਬਾਦਸ਼ਾਹ ਬੜਾ ਹਰਮਨ ਪਿਆਰਾ ਨੇਤਾ ਹੋਇਆ ਉਹਨਾਂ ਦਾ, ਪਖਤੂਨਾਂ ਦਾ, ਪਖਤੂਨ ਲੋਕਾਂ ਦਾ, ਹੁਣ ਬਲੋਚਿਸਤਾਨ ਦੀ ਵੀ ਚੱਲ ਰਹੀ ਆ, ਕਾਫੀ ਦੇਰ ਤੋਂ ਚੱਲ ਰਹੀ ਆ ਬਲੋਚਿਸਤਾਨ ਦੀ, ਬੇਸ਼ੱਕ ਪਹਿਲਾਂ ਗੱਲ ਕਰ ਚੁੱਕਦੇ ਸੀ ਹਿੰਦੁਸਤਾਨ ਵਾਲੇ, ਹੁਣ ਉਹ ਚੱਕ ਰਿਹਾ ਉਹ ਵੀ, ਤੇ ਜੇ ਤੁਸੀਂ ਕਸ਼ਮੀਰ ਦੀ ਚੱਕਣੀ ਅਸੀਂ ਬਲੋਚਿਸਤਾਨ ਦੀ ਚੱਕਾਂਗੇ, ਉਹ ਤਾਂ ਇੱਦਾਂ ਹੀ ਆ, ਹੱਥ ਨੂੰ ਹੱਥ ਆ, ਪੰਜਾਬੀ 'ਚ ਕਾਲ 'ਤੇ ਆ, ਤੇ ਹੱਥ ਨੂੰ ਹੱਥ ਆ ਬਈ, ਤਾੜੀ ਤਾਂ ਰੋਹੀ ਹੱਥਾਂ ਵਗ ਰਹੀ ਆ, ਤੁਸੀਂ ਵੀ ਕਸ਼ਮੀਰ ਦੀ ਚੱਕੀ ਚਲੋ, ਇਹਨਾਂ ਨੂੰ ਦਿਓ ਬਈ ਇਹਨਾਂ ਦੇ ਹੱਕ, ਜਾਂ ਇਹਨਾਂ ਨੂੰ ਰਾਏ ਸ਼ੁਮਾਰੀ ਦਾ ਅਧਿਕਾਰ ਦੇ ਦਿਓ, ਚਲੋ ਰਾਏ ਸ਼ੁਮਾਰੀ ਦੇ ਤਾਂ ਅਸੀਂ ਹੱਕ 'ਚ ਵੀ ਹੈਗੇ ਹਾਂ ਪੰਜਾਬੀ ਮੰਚ 'ਤੇ, ਮੈਂ ਵੀ ਅੱਜ ਤੋਂ ਕਾਫੀ ਸਾਲ ਪਹਿਲਾਂ ਇਸ ਗੱਲ 'ਤੇ ਐਡੀਟੋਰੀਅਲ ਵੀ ਮੈਂ ਲਿਖਿਆ ਸੀ ਕਿ ਕਸ਼ਮੀਰੀ ਲੋਕਾਂ ਨੂੰ ਇੱਥੇ ਵੀ ਹਮੇਸ਼ਾ ਰਾਏ ਸ਼ੁਮਾਰੀ ਦਾ ਹੱਕ ਦਿੱਤਾ ਜਾਂਦਾ, ਅਮਰੀਕਾ ਨੇ ਦਿੱਤਾ, ਕੈਨੇਡਾ ਨੇ ਦਿੱਤਾ, ਕਈ ਵਾਰ ਰਾਏ ਸ਼ੁਮਾਰੀ ਹੋਈ ਵੀ ਆ, ਈਵਨ ਇੰਗਲੈਂਡ 'ਚ ਹੁਣ ਰਾਏ ਸ਼ੁਮਾਰੀ ਹੋ ਕੇ ਹਟੀ ਆ, ਰਾਈਟ, ਯੂਨਾਈਟਿਡ ਕਿੰਗਡਮ ਦੇ ਵਿੱਚ ਰਾਏ ਸ਼ੁਮਾਰੀ ਹੋਈ ਆ, ਲੇਕਿਨ ਹਰ ਗਿਆ ਮੁਲਕ ਇਕੱਠਾ ਰਹੀ ਆ, ਰਾਈਟ। ਇਸ ਤਰ੍ਹਾਂ ਹੁਣ ਯੂਰਪ ਦੇ ਵਿੱਚ ਵੀ ਰਾਏ ਸ਼ੁਮਾਰੀ ਹੋ ਕੇ ਹਟੀ ਆ, ਜਿਹਨੂੰ ਆਪਾਂ ਰੈਫਰੈਂਡਮ ਜਾਂ ਪਲੈਬੀਸਾਈਟ ਕਹਿੰਦੇ ਆ, ਉੱਥੇ ਵੀ ਹੋ ਕੇ ਹਟੀ ਆ, ਰਾਈਟ, ਉਹ ਇੰਗਲੈਂਡ ਵਾਲੇ ਨਿਕਲ ਗਿਆ, ਯੂਨਾਈਟਿਡ ਕਿੰਗਡਮ ਵਾਲੇ ਯੂਰਪੀਅਨ ਯੂਨੀਅਨ ਦੇ ਵਿੱਚੋਂ ਨਿਕਲ ਗਿਆ, ਲੇਕਿਨ ਉਹ ਕੋਈ ਲੜਾਈ ਝਗੜਾ ਨਹੀਂ ਹੋਇਆ, ਉਹ ਵੋਟਾਂ ਦੇ ਨਾਲ ਹੀ ਨਿਕਲ ਗਿਆ। ਇਸ ਤਰ੍ਹਾਂ ਹੁਣ ਇੰਗਲੈਂਡ ਦੇ ਵਿੱਚ ਵੀ ਹੋ ਕੇ ਹਟੀ ਪਿੱਛੇ, ਉਹ ਵੋਟਾਂ ਦੇ ਨਾਲ ਹੀ, ਉਹ ਲੇਕਿਨ ਉਹ ਹਾਰ ਗਿਆ, ਉਹ ਨਹੀਂ ਜੁੜਿਆ ਨਹੀਂ ਹੋ ਸਕਿਆ। ਸਕਾਟਲੈਂਡ ਨੇ ਵੱਖਰਾ ਹੋਣਾ ਸੀ, ਕੈਨੇਡਾ ਦੇ ਵਿੱਚ ਕਿਉਂਕਿ ਨੇ ਵੱਖਰਾ ਹੋਣਾ ਸੀ, ਉਹ 1% ਜਾਂ 1.5% ਵੋਟਾਂ ਦੇ ਸਿਰਫ ਫਰਕ ਪਿਆ, ਰਾਈਟ, ਉਹਦੇ ਵਿੱਚ ਜ਼ਿਆਦਾ ਇਹ ਕਿਹਾ ਜਾਂਦਾ ਕਿ ਪੰਜਾਬੀ ਲੋਕ ਵਿੱਚ ਆ ਗਿਆ, ਕੈਨੇਡਾ ਨੇ ਇਕੱਠੇ ਨਹੀਂ ਸੀ ਰਹਿਣਾ, ਉਹਦੇ ਵਿੱਚ ਕਿਊਬਕ ਨੇ ਅਲੱਗ ਹੋ ਜਾਣਾ ਸੀ। ਈਵਨ ਅਮਰੀਕਾ ਦੇ ਵਿੱਚ ਵੀ ਰਾਏ ਸ਼ੁਮਾਰੀ ਹੋ ਚੁੱਕੀ ਆ, ਜਿਹੜਾ ਇੱਥੇ ਦਾ ਪ੍ਰੋਵਿੰਸ ਹੈ, ਪ੍ਰੋਵਿੰਸ ਨੂੰ ਦਰਜਾ ਨਹੀਂ ਆ, ਪੋਰਟੋਰੀਕੋ ਜਿਹੜੀ ਟੈਰੀਟਰੀ ਆ, ਉਹਨਾਂ ਦੇ ਕੋਲ ਸਟੇਟਹੁੱਡ ਦਾ ਦਰਜਾ ਨਹੀਂ ਆ, ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਭਾਈ ਵੋਟਾਂ ਪਾ ਲਓ, ਜੇ ਵੱਖਰੇ ਹੋਣਾ ਚਾਹੁੰਦੇ ਵੱਖਰੇ ਹੋ ਜਾਓ ਅਮਰੀਕਾ ਨੂੰ ਮੇਰੇ ਸ਼ੱਕ, ਉਹ ਹੋਣਾ ਨਹੀਂ ਚਾਹੁੰਦੇ, 5% ਲੋਕ ਬਸ ਹੀ ਵੱਖਰੇ ਹੁੰਦੇ ਆ ਕਿਤੇ ਵੋਟਾਂ ਪਾਉਂਦੇ ਆ, ਉਹ ਸਾਰੇ ਅਮਰੀਕਾ ਵਾਲੇ ਰਹਿਣਾ ਚਾਹੁੰਦੇ ਆ, ਹਾਲਾਂਕਿ ਉੱਥੇ ਜਿਹੜੀ ਉਹਨਾਂ ਦੀ ਭਾਸ਼ਾ ਹੈ ਉਹ ਸਪੈਨਿਸ਼ ਆ, ਉਹ ਸਪੈਨਿਸ਼ ਬੋਲਦੇ ਲੋਕ, ਲੇਕਿਨ ਅਮਰੀਕਾ ਤੋਂ ਅਲੱਗ ਨਹੀਂ ਹੋਣਾ ਚਾਹੁੰਦੇ, ਅਮਰੀਕਾ ਨੇ ਕੋਈ ਉਹਨਾਂ ਨੂੰ ਧੱਕੇ ਨਾਲ ਨਹੀਂ ਰੱਖਿਆ ਹੋਇਆ, ਉਹਨਾਂ ਨੂੰ ਬਕਾਇਦਾ ਉੱਥੇ ਰਾਏ ਸ਼ੁਮਾਰੀ ਹੋਈ ਆ, ਰੈਫਰੈਂਡਮ ਹੋਇਆ, ਜਦੋਂ ਕਹਿੰਦੇ ਅਸੀਂ ਨਹੀਂ ਜੁੜੇ, ਹੁਣ 5% ਲੋਕਾਂ ਦੇ ਕਹਿਣ 'ਚ ਥੋੜ੍ਹੀ ਜਿਹਾ ਹੋ ਜੂਗੇ, ਮੋਰ ਦੈਨ 50% ਲੋਕ ਕਹਿਣਗੇ, ਫਿਰ ਇਹ ਅਲੱਗ ਕੀਤਾ ਜਾ ਸਕਦਾ ਨਾ। ਇਸ ਕਰਕੇ ਮੈਂ ਉਹਦੇ ਹੱਕ ਵਿੱਚ ਆਰਟੀਕਲ ਵੀ ਲਿਖਿਆ ਸੀ ਤੇ ਜੇ ਕਸ਼ਮੀਰੀ ਲੋਕਾਂ ਦੇ ਵਿੱਚ ਜੇ ਉਹ ਰੈਫਰੈਂਡਮ ਕਰਾਉਂਦੇ ਆ, ਹੋ ਸਕਦਾ ਅਲੱਗ ਨਾ ਹੀ ਹੋਣ, ਪੰਜਾਬ ਦੇ ਵਿੱਚ ਜਾਂ ਕਸ਼ਮੀਰ ਦੇ ਕਿਤੇ ਵੀ ਰੈਫਰੈਂਡਮ ਕਰਾਇਆ ਜਾ ਸਕਦਾ, ਕੋਈ ਜ਼ਰੂਰੀ ਨਹੀਂ ਆ ਵੀ ਉਹ ਲੋਕ ਅਲੱਗ ਹੋਣਗੇ। ਪਰ ਦੂਜੇ ਪਾਸੇ ਸਵਾਲ ਇਹ ਵੀ ਬਣਦਾ ਵੀ ਜੇ ਕਸ਼ਮੀਰ 'ਚ ਕਰਾਉਣਾ ਤੇ ਬਲੋਚਿਸਤਾਨ 'ਚ ਕਿਉਂ ਨਹੀਂ ਕਰਾਉਣਾ ਫਿਰ, ਰਾਈਟ, 40% ਹਿੱਸਾ ਪਾਕਿਸਤਾਨ ਦਾ ਬਲੋਚਿਸਤਾਨ ਹੈ, ਬਲੋਚਿਸਤਾਨ ਵਾਲੇ ਵੀ ਕਈ ਸਾਲਾਂ ਤੋਂ ਆਜ਼ਾਦੀ ਲੜਾਈ ਉਹਨਾਂ ਨੇ ਵੀ ਜਾਇਜ਼ ਆ, ਬਟ ਜਿੱਦਾਂ ਅੰਗਰੇਜ਼ੀ 'ਚ ਕਹਾਵਤ ਆ ਕਹਿੰਦੇ ਆ, ਬਟ ਗੁੱਡ ਫੋਰ ਦ ਗੂਸ ਇਜ਼ ਗੁੱਡ ਫੋਰ ਦ ਗੈਂਡਰ, ਰਾਈਟ। ਫਿਰ ਜੇ ਕਸ਼ਮੀਰੀਆਂ ਲਈ ਰਾਏ ਸ਼ੁਮਾਰੀ ਕਰਾਉਣੀ ਚੰਗੀ ਆ ਤੇ ਬਲੋਚੀਆਂ ਲਈ ਕਹਿੰਦੇ ਮਾੜੀ ਆ, ਉਹਨਾਂ ਨੂੰ ਵੀ ਹੱਕ ਉੱਦਾਂ ਹੀ ਆ, ਉਹ ਵੀ ਤਾਂ ਹੋਣਾ ਚਾਹੁੰਦੇ ਹੀ ਆ, ਉੱਥੇ ਵੀ ਕਰਾ ਲਓ, ਉੱਥੇ ਵੀ ਕਹਿੰਦੇ ਪਤਾ ਲੱਗ ਜੂ, ਫਿਰ ਹਿੰਦੁਸਤਾਨ ਦਾ 10% ਟੁੱਟ ਗਿਆ, ਉਹਨਾਂ ਦਾ 24% ਟੁੱਟ ਜਾਣਾ ਤਕਰੀਬਨ, ਉੱਥੇ ਵੀ ਕਰਾ ਕੇ ਦੇਖ ਲਓ ਫਿਰ। ਉਹ ਤਾਂ ਹੀ ਹੁਣ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਮੋਦੀ ਸਾਹਿਬ ਨੇ 2 ਵਾਰੀ ਬਿਆਨ ਦਿੱਤਾ, ਉਹਨੇ ਉਹ ਪਾਕਿਸਤਾਨ ਨੂੰ ਫਿਕਰ ਪਏ ਆ, ਉਹ ਕਹਿੰਦੇ ਵੀ ਬਲੋ ਬਲੋਚੀ ਲੋਕ ਮੇਰੀ ਸਿਫਤ ਕਰਦੇ ਇਸ ਗੱਲ 'ਚ, ਉਹ ਤਾਂ ਕਰਨਗੇ, ਕਿਉਂਕਿ ਉਹਨਾਂ ਦਾ ਜਿਹੜਾ ਮਸਲਾ ਸੀ ਉਹਨਾਂ ਨੂੰ ਥੋੜ੍ਹਾ ਕੌਮਾਂਤਰੀ ਰੂਪ ਮਿਲ ਗਿਆ, ਉਹਨੂੰ ਇੰਟਰਨੈਸ਼ਨਲਾਈਜ਼ ਕਰ ਦਿੱਤਾ ਗਿਆ, ਅੱਗੇ ਕਿਸੇ ਮੁਲਕ ਨੇ ਕਦੇ ਉਹਨਾਂ ਦੀ ਗੱਲ ਹੀ ਨਹੀਂ ਕੀਤੀ। ਹੁਣ ਇੱਕ ਵੱਡੇ ਕੰਟਰੀ ਦੇ ਪ੍ਰਾਈਮ ਮਿਨਿਸਟਰ ਨੇ 2 ਵਾਰੀ ਨਾਂ ਲਿਆ ਤਾਂ ਭਾਵੇਂ 3 ਲਾਈਨਾਂ ਗਈਆਂ ਹੋਣੀ, 3 ਲਾਈਨਸ, ਨੋਟ ਮੋਰ ਦੈਨ ਦੈਟ, ਪਰ ਉਹਦੇ ਨਾਲ ਵੀ ਉਹ ਮਸਲਾ ਸੀ ਜਿਹੜਾ ਦੁਨੀਆ ਦੇ ਸਾਹਮਣੇ ਆ ਗਿਆ, ਇੰਟਰਨੈਸ਼ਨਲਾਈਜ਼ ਹੋਇਆ। ਸੋ ਐਨੀਵੇ,
ਸੋ ਗੱਲ ਦੂਜੀ ਇਹ ਆ ਵੀ ਜੇ ਲੜਾਈ ਹੋਈ ਤਾਂ ਨੁਕਸਾਨ ਪਾਕਿਸਤਾਨ ਦਾ ਤਾਂ ਇੰਡੀਆ ਦਾ ਨਹੀਂ ਹੋਣਾ, ਪੰਜਾਬ ਦਾ ਭੱਠਾ ਲੈਣਾ, ਉੱਧਰ ਪੰਜਾਬ ਹੈ ਇੱਧਰ ਵੀ ਪੰਜਾਬ। ਇਹ ਗੱਲ ਆਪਾਂ ਦੋ ਤਿੰਨ ਹਫ਼ਤੇ ਪਹਿਲਾਂ ਵੀ ਕਹੀ ਸੀ ਪੰਜਾਬੀ ਮੰਚ ਦੇ ਮੰਚ ਤੋਂ, ਇਸ ਸਟੇਜ ਤੋਂ ਆਪਾਂ ਗੱਲ ਕਹੀ ਸੀ। ਐਕਚੁਅਲ ਲੜਾਈ ਇਹ ਪੰਜਾਬਾਂ ਦੀ ਆ, ਉਹ ਉਦੋਂ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀਆਂ ਫੌਜਾਂ ਫੌਜਾਂ ਭਾਰ ਗਏ ਨੇ। ਹੁਣ ਉਹ ਗੱਲ ਨਹੀਂ ਹੈ, ਹੁਣ ਜੰਗ ਹਿੰਦ ਪੰਜਾਬ ਦਾ ਕਹਿਣਾ, ਇਹ ਜੰਗ ਪੰਜਾਬ ਪੰਜਾਬ ਦਾ ਹੋਣ ਲੱਗਾ। ਐਕਚੁਅਲੀ ਪੰਜਾਬ ਦਾ ਜੰਗ ਜੰਗ ਹੋਣਾ ਆਪਸ ਵਿੱਚ ਹੀ, ਉੱਧਰ ਵੀ ਪੰਜਾਬੀ ਲੋਕ ਜਿਹੜੇ ਬਹਾਦਰ ਨੇ ਉਹ ਲੜਦੇ ਨੇ ਮੁਹਰੇ ਹੋ ਕੇ, ਉਹਨਾਂ ਦਾ ਜਿਹੜਾ ਇਲਾਕਾ ਉਹ ਲੜਾਈ ਦਾ ਮੈਦਾਨ ਬਣਦਾ। ਇੱਧਰ ਤੁਹਾਡਾ ਪੰਜਾਬ ਜਿਹੜਾ ਹੈ ਲੜਾਈ ਦਾ ਪੰਜਾਬ, ਹੈ ਸਾਨੂੰ ਤਾਂ ਉਹਨਾਂ ਦਾ ਵੀ ਉਨਾ ਹੀ ਦੁੱਖ ਆ, ਸਾਡੇ ਮਿੱਤਰ ਸੱਜਣ ਭਾਈ ਭਰਾ ਸਾਰੇ ਉਹੀ ਆ। ਰੋਜ਼ ਉਹਨਾਂ ਦੀਆਂ ਮੈਂ ਰੋਜ਼ ਅਸਾਈਨਮੈਂਟਾਂ 'ਤੇ ਜਾਂਦਾ, ਪੰਜਾਬੀ ਬੋਲਦੇ ਆ, ਹੈ ਪੰਜਾਬੀ 'ਚ ਕਰਦੇ, ਕਈ ਵਾਰ ਮੇਰੀ ਅਸਾਈਨਮੈਂਟ ਜਿਹੜੀ ਉਰਦੂ 'ਚ ਹੁੰਦੀ ਆ, ਜਦੋਂ ਮੈਂ ਉੱਥੇ ਪਹੁੰਚਦਾ ਉਹ ਪੰਜਾਬੀ ਬੋਲਦੇ ਹੁੰਦੇ ਆ, ਉਹ ਕਹਿੰਦੇ ਵੀ ਜੀ ਤੁਸੀਂ ਪੰਜਾਬੀ ਬੋਲਦੇ ਆ, ਇਹ ਕਹਿੰਦੇ ਪੰਜਾਬੀ 'ਚ ਹੀ ਕਰਦੇ ਹੋ। ਮੈਂ ਕਿਹਾ ਮੈਨੂੰ ਕੋਈ ਫਰਕ ਨਹੀਂ, ਕਈ ਕਹਿੰਦੇ ਚਲੋ ਉਰਦੂ 'ਚ ਹੁਣ ਰਜਿਸਟਰ ਹੋਈ ਆ, ਉਰਦੂ 'ਚ ਕਈ ਚੱਲਾਂਗੇ ਪਰ ਆਪਾਂ ਉੱਦਾਂ ਗੱਲ ਪੰਜਾਬੀ 'ਚ ਕਰਾਂਗੇ। ਹੈ ਉਹ ਬੜੇ ਮਿੱਤਰ ਪਿਆਰੇ ਨੇ, ਬੜੇ ਪਿਆਰ ਨਾਲ ਮਿਲਦੇ ਨੇ ਉਹ ਵੀ, ਹੈ ਜਰਮਨੀ ਵਿੱਚ ਵੀ ਮੇਰੇ ਨਾਲ ਮੇਰੇ ਮਿੱਤਰ ਪਿਆਰੇ ਜਿਹੜੇ ਸੀ ਉਹ ਪਾਕਿਸਤਾਨੀ ਪੰਜਾਬੀ ਸੀਗੇ, ਇੱਕੋ ਥਾਲੀ 'ਚ ਅਸੀਂ ਖਾਂਦੇ ਸੀ। ਇੱਥੇ ਵੀ ਇੱਦਾਂ ਮਿੱਤਰ ਸੱਜਣ ਨੇ, ਹੈ ਪੰਜਾਬੀ ਉਹ ਸਾਨੂੰ ਪਤਾ ਲੱਗਦਾ, ਕਦੇ ਕਿਸੇ ਨੂੰ ਪੁੱਛਿਆ ਵੀ ਨਹੀਂ, ਕਈ ਵਾਰ ਬਾਅਦ 'ਚ ਪਤਾ ਲੱਗਦਾ ਵੀ ਬੰਦਾ ਪਾਕਿਸਤਾਨ ਦਾ, ਉਹ ਸਾਨੂੰ ਵੀ ਨਹੀਂ ਪੁੱਛਦੇ ਕਈ ਵਾਰ। ਹਾਂ ਪੰਜਾਬੀ ਬੋਲਣੀ ਗੱਲ ਹੀ ਸ਼ੁਰੂ ਕਰ ਦਿੱਤੀ ਆਪਸ ਵਿੱਚ ਹੀ, ਪਤਾ ਹੀ ਲੱਗਦਾ। ਸੋ ਗੱਲ ਤਾਂ ਇਹ ਵੀ ਦੁੱਖ ਬੜਾ ਹੋਣਾ ਇਸ ਗੱਲ ਦਾ, ਪੰਜਾਬੀ ਨੂੰ ਦੁੱਖ ਸਭ ਤੋਂ ਵੱਧ ਹੋਣਾ। ਭੱਠਾ ਉਹਨਾਂ ਨੂੰ ਵੀ ਬਹਿਣਾ, ਮੈਦਾਨੀ ਇਲਾਕਾ ਹੈ ਉੱਥੇ ਹੀ ਹੋਣਾ ਭੱਠਾ ਸਾਰਾ ਬਹਿਣਾ, ਉਹਨਾਂ ਨੂੰ ਵੀ ਖਰਾਲੀ ਕਰਾ ਲਿਆ, 10-10 ਮੀਲ ਦਾ ਇਲਾਕਾ, 10-10 ਕਿਲੋਮੀਟਰ ਦਾ ਤੁਸੀਂ ਵੀ ਕਰਵਾ ਰਹੇ ਆ, ਹੈ ਤੇ ਫਿਲਹਾਲ ਤਾਂ ਮਸਲਾ ਟੜਿਆ ਪਰ ਕਿੰਨੀ ਕੁ ਦੇਰ ਟੜਿਆ ਰਹੂਗਾ। ਆ ਹੁਣੇ ਮੈਂ ਆਰਟੀਕਲ ਕੱਢਿਆ ਸੀ, ਆ ਮੈਂ ਲਾਇਆ ਹੋਇਆ ਸਾਹਮਣੇ ਖੋਲ ਕੇ, ਉਹ ਗਾਰਡੀਅਨ ਦਾ ਹੈ ਆਰਟੀਕਲ, ਤੁਹਾਡੇ ਜਿਹੜਾ ਗਾਰਡੀਅਨ ਹੈ ਸ਼੍ਰੀ ਲੰਕਾ ਵਾਲਾ, ਸ਼੍ਰੀ ਲੰਕਾ ਗਾਰਡੀਅਨ ਦਾ ਮੈਂ ਇੱਕ ਵਾਰੀ ਫਿਰ ਉਹਨੂੰ ਹਾਫ ਸਕਰੀਨ 'ਤੇ ਲੈ ਆਉਣਾ ਤਾਂ ਕਿ ਆਪਣੇ ਜਿਹੜੇ ਬਾਕੀ ਲੋਕ ਆ ਉਹਨੂੰ ਦੇਖ ਸਕਣ। ਸੋ ਆਈ ਵਿਲ ਬ੍ਰਿੰਗ ਇਟ ਹੀਅਰ ਅਪ ਫਰੰਟ, ਸੋ ਲੈਟ ਮੀ ਮੇਕ ਇਟ। ਆਹ ਮੈਂ ਸਕਰੀਨ ਥੋੜ੍ਹੀ ਛੋਟੀ ਕਰ ਦਿੰਦਾ ਤਾਂ ਕਿ ਆਪਣੇ ਹੋਰ ਲੋਕ ਵੀ ਉਸ ਆਰਟੀਕਲ ਨੂੰ ਤੁਸੀਂ ਉਹਦੇ 'ਚ ਦੇਖਣੇ ਹੋਈ ਪੜ੍ਹਨਾ ਵੀ ਕਿਵੇਂ ਪੁੱਛਦੇ ਨੇ ਬੰਦੇ। ਸੋ ਹੇਅਰ ਇਟ ਇਜ਼, ਲਓ ਜੀ ਆਹ ਹੈ ਜਿਹੜਾ ਕਿ ਗੂਗਲ ਤੋਂ ਮੈਂ ਕੱਢਿਆ, ਗੂਗਲ ਤੋਂ ਬੇਸ਼ੁਮਾਰ ਆਰਟੀਕਲ ਨੇ। ਇਸ ਆਰਟੀਕਲ ਦਾ ਸਲੇਖ ਹੈ ਮੈਂ ਦੁਬਾਰਾ ਫਿਰ ਦੁਹਰਾ ਦਿਆਂ, ਤੁਸੀਂ ਥੋੜ੍ਹਾ ਤੁਹਾਡਾ ਕਰੈਕਸ਼ਨ ਕੱਢ ਕੇ ਸੀ, ਇੰਡੋ ਪਾਕ ਕ੍ਰਾਈਸਿਸ, ਇੰਡੀਆ ਟੂ ਸੀਲ ਬਾਰਡਰ ਵਿਦ ਪਾਕਿਸਤਾਨ ਬਾਈ ਦਸੰਬਰ 2018, 2018 ਤੱਕ ਬਾਰਡਰ ਸੀਲ ਕਰ ਦੇਣਾ ਇੰਡੀਆ ਪਾਕਿਸਤਾਨ ਨੇ ਆਪਸ ਵਿੱਚ ਹੀ। ਥੋੜ੍ਹੀ ਜਿਹੀ ਉਮੀਦ ਹੋਈ ਸੀ ਕਿ ਸੰਬੰਧ ਚੰਗੇ ਹੋ ਗਏ ਆ, ਹਾਲਾਤ ਸੁਖਾਵੇ ਹੋ ਗਏ ਆ, ਆਪਸ ਵਿੱਚ ਹੀ ਬੱਸਾਂ ਜਾਂਦੀਆਂ, ਵਪਾਰ ਹੁੰਦੀ ਆ, ਹੁੰਦਾ ਫਲ ਫਰੂਟ ਆਉਂਦਾ ਦੋਹੀ ਪਾਸੀ, ਬਾਕੀ ਸੱਭਿਆਚਾਰ ਦਾ ਆਦਾਨ ਪ੍ਰਦਾਨ ਹੁੰਦਾ, ਰਾਈਟ। ਸੋਹਣਾ ਸੋਹਣੇ ਜਿੱਦਾਂ ਹਾਲਾਤ ਕੋਈ ਚੰਗੇ ਨਜ਼ਰ ਆਉਣ ਲੱਗ ਪਿਆ ਸੀ, ਪਰ ਇੱਥੇ ਸਾਨੂੰ ਤਾਂ ਬਹੁਤਾ ਫਰਕ ਨਹੀਂ ਪੈਂਦਾ, ਪਰ ਇੱਥੇ ਵੀ ਕੜੱਤਣ ਭਰ ਜਾਂਦੀ ਆ। ਜਦੋਂ ਇੱਥੇ ਕੜੱਤਣ ਭਰਦੀ ਆ, ਇੱਥੇ ਤਾਂ ਅਸੀਂ ਤਾਂ ਦੂਰੇ ਰਹਿੰਦੇ ਹਾਂ, ਇੱਥੇ ਸਾਡੇ ਹਾਲਾਤ ਬੜੇ ਵਧੀਆ ਹੁੰਦੇ ਆਪਸ ਵਿੱਚ ਹੀ, ਪੰਜਾਬੀ ਦੇ ਭਰਾਵਾਂ ਭਰਾਵਾਂ ਇਸ ਤਰ੍ਹਾਂ ਮਿਲਦੇ ਆ, ਜੱਫੀ ਪਾ ਕੇ ਮਿਲਦੇ ਆ, ਪਰ ਇੱਥੇ ਵੀ ਥੋੜ੍ਹੀ ਜਿਹੀ ਉਹ ਜਿਹੜੀ ਹੈ ਨਾ ਉਹ ਗੱਲ ਨਹੀਂ ਰਹਿੰਦੀ। ਜਦੋਂ ਉੱਧਰ ਤਣਾਅ ਆਉਂਦਾ, ਜਦੋਂ ਤੁਹਾਡੇ ਵਾਲੇ ਜਦੋਂ ਤਣਾਅ ਆਉਂਦਾ, ਸਾਡੇ ਵੀ ਇੱਧਰ ਵੀ ਥੋੜ੍ਹਾ ਥੋੜ੍ਹਾ ਜਿੱਦਾਂ ਫਿਰ ਕੁਦਰਤੀ ਗੱਲ ਆ, ਫਿਰ ਤਣਾਅ ਆਉਣਾ ਸ਼ੁਰੂ ਹੋ ਜਾਂਦਾ। ਭਈ ਬੇਸ਼ੱਕ ਬਹੁਤੇ ਬੰਦੇ ਤਾਂ ਕੰਡੈਮ ਹੀ ਕਰਦੇ ਇਸ ਗੱਲ ਨੂੰ, ਵੀ ਇਹ ਮਾੜੀ ਗੱਲ ਆ, ਵੀ ਦੋਹਾਂ ਧਿਰਾਂ ਦੀਆਂ ਸਰਕਾਰਾਂ ਥੋੜ੍ਹਾ ਥੰਮੇ ਤੋਂ ਕੰਮ ਲੈਣਾ ਚਾਹੀਦਾ, ਪਰ ਕਈ ਵਾਰ ਹਾਲਾਤ ਇਹੋ ਜਿਹਾ ਬਣ ਜਾਂਦੇ ਆ ਵੀ ਜਿਹੜੇ ਤੁਹਾਡੇ ਲੋਕਾਂ ਦੇ ਨਾ ਚਾਹੁੰਦਿਆਂ ਹੋਇਆ, ਵੀ ਲੋਕ ਨਹੀਂ ਚਾਹੁੰਦੇ ਹੁੰਦੇ ਕਦੇ ਵੀ ਮੁਲਕਾਂ ਦੇ ਜਿਹੜੇ ਲੋਕ ਆ ਉਹ ਨਹੀਂ ਚਾਹੁੰਦੇ ਹੁੰਦੇ ਵੀ ਜੰਗ ਹੋਵੇ। ਹਾਂ ਦੇਖੋ ਤਾਂ ਹੁਣ ਤਾਂ ਇਸ ਵੇਲੇ ਬਾਰਡਰ ਇੱਦਾਂ ਪਈ ਹੈ ਵੀ ਮਾੜੀ ਚੀਜ਼ ਜਿੱਦਾਂ ਕਿਸੇ ਦੋ ਪਿੰਡਾਂ ਦੀ ਜਾਂ ਬਸੀਨੇ ਦੀ ਜਾਂ ਖੇਤਾਂ ਦੀ, ਬਸੀਨੇ ਦੀ ਬਾਹਰ ਤੋਂ ਵੱਧ ਨਹੀਂ, ਬਸੀਨਾ ਹੀ ਹੈ ਇਸ ਵੇਲੇ ਤਾਂ ਮੈਨੂੰ ਬਸੀਨਾ ਨਜ਼ਰ ਆ ਰਿਹਾ। ਇਹ ਮੁਲਕਾਂ ਦੀ ਸਰਹੱਦ ਵਾਲਾ ਕੰਮ ਨਹੀਂ ਹੈ, ਪਰ ਸਾਡੇ ਕੈਨੇਡਾ ਅਮਰੀਕਾ ਜਾਂ ਤੁਹਾਡੀ ਨੇਪਾਲ ਦੀ ਸਰਹੱਦ ਵੀ ਇੱਦਾਂ ਦੀ, ਉਹ ਤਾਂ ਇੱਦਾਂ ਦੀ ਵੀ ਨਹੀਂ ਹੈ, ਰਾਈਟ। ਸਾਡੇ ਵੀ ਇੱਦਾਂ ਦੀ ਵੀ ਨਹੀਂ ਹੈ, ਕਈ ਥਾਂ ਕੁਛ ਵੀ ਨਹੀਂ ਹੈ, ਇੰਨੀ ਵੀ ਫੈਂਸ ਹੈ ਨਹੀਂ ਕੈਨੇਡਾ ਅਮਰੀਕਾ ਦੀ ਵਿੱਚ ਹੈਗੀ ਜਿਹੜੀ ਹੈਗੀ, ਅਤੇ ਮੈਕਸੀਕੋ ਵੀ ਬਹੁਤੇ ਥਾਵਾਂ 'ਤੇ ਇੱਦਾਂ ਦੀ ਹੈ, ਪਰ ਤੁਹਾਡੇ ਹੁਣ ਇਹ ਹਾਲਾਤ ਰਹਿਣੇ ਨੇ, ਜਿੱਦਾਂ ਗੱਲਬਾਤ ਲੱਗ ਰਹੀ ਆ ਇਹ ਹਾਲਾਤ ਰਹਿਣੇ ਨਹੀਂ ਵੀ ਬਾਰਡਰ ਸੀਲ ਹੋ ਜਾਣਾ। ਜੇ ਬਾਰਡਰ ਸੀਲ ਹੋਣਾ ਅਤੇ ਬਾਕੀ ਜਿਹੜਾ ਬਾਕੀ ਆਰ ਵਪਾਰ ਦਾ ਜਿਹੜਾ ਕੰਮ ਹੈ ਉਹ ਕਿੱਦਾਂ ਦਾ ਹੋਣਾ, ਉਹ ਵੀ ਤਾਂ ਉੱਦਾਂ ਦਾ ਹੋਣਾ। ਦੂਜੀ ਗੱਲ ਇਹ ਆ ਵੀ ਜੇ ਹਿੰਦੁਸਤਾਨ ਦੀ ਫੌਜ ਤਕੜੀ ਵੀ ਆ, ਹਿੰਦੁਸਤਾਨ ਦੇ ਕੋਲ ਹਵਾਈ ਜਹਾਜ਼ ਵੀ ਜ਼ਿਆਦਾ ਨੇ, ਟੈਂਕ ਵੀ ਜ਼ਿਆਦਾ ਨੇ, ਹਰ ਵੇਲੇ ਦਾਬਾ ਪਾ ਜਾਂਦਾ ਜਾਂ ਨਾਲ ਆਪਾਂ ਪਾ ਕੇ ਲੋਕ ਬੰਦ ਕਰਾ ਦਿੰਦੇ ਬਾਹਰਲੇ ਮੁਲਕ, ਪਰ ਸਵਾਲ ਇਹ ਆ ਕਈ ਵਾਰ ਸਿਰਫਰੇ ਹੁੰਦੇ ਆ ਕਈ ਫੌਜੀ ਜਰਨੈਲ, ਕਿਉਂਕਿ ਪਾਕਿਸਤਾਨ ਦਾ ਸਿਸਟਮ ਕੁਛ ਹੋਰ ਤਰ੍ਹਾਂ ਦਾ, ਕੋਈ ਪਤਾ ਥੋੜ੍ਹੀ ਆ। ਉਹ ਨਿਊਕਲੀਅਰ ਕੋਡ ਜਿਹੜੇ ਆ ਬੇਸ਼ੱਕ ਉਹ ਪ੍ਰਧਾਨ ਮੰਤਰੀ ਕੋਲ ਹੁੰਦੇ ਆ ਜਾਂ ਸਾਡੇ ਇੱਥੇ ਅਮਰੀਕਾ ਦੇ ਪ੍ਰੈਜੀਡੈਂਟ ਕੋਲ ਹੁੰਦੇ ਆ, ਰਾਈਟ। ਅਤੇ ਪਰ ਜਿਹੜੇ ਬਾਕੀ ਡਿਕਟੇਟਰਸ਼ਿਪ 'ਤੇ, ਤੁਹਾਡੇ ਫੌਜੀ ਢਾਂਚੇ 'ਤੇ, ਤੁਹਾਡੇ ਜਿਹੜੇ ਰਾਜਨੀਤਿਕ ਢਾਂਚੇ 'ਤੇ ਕਈ ਗੱਲਾਂ ਡਿਪੈਂਡ ਕਰਦੀਆਂ, ਹੋ ਸਕਦਾ ਪਾਕਿਸਤਾਨ ਦੇ ਜਿਹੜੇ ਜਰਨੈਲ ਆ ਉਹਨਾਂ ਦੇ ਕੋਲ ਵੀ ਹੋਣ, ਜਾਂ ਉਹ ਲੈ ਜਾਣ ਧੱਕੇ ਦੇ ਨਾਲ, ਰਾਈਟ।
ਇੱਕ ਪਾਸਿਓ ਇੱਕ ਬਟਨ ਦੱਬਣ ਦੀ ਲੋੜ ਆ, ਇੱਕ ਸ਼ਹਿਰ ਤੇ ਬੰਬ ਸਿੱਟ ਦਿੱਤਾ ਉਹਨਾਂ ਨੇ, ਚਾਹੇ ਦਿੱਲੀ ਆ, ਚਾਹੇ ਕਰਨਾਟਕਾ ਆ, ਚਾਹੇ ਕੋਈ ਵੀ ਆ, ਚਾਹੇ ਬੰਬੇ ਆ, ਚਾਹੇ ਕਲਕੱਤਾ ਆ, ਪਹਿਲਾਂ ਦਿੱਲੀ ਨੂੰ ਜਾਣਗੇ ਤੇ ਉਹ ਦੂਜੇ ਪਾਸੇ ਵੀ ਢਿੱਲ ਥੋੜਾ ਹੋਣੀ ਆ। ਹੁਣ ਪਿੱਛੇ ਮੈਂ ਪੜ੍ਹ ਰਿਹਾ ਸੀਗਾ ਵੀ ਜਿੱਦਾਂ ਘੱਟੋ ਘੱਟ ਐਟਲੀਸਟ ਉਹ ਕਹਿੰਦੇ ਸੀ 20 ਮਿਲੀਅਨ, 10 ਲੱਖ ਦਾ ਇੱਕ ਮਿਲੀਅਨ ਹੁੰਦਾ, 20 ਮਿਲੀਅਨ ਬੰਦਾ ਪਹਿਲੇ ਝਟਕੇ ਨਾਲ ਹੀ ਮਾਰਿਆ ਜਾਂਦਾ। ਅੱਗੇ ਤਾਂ ਫਿਰ ਆਪਾਂ ਹਜ਼ਾਰਾਂ ਦੀ ਗੱਲ ਕਰਦੇ ਹਾਂ, ਜਦੋਂ ਐਟਮੀ ਲੜਾਈ ਹੋਣੀ ਫਿਰ ਮਿਲੀਅਨ ਦੀ ਗੱਲ ਹੋਣੀ ਹੈ। ਪੰਜਾਬ ਦੇ ਵਿੱਚ ਤਾਂ ਰੇਡੀਏਸ਼ਨ ਦੇ ਨਾਲ ਹੀ ਸੱਤਿਆਨਾਸ਼ ਹੋ ਜਾਣਾ ਉੱਥੇ, ਜੇ ਬੰਬ ਉੱਥੇ ਨਹੀਂ ਵੀ ਡਿੱਗਿਆ ਰੇਡੀਏਸ਼ਨ ਤਾਂ ਸਾਰੇ ਪਾਸੇ ਵੀ ਜਾਣੀ ਹੈ। ਜਿਹੜੇ ਬੰਦੇ ਬਚਦੇ ਵੀ ਉੱਦਾਂ ਅਪਾਹੇ ਹੋ ਜਾਂਦੇ, ਉਹਨਾਂ ਦਾ ਕੀ ਬਚਦਾ, ਉਹਨਾਂ ਸੱਤਿਆਨਾਸ਼ ਹੋ ਜਾਂਦਾ। ਸੋ ਇਸ ਕਰਕੇ ਜਿਹੜੀ ਜਿਹੜੀ ਲੜਾਈ ਆ ਇਹ ਐਟਮੀ ਸ਼ਕਲ ਵੀ ਅਖਤਿਆਰ ਕਰ ਸਕਦੀ ਆ। ਇਹ ਕੋਈ ਜਿੱਦਾਂ ਇੱਦਾਂ ਲੱਗਦੀ ਵੀ ਅਣਹੋਣੀ ਹੈ, ਅਤਕਥਨੀ ਜੀ ਲੱਗਦੀ, ਅਤਕਥਨੀ ਨਹੀਂ ਹੈ, ਇਟਸ ਵੈਰੀ ਪੋਸੀਬਲ, ਇਟ ਕੁਡ ਟਰਨ ਇਨ ਟੂ ਦੈਟ। ਪਿਛਲੀ ਵਾਰੀ ਵੀ ਜਦੋਂ ਇੰਡੀਆ ਪਾਕਿਸਤਾਨ ਦੀ ਲੜਾਈ ਹੋਣ ਵਾਲੀ ਗੱਲ ਸੀ, ਉਸ ਵੇਲੇ ਵੀ ਮੈਂ ਇਸ ਗੱਲ 'ਤੇ ਖਦਸ਼ਾ ਪ੍ਰਗਟ ਕੀਤਾ, ਅਸੀਂ ਆਰਟੀਕਲ ਵੀ ਲਿਖਿਆ ਸੀ, ਐਡੀਟੋਰੀਅਲ ਵੀ ਲਿਖਿਆ ਸੀਗਾ, ਆਪਣੇ ਪ੍ਰੈਜੀਡੈਂਟ ਨੂੰ ਵੀ ਉਦੋਂ ਸੰਬੋਧਨ ਕਰਕੇ ਵੀ ਇੱਕ ਆਰਟੀਕਲ ਮੈਂ ਉਦੋਂ ਲਿਖਿਆ ਸੀ ਅਤੇ ਉਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤਾ ਜਾਵੇ। ਸਾਡੇ ਅਮਰੀਕਾ ਵੱਲੋਂ ਵੀ ਉਦੋਂ ਕੋਸ਼ਿਸ਼ਾਂ ਹੋਈਆਂ ਸੀ, ਲੜਾਈ ਟਲ ਟੁੱਟ ਗਈ ਸੀ, ਪਰ ਪਤਾ ਨਹੀਂ ਹੁੰਦਾ ਹਰ ਵੇਲੇ ਦੀ ਲੜਾਈ ਟਲਦੀ ਨਹੀਂ ਹੁੰਦੀ। ਫਿਲਹਾਲ ਤਾਂ ਕੁਛ ਤੁਹਾਨੂੰ ਬਾਕੀ ਜ਼ਿਆਦਾ ਪਤਾ ਹੈ, ਅਤੇ ਤੁਸੀਂ ਆਪਣੇ ਵੱਲੋਂ ਦੱਸੋ, ਆਪਣੇ ਵੱਲੋਂ ਵਿਚਾਰ ਪੇਸ਼ ਕਰੋ। ਬਾਕੀ ਜਿੱਥੇ ਤੱਕ ਤੁਹਾਡੀ ਪੋਲੀਟਿਕਸ ਦਾ ਸਵਾਲ ਹੈ, ਮੈਂ ਅੱਗੇ ਵੀ ਕਈ ਵਾਰ ਡਿਕਲੇਅਰ ਕਰ ਚੁੱਕਾ ਕਿ ਮੈਂ ਅਮੈਰੀਕਾ ਦਾ ਸ਼ਹਿਰੀ ਹਾਂ, ਮੇਰੀ ਅੱਧਿਓਂ ਵੱਧ ਜਿਹੜੀ ਉਮਰ ਹੈਗੀ ਆ, ਅੱਧਿਓਂ ਵੱਧ ਮੋਰ ਦੈਨ ਹਾਫ, ਮੈਂ ਤਾਂ ਹਿੰਦੁਸਤਾਨ 'ਚ ਸਿਰਫ ਆਪਣਾ ਜਿੱਦਾਂ ਬਚਪਨ ਦਾ ਟਾਈਮ, ਜਿੱਦਾਂ ਪੜ੍ਹਾਈ ਦਾ ਟਾਈਮ ਹੀ ਉੱਥੇ ਕੱਟਿਆ, ਬਾਕੀ ਤਾਂ ਮੇਰੀ ਸਾਰੀ ਉਮਰ ਬਾਹਰ ਹੀ ਨਿਕਲੀ ਆ। 35 ਸਾਲ ਮੈਨੂੰ ਇੱਥੇ ਆ ਗਏ, ਨੌਰਥ ਅਮਰੀਕਾ ਹੋ ਗਿਆ, 5 ਸਾਲ ਮੈਂ ਜੁੜ, 40 ਸਾਲ ਹੋ ਗਿਆ, ਰਾਈਟ, ਅਤੇ 2/3 ਮਾਰੀ ਮੇਰੀ ਜ਼ਿੰਦਗੀ ਤਾਂ ਬਾਹਰ ਨਿਕਲੀ ਆ, 1/3 ਹਿੰਦੁਸਤਾਨ 'ਚ ਆ। ਇਸ ਕਰਕੇ ਮੈਨੂੰ ਤਾਂ ਰਾਈਟ ਵੀ ਨਹੀਂ ਹੈ ਕਿ ਤੁਹਾਡੀ ਰਾਜਨੀਤੀ 'ਚ ਮੈਂ ਦਖਲ ਦੇਵਾਂ, ਮੈਂ ਕਿਉਂਕਿ ਅਮੈਰੀਕਾ ਦਾ ਸ਼ਹਿਰੀ ਹੈ, ਇੱਥੇ ਦੀ ਰਾਜਨੀਤੀ 'ਤੇ ਵੀ ਸਾਨੂੰ ਸੁਰਤ ਆਉਂਦੀ, ਇੱਥੇ ਰੋਜ਼ ਕੋਈ ਬੰਦਾ 'ਚ ਬੰਦਾ ਪੰਗਾ ਖੜਾ ਰਹਿੰਦਾ, ਸਾਡੇ ਕੱਲ੍ਹ ਦਾ ਇੱਥੇ ਪੰਗਾ ਖੜਾ ਹੋਇਆ, ਸਾਡੀ ਇਲੈਕਸ਼ਨ ਆਈ ਉੱਥੇ ਮੋਹਰੇ, ਰਾਈਟ, ਅਤੇ ਉਹ ਸਾਨੂੰ ਤਾਂ ਇੱਥੇ ਦੇ ਪੰਗੇ ਮਾਰ ਲੈਂਦੇ ਆ, ਅਤੇ ਬਾਕੀ ਕਿਉਂਕਿ ਪੰਜਾਬ ਦੇ ਨਾਲ ਹਮਦਰਦੀ ਆ, ਆਪਾਂ ਉੱਥੇ ਜੰਮੇ ਪਲੇ ਹਾਂ, ਰਾਈਟ, ਉੱਥੇ ਤਾਂ ਪਾਣੀ ਪੀਤਾ, ਬਾਕੀ ਤੁਹਾਡੇ ਵਰਗੇ ਮਿੱਤਰ ਸੱਜਣੀ ਉੱਥੇ ਬੈਠੇ, ਭਾਵੇਂ ਰਿਸ਼ਤੇਦਾਰ ਤੁਹਾਨੂੰ ਕੋਈ ਵੀ ਨਹੀਂ ਉੱਧਰ ਰਿਹਾ, ਭੈਣ ਭਾਈ ਕੋਈ ਨਹੀਂ, ਸਾਰੇ ਇੱਥੇ ਹੀ ਆ ਗਏ, ਕੋਈ ਫੌਰਨ 'ਚ ਬੈਠੇ, ਕੋਈ ਇੰਗਲੈਂਡ ਬੈਠੇ ਆ, ਕੋਈ ਨਿਊਜ਼ੀਲੈਂਡ ਬੈਠੇ, ਕੋਈ ਆਸਟ੍ਰੇਲੀਆ ਬੈਠੇ, ਕੈਨੇਡਾ ਬੈਠੇ, ਅਮਰੀਕਾ ਬੈਠੇ ਆ, ਇੱਥੇ ਕੋਈ ਹੈ ਨਹੀਂ, ਪਰ ਤੁਸੀਂ ਹੁਣ ਸਾਰੇ ਭੈਣ ਭਰਾ ਹੀ ਬਣ ਗਏ ਆ ਨਾ, ਫੇਸਬੁੱਕ ਨੇ ਸਾਰੇ ਭੈਣ ਭਰਾ ਹੀ ਬਣਾ ਕੇ, ਤੁਹਾਡੇ ਨਾਲ ਉਨਾ ਹੀ ਪਿਆਰ ਹੋ ਗਿਆ ਜਿੰਨੇ ਆਪਣੇ ਭੈਣ ਭਰਾਵਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਹੁੰਦਾ, ਉਦੋਂ ਵੱਧ ਹੀ ਹੋ ਗਿਆ। ਇਸ ਕਰਕੇ ਕੁਦਰਤੀ ਗੱਲ ਆ ਵੀ ਸਾਡਾ ਵੀ ਖੂਨ ਖੋਲਣ, ਜਿਹੜਾ ਖੂਨ ਆ ਖੋਲਣਾ ਸ਼ੁਰੂ ਹੋ ਜਾਂਦਾ। ਕੋਈ ਜ਼ਮਾਨਾ ਸੀ, ਬਹੁਤ ਸਾਰੇ ਸਾਲ ਤਾਂ ਮੈਂ ਇੰਡੀਆ ਦੀ ਪੋਲੀਟਿਕਸ ਤੋਂ ਅਲੱਗ ਥਰਾਗੀ ਰਿਹਾ, ਮੈਨੂੰ ਪਤਾ ਨਹੀਂ ਸੀ ਕੀ ਹੋ ਰਿਹਾ, ਪਰ ਜਦੋਂ ਤਾਂ ਮੇਰੇ 'ਤੇ ਕੁਛ ਅਟੈਕ ਕੀਤੇ ਗਏ, ਤੁਹਾਡੇ ਪੋਲੀਟੀਸ਼ੀਅਨ ਨੇ, ਤੁਹਾਡੇ ਇੱਥੇ ਦੇ ਮੁਸਟੰਡਿਆਂ ਨੇ, ਕੁਛ ਇੱਥੇ ਦੇ ਮੁਸਟੰਡਿਆਂ ਨੇ ਰਲ ਕੇ ਇੱਕ ਗੁੱਟ ਬਣਾ ਕੇ, ਰਾਈਟ, ਇਹਨਾਂ ਨੂੰ ਨਾਲ ਲੈ ਕੇ, ਉਹ ਤੋਂ ਬਾਅਦ ਫਿਰ ਵੀ ਸਰਗਰਮ ਹੋ ਗਿਆ। ਸੋ ਹੁਣ ਮੈਂ ਇੱਧਰ ਵੀ ਸਰਗਰਮੀ ਹਾਂ, ਇੱਧਰ ਵੀ ਸਰਗਰਮੀ ਹਾਂ, ਇੱਧਰ ਅਸੀਂ ਵਿਚਾਰਾ ਸ਼ੇਰ ਲਾਉਂਦਾ ਹੁੰਦਾ, ਮੈਂ ਇੱਥੇ ਮੈਨੂੰ ਲਾਉਣੀ ਚਾਹੀਦੀ ਵੀ ਆ, ਕਿਉਂਕਿ ਮੈਂ ਇੱਥੇ ਰਹੀ ਹਾਂ ਨਾ, ਮੇਰੇ ਸ਼ਹਿਰ 'ਚ ਜੋ ਕੁਛ ਹੁੰਦਾ ਉਹਨਾਂ ਨੂੰ ਮੈਂ ਨਹੀਂ ਬਖਸ਼ਦਾ, ਆਲੇ ਦੁਆਲੇ ਨੂੰ ਮੈਂ ਨਹੀਂ ਬਖਸ਼ਦਾ ਇੱਥੇ ਆਇਆ, ਪਰ ਇੱਥੇ ਵੀ ਕਦੇ ਕਦੇ ਗੱਲ ਹੋ ਜਾਂਦੀ ਹੈ, ਅਤੇ ਫਿਰ ਸਾਨੂੰ ਥੋੜ੍ਹਾ ਬਹੁਤ ਇੱਦਾਂ ਵੀ ਖੂਨ ਖੋਲਦਾ, ਚਲੋ ਭਾਵੇਂ ਸਿੱਧੀ ਦਖਲ ਅੰਦਾਜ਼ੀ ਨੇ ਅਸੀਂ ਨਹੀਂ ਕਰਦੇ, ਕਿਸੇ ਧਿਰ ਦਾ ਪੱਖ ਨਹੀਂ ਪੂਰਦੇ, ਕਿਸੇ ਪਾਰਟੀ ਦਾ ਮੈਂ ਪੱਖ ਨਹੀਂ ਪੂਰਦਾ ਦਾ, ਹਿੰਦੁਸਤਾਨ ਜੀ ਦਾ, ਚਾਹੇ ਉਹ ਕਾਂਗਰਸ ਜਾਂ ਕਾਂਗਰਸ ਵਿੱਚ ਮੇਰੇ ਬੜੇ ਮਿੱਤਰ ਬੈਠੇ ਨੇ ਇੱਥੇ ਵੀ, ਜਿਹਨਾਂ ਨੇ ਸਾਨੂੰ ਆਪਣੀ ਜਾਨ ਤਲੀ 'ਤੇ ਰੱਖ ਕੇ ਬਚਾਇਆ ਵੀ ਹੈ, ਹਾਲੇ ਵੀ ਰਾਜ ਇਹਨਾਂ ਦਾ ਸੀ, ਉਹਨਾਂ ਦੇ ਰਾਜ ਦੇ ਬਾਵਜੂਦ ਵੀ, ਉਹਨਾਂ ਦੇ ਰਾਜ ਸੀ, ਇੰਦਰਾ ਗਾਂਧੀ ਨੇ ਮੈਨੂੰ ਜੇਲ੍ਹ 'ਚ ਵੀ ਸਿੱਟਿਆ, ਸਾਡੇ ਗ੍ਰੰਥ ਵੀ ਕੱਢੇ, ਸਾਡੇ ਟੋਰਚਰ ਵੀ ਕੀਤਾ, ਸਭ ਕੁਛ ਹੋਇਆ, ਲੇਕਿਨ ਫਿਰ ਵੀ ਕਾਂਗਰਸ ਦੇ ਘਰ 'ਚ ਮੈਂ ਸੁਣਦਾ ਰਿਹਾ, ਬੜੇ ਬੜੇ ਲੀਡਰਾਂ ਦੇ ਘਰ 'ਚ ਵੀ ਮੈਂ ਸੁੱਤਾ, ਡਿਸਟ੍ਰਿਕਟ ਕਮੇਟੀ ਦੇ ਮੈਂਬਰਾਂ ਦੇ ਘਰ 'ਚ। ਇਸ ਕਰਕੇ ਉੱਧਰ ਵੀ ਮਿੱਤਰ ਬੈ, ਹੁਣ ਵੀ ਮਿੱਤਰ ਬੈਠੇ ਇੱਥੇ ਮੇਰੇ, ਉਹਨਾਂ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ, ਕੋਈ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਕਿਸੇ ਕਮਿਊਨਿਟੀ 'ਚ, ਕਿਸੇ ਪਾਰਟੀ 'ਚ, ਕਾਮਰੇਡ ਵੀ ਕਈ ਬੜੇ ਕੁੱਤੇ ਨੇ, ਰਾਈਟ, ਕਈ ਬੜੇ ਆਦਮੀ ਨੇ ਜਿਹੜੇ ਆਪਣੇ ਨੂੰ ਕਾਮਰੇਡ ਹੀ ਕਹਾਉਂਦੇ ਆ, ਕਿਤਾਬਾਂ ਵੀ ਉੱਦਾਂ ਦੀ ਲਿਖਦੇ ਆ, ਪ੍ਰਚਾਰ ਵੀ ਉੱਦਾਂ ਦਾ ਕਰਦੇ ਆ, ਉਹ ਵੀ ਕਈ ਬੜੇ ਆਦਮੀ ਨੇ, ਉਹ ਵੀ ਉਹਨਾਂ ਬਾਰੇ ਵੀ ਕੁਛ ਨਹੀਂ ਕਹਿ ਸਕਦੇ। ਜਨਤਾ ਪਾਰਟੀ 'ਚ ਵੀ ਕਈ ਮਿੱਤਰ ਬੈਠੇ ਨੇ, ਕਾਮਰੇਡਾਂ 'ਚ ਵੀ ਬੈਠੇ ਆ, ਜਨਤਾ ਪਾਰਟੀ 'ਚ ਬੜੇ ਮਿੱਤਰ ਬੈਠੇ ਨੇ, ਅਸੀਂ ਨਵੀਂ ਪਾਰਟੀ ਆਪ ਬਣੀ ਹੈ ਉਹ 'ਚ ਵੀ ਬਹੁਤ ਸਾਰੇ ਬੈਠੇ ਨੇ ਮਿੱਤਰ ਮੇਰੇ, ਰਾਈਟ, ਉਹਨਾਂ ਦੇ ਬੜੀਆਂ ਮੈਨੂੰ ਈਮੇਲ ਆਉਂਦੀ ਆ, ਸਾਡੀ ਸਪੋਰਟ ਕਰੋ, ਕਦੇ ਮੈਨੂੰ ਕਿਸੇ ਚੀਜ਼ ਨਾਲ ਅਟੈਕ ਕਰ ਦਿੰਦੇ ਆ, ਉਹਨਾਂ ਮੈਨੂੰ ਅਟੈਕ ਹੀ ਕਰ ਸਕਦੇ ਹੋ, ਮੈਂ ਕਹਿੰਦਾ ਤੁਸੀਂ ਮੈਨੂੰ ਅਟੈਕ ਨਹੀਂ ਕਰ ਸਕਦੇ, ਮੈਨੂੰ ਕਿਸੇ ਪੋਲੀਟੀਸ਼ੀਅਨ ਨਾਲ, ਇੰਡੀਆ ਦੇ ਕਿਸੇ ਲੀਡਰ ਦੇ ਨਾਂ ਦੇ ਨਾਲ, ਉਹਦੀ ਤਸਵੀਰ ਦੇ ਨਾਲ, ਕਿਸੇ ਪਾਰਟੀ ਨਾਲ ਮੈਨੂੰ ਅਟੈਕ ਨਹੀਂ ਕਰ ਸਕਦੇ। ਤੁਹਾਡੇ ਲਈ ਮੈਂ ਵੱਖਰਾ ਪੇਜ ਬਣਾ ਤਾ, ਪੋਲੀਟੀਸ਼ੀਅਨਸ ਪੇਜ, ਜਿਹੜਾ ਕਾਰਨਰ ਹੈ ਪੰਜਾਬੀ ਮੰਚ ਦੇ ਉੱਤੇ, ਉਹ ਤੁਹਾਡੇ ਲਈ ਹੀ ਬਣਾਇਆ, ਉੱਥੇ ਜੋ ਮਰਜ਼ੀ ਭਾਈ ਚੱਲੋ, ਖੁੱਲ੍ਹੀ ਛੁੱਟੀ ਤੁਹਾਨੂੰ, ਆਈ ਡੋਂਟ ਕੇਅਰ, ਆਲ ਆਫ ਯੂ, ਜਨਤਾ ਪਾਰਟੀ ਵਾਲੇ ਵੀ, ਕਾਂਗਰਸ ਵਾਲੇ ਵੀ, ਆਪ ਵਾਲੇ ਵੀ, ਅਗਲੀ ਹੁਣ ਤੁਹਾਡੀ ਕਿੰਨੀ ਹੋਰ ਬਣ ਗਈ ਪੰਜਾਬ ਦੀ, ਉਹ ਵੀ ਸਾਰੇ ਪਾਓ,
ਉੱਥੇ ਪਾਵਾਂ ਆਪਣੀ ਪੋਸਟ ਹੈ, ਪਰ ਮੈਨੂੰ ਨਹੀਂ ਤੁਸੀਂ ਟੈਗ ਕਰ ਸਕਦੇ, ਮੈਂ ਉਹ ਡਿਲੀਟ ਕਰ ਦਿੰਦਾ, ਜੇ ਨਹੀਂ ਅਗਲਾ ਇੱਕ ਦੋ ਵਾਰੀ ਕਰਦੇ ਤਾਂ ਫਿਰ ਮੈਂ ਬਾਅਦ 'ਚ ਡਿਲੀਟ ਕਰ ਦਿੰਦਾ। ਸੋ ਇਸ ਕਰਕੇ ਬੇਸ਼ੱਕ ਪੋਲੀਟੀਕਲ ਤੌਰ 'ਤੇ ਮੈਂ ਨਿਰਪੱਖ ਹਾਂ ਉਸ ਮਾਮਲੇ 'ਚ, ਮੈਨੂੰ ਰਹਿਣਾ ਵੀ ਚਾਹੀਦਾ, ਕਿਉਂਕਿ ਮੇਰੇ ਲਈ ਉਹ ਜਾਇਜ਼ ਵੀ ਨਹੀਂ, ਲੀਗਲ ਵੀ ਨਹੀਂ, ਨਾ ਮੈਂ ਕੰਟਰੀਬਿਊਟ ਕਰ ਸਕਦਾ, ਨਾ ਮੈਂ ਫੰਡ ਦੇ ਸਕਦਾ, ਨਾ ਮੈਂ ਵੋਟ ਪਾ ਸਕਦਾ ਤੁਹਾਡੇ ਇੱਥੇ ਲੋਕਲ। ਲੇਕਿਨ ਆਪਣੀ ਉੱਦਾਂ ਇੱਕ ਰਾਏ ਤਾਂ ਪ੍ਰਗਟ ਕਰ ਸਕਦਾ, ਲੜਾਈ ਕੋਈ ਚੰਗੀ ਗੱਲ ਨਹੀਂ ਹੈ, ਲੜਾਈ ਦੇ ਤਾਂ ਵਿਰੋਧ ਹੀ ਕਰਨਾ ਚਾਹੀਦਾ ਹੱਥ ਹੈ ਉਹ ਤਾਂ ਜਦੋਂ, ਲੇਕਿਨ ਜਦੋਂ ਸਾਰੇ ਹਿੰਦੇ ਨਿਕਾਰੇ ਹੋ ਜਾਣ ਕਈ ਵਾਰ ਉਹ ਤੋਂ ਬਗੈਰ ਚਾਰਾ ਵੀ ਨਹੀਂ, ਉਹ ਤਾਂ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਹੈ ਚੂਕਰ ਅਜ ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਦਾ ਸ਼ਮਸ਼ੀਰ ਦਸਤ। ਕਈ ਵਾਰ ਜਦੋਂ ਸਾਰੇ ਹਿੰਦੇ ਨਿਕਾਰੇ ਹੋ ਜਾਂਦੇ ਆ ਤਲਵਾਰ ਨੂੰ ਹੱਥ ਪਾਉਣਾ ਕਹਿੰਦੇ ਜਾਇਜ਼ ਵੀ ਹੁੰਦਾ, ਸੋ ਉਹੋ ਜਿਹੀ ਨੌਬਤ ਵੀ ਆ ਜਾਂਦੀ ਹੈ। ਵੈਸੇ ਲੜਾਈ ਜਿਹੜੀ ਆ ਉਹ ਚੂਕ ਚੰਗੀ ਗੱਲ ਨਹੀਂ ਹੈ, ਲੜਾਈ ਦੇ ਉੱਦਾਂ ਆਪਾਂ ਹੱਥ ਨਹੀਂ ਆ ਵਿਰੋਧੀ ਹਾਂ, ਪਰ ਸਮਟਾਈਮਸ ਕੈਂਟ ਅਵੋਇਡ ਇਟ ਰਾਈਟ। ਦੂਜੀ ਗੱਲ ਆ ਕਿ ਸ਼ਾਂਤੀ ਰੱਖਣ ਲਈ ਵੀ ਕਹਿੰਦੇ ਆ ਅਤੇ ਕਈ ਵਾਰ ਤੁਹਾਨੂੰ ਤਕੜੇ ਹੋਣਾ ਪੈਂਦਾ, ਤਕੜੇ ਹੋ ਕੇ ਹੀ ਉਹ ਜਿਹੜੀ ਸ਼ਾਂਤੀ ਰੱਖੀ ਜਾ ਸਕਦੀ ਹੈ। ਉਹ ਪੰਜਾਬੀ ਦੇ ਵਿੱਚ ਵੀ ਇੱਕ ਹਾਲਤ ਹੈ, ਜੇਕਰ ਹੈ ਅਮਨ ਨਾਲ ਪਿਆਰ ਤਾਂ ਉਹ ਜਗ੍ਹਾ ਜੰਗ ਲਈ ਤਿਆਰ ਰਾਈਟ। ਅਮਨ ਨਾਲ ਪਿਆਰ ਜੇ ਤੁਹਾਨੂੰ ਹੈਗਾ ਅਤੇ ਦੂਜੇ ਨੂੰ ਦੁਸ਼ਮਣ ਨੂੰ ਪਤਾ ਹੁੰਦਾ ਕਿ ਬੰਦਾ ਮਾਰੇ ਤਕੜਾ ਹੈ, ਉਹ ਵਾਰ ਹੀ ਨਹੀਂ ਕਰਦਾ। ਜੇ ਦੋਵੇਂ ਧੜਾਂ ਤਕੜੀਆਂ ਹੈ ਉਹਨਾਂ ਨੂੰ ਪਤਾ, ਬਾਕੀ ਅਮੈਰੀਕਾ ਦੀ ਅਤੇ ਸੋਵੀਅਤ ਯੂਨੀਅਨ ਦੀ ਕਿੰਨੇ ਸਾਲ ਪੋਲਿਸੀ ਸੀਗੀ, ਮੈਡ ਮੈਡ ਸੀਗੀ ਜਿਹੜੀ ਪੋਲਿਸੀ, ਮੈਡ ਮੀਨਸ ਮਿਊਚੁਅਲ ਅਸ਼ੋਰਡ ਡਿਸਟਰਕਸ਼ਨ, ਮੈਡ ਉਹਦਾ ਸ਼ਾਰਟਕੱਟ ਆ। ਦੋਹਾਂ ਧਿਰਾਂ ਨੂੰ ਪਤਾ ਸੀ ਕਿ ਜੇ ਅਸੀਂ ਵਾਰ ਕੀਤਾ ਉਹਨਾਂ ਨੇ ਵੀ ਕਰਨਾ, ਦੋਹਾਂ ਧਿਰਾਂ ਨੇ ਡਿਸਟਰੋਏ ਹੋ ਜਾਣਾ। ਇਸੇ ਕਰਕੇ ਉਹ ਜਿਹੜੀ ਮੈਡ ਦੀ ਪੋਲਿਸੀ ਸੀ, 70 ਸਾਲ ਐਟਮੀ ਜੰਗ ਹੋਈ ਨਹੀਂ, ਉਹਦੀ ਵਜ੍ਹਾ ਮੈਡ ਸੀ। ਉਹ ਮੈਡ ਵਾਲੀ ਪੋਲਿਸੀ ਇਸ ਵੇਲੇ ਇੰਡੀਆ ਪਾਕਿਸਤਾਨ 'ਚ ਵੀ ਉਹੀ ਲਾਗੂ, ਦੋਹਾਂ ਧਿਰਾਂ ਨੂੰ ਪਤਾ, ਕਿਉਂਕਿ ਉਹਨਾਂ ਨੇ ਵੀ ਕੋਲ ਤਕਰੀਬਨ 125 ਐਟਮ ਬੰਬ ਪਾਕਿਸਤਾਨ ਕੋਲ ਹੈਗਾ, ਇੰਨਾ ਕੁ ਇੰਡੀਆ ਕੋਲ ਆ, ਭਾਵੇਂ ਕੰਟਰੀ ਵੱਡਾ ਹੈ ਉਹਨਾਂ ਕੋਲ ਵੀ ਇੰਨਾ ਕੁ ਹੀ ਆ। ਜੇ ਐਟਮੀ ਪੱਧਰ ਤੇ ਗੱਲ ਗਈ ਦੋਹਾਂ ਨੇ ਨਹੀਂ ਬਚਣਾ। ਹਾਂ, ਜੇ ਕਨਵੈਨਸ਼ਨਲ ਵਾਰ ਵਿਰੋਧ ਲਈ ਤਾਂ ਪਾਕਿਸਤਾਨ ਨੇ ਹਾਰ ਜਾਣਾ, ਇਹ ਕੋਈ ਸ਼ੱਕ ਨਹੀਂ, ਪਾਕਿਸਤਾਨ ਬਿਲਕੁਲ ਲੂਜ਼ ਕਰੂਗਾ। ਪਰ ਜਦੋਂ ਲੂਜ਼ ਕਰਨਾ ਉਹਨਾਂ ਨੇ ਬੁਖਾਰ ਕੇ, ਹੋ ਸਕਦਾ ਕੋਈ ਸਿਰ ਫਿਰਿਆ, ਈਵਨ ਉਹਨਾਂ ਦਾ ਪ੍ਰਾਈਮ ਮਿਨਿਸਟਰ ਜਾਂ ਕੋਈ ਸਿਰ ਫਿਰਿਆ ਜਰਨੈਲ ਉਸ ਵੇਲੇ ਕਹਿ ਦੂਗਾ, ਜਾਂ ਤਾਂ ਕੋਲ ਵੀ ਹੋ ਸਕਦਾ ਪ੍ਰਾਈਮ ਮਿਨਿਸਟਰ ਤੋਂ, ਤੇ ਲੈਟ ਇਟ ਗੋ। ਅਸੀਂ ਤਾਂ ਕਿਉਂ ਕਹੀਏ ਕਿ ਸੋਚਦੇ ਵੀ ਸਾਨੂੰ ਹੋਰ ਮੈਨੀਆਂ 72 ਉੱਪਰ ਚਲ ਜਾਣਾ, ਅਸੀਂ ਸਵਰਗ ਵਿੱਚ ਪਹੁੰਚ ਜਾਣਾ, ਇਹ ਵੀ ਕੋਈ ਵਿਸ਼ਵਾਸ ਕਰਦੇ ਨਾ ਕਈ, ਅਸੀਂ ਜੇ ਮਰ ਵੀ ਗਏ ਕੋਈ ਨੀ, ਬਾਕੀ ਤਾਂ ਮਾਰੂ ਨਾ, 10-20 ਮਿਲੀਅਨ ਬੰਦਾ ਮਾਰੂ। ਇਸ ਕਰਕੇ ਉਹ ਨੌਬਤ ਵੀ ਆ ਸਕਦੀ, ਕੋਈ ਬੜੀ ਗੱਲ ਨਹੀਂ ਹੈ, ਇਟ ਕੁਡ ਹੈਪਨ। ਕਈ ਬੰਦੇ ਸੋਚਦੇ ਅਸੀਂ ਤਾਂ ਮਰਨਾ ਹੀ ਮਰਨਾ, ਕੋਈ ਨੀ ਬਾਕੀ ਨੂੰ ਵੀ ਲੈ ਕੇ ਡੁੱਬਣ ਨਾਲ, ਸੋ ਇਹ ਕੋਈ ਬੜੀ ਗੱਲ ਨਹੀਂ ਹੈ, ਇਟ ਕੁਡ ਹੈਪਨ। ਇਸ ਕਰਕੇ ਅਸੂਲੀ ਤੌਰ ਤੇ ਬੋਲ ਹੀ ਕਰਨਾ ਚਾਹੀਦਾ ਲੜਾਈ ਦਾ, ਕੋਈ ਲੜਾਈ ਨਾ ਹੀ ਲੱਗੇ ਤਾਂ ਚੰਗਾ, ਕਿਉਂਕਿ ਲੜਾਈ ਦਾ ਜ਼ਰੂਰੀ ਨਹੀਂ ਵੀ ਅੰਤ ਕਿੱਥੇ, ਆਪਾਂ ਨੂੰ ਪਤਾ ਨਹੀਂ ਵੀ ਅੰਤ ਉੱਥੇ ਹੋ ਜਾਣਾ ਰਾਈਟ। ਐਸਕਲੇਸ਼ਨ ਜਿਹੜੀ ਉਹ ਦੋ ਅੱਗੇ ਵੀ ਵੱਧ ਸਕਦੀ ਹੈ ਰਾਈਟ, ਕਨਵੈਨਸ਼ਨਲ ਵਾਰਫੇਅਰ ਤੋਂ ਗੱਲ ਗਾਂਹ ਵੀ ਲੰਘ ਸਕਦੀ, ਜੇ ਗਾਂਹ ਲੰਘ ਗਈ ਫਿਰ ਦੋ ਹੀ ਮੁਲਕ ਜਿਹੜੇ ਆ ਬਾਈਆਂ ਮੇਰੇ ਉਹਨਾਂ ਨੂੰ ਫਿਰ ਸਦੀਆ ਲੱਗੂਗੀ ਮੁੜ ਕੇ ਪੈਰਾਂ 'ਤੇ ਖੜੇ ਹੋਣ ਨੂੰ, ਮੁੜ ਕੇ 19 ਤਰੱਕੀ ਕਰਨ ਨੂੰ, ਮੁੜ ਕੇ ਉਹ ਟੈਕਨੋਲੋਜੀ ਉਸ ਹੱਦ ਤੱਕ ਲਿਆਉਣ ਨੂੰ ਸਾਰੀ, ਉਹ ਮੁੜ ਕੇ ਫਿਰ ਜਿੱਦਾਂ ਪੱਥਰ ਯੁੱਗ ਦੇ ਕੰਮ ਫਿਰ ਸਟਾਰਟ ਕਰਨਾ ਪੈਣਾ, ਮੁਲਕਾਂ ਦਾ ਦੋਹਾਂ ਦਾ ਹਾਲਤ ਇਹ ਹੋ ਜਾਣਾ ਰਾਈਟ। ਇਹ ਬਾਹਰਲੀਆਂ ਬਾਗਲਾਂ ਨਹੀਂ ਆ ਕੇ ਬੈਠਣਗੀਆਂ, ਉਹ ਵੀ ਤਾਂ ਬੈਠਣਗੀਆਂ ਨਾ, ਕੋਈ ਰਾਸ ਲੈ ਕੇ ਆਓ, ਕੋਈ ਫੌਜਾਂ ਲੈ ਕੇ ਆਓ, ਕੋਈ ਲਾ ਕੇ ਉਹਦੇ ਵੀ ਠੀਕ ਕਰਨ ਆਓ ਰਾਈਟ, ਉਹ ਵੀ ਤਾਂ ਪਹੁੰਚਗੇ ਨਾ, ਫਿਰ ਬਾਹਰਲੇ ਬੈਠੇ ਥੋੜ੍ਹੀ ਰਹਿਣਗੇ, ਫਿਰ ਜ਼ਰੂਰੀ ਆ ਵੀ ਉਹ ਚਲੇ ਜਾਣਗੇ ਛੇਤੀ, ਜੇ ਚੁੱਪਚਾਪ ਹੀ ਚਲ ਜਾਣਗੇ, ਲਾ ਲੋਡ ਨੂੰ ਬਰਕਰਾਰ ਰੱਖਣ ਲਈ ਜਾਂ ਅੱਤਵਾਦ ਨੂੰ ਦਬਾਉਣ ਲਈ ਰਾਈਟ। ਉਹ ਗੁਲਾਮੀ ਵੀ ਮੁੜ ਕੇ ਆ ਸਕਦੀ, ਤਾਂ ਸੋ ਮੈਨੀ ਪੋਸੀਬਿਲਿਟੀ ਜਿਹਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਮੁੜ ਕੇ ਉਹਦਾ ਤਾਂ ਦੋਈ ਮੁਲਕ ਮੁੜ ਕੇ ਗੁਲਾਮੀ ਹੋ ਜਾਣ ਫਿਰ, ਕਿਉਂਕਿ ਉਹਨਾਂ ਹਾਲਾਤਾਂ ਨੂੰ ਕਾਬੂ ਕਰ ਲਿਆਉਣਾ ਨਾ ਪਹਿਲਾਂ ਤਾਂ ਉਹਨਾਂ ਨੂੰ। ਪਰ ਈਸਟ ਇੰਡੀਆ ਕੰਪਨੀ ਕੀ ਕਰਨ ਆਈ, ਉਹ ਤਾਂ ਵਪਾਰ ਕਰਨ ਹੀ ਆਏ ਸੀ ਨਾ, ਵਪਾਰ ਕਰਦੇ ਕਰਦੇ ਉਹਨਾਂ ਦਾ ਅੱਜ ਕੀ ਨਿਕਲਿਆ ਮਾਰਚ, ਤੇ ਹੁਣ ਤਾਂ ਉਹਦੀ ਵਪਾਰ ਨਹੀਂ ਨਾ ਕਰਨਾ ਆਉਣਾ, ਹੁਣ ਤਾਂ ਤੁਹਾਨੂੰ ਰੋਟੀ ਦੇ ਹੋਣਗੇ ਨਾ ਪਹਿਲਾਂ, ਜਾਂ ਲਾ ਐਂਡ ਆਰਡਰ ਕਾਇਮ ਕਰਨੇ ਹੋਣਗੇ, ਵਪਾਰ ਤਾਂ ਬਾਅਦ 'ਚ ਪਹੁੰਚੂ ਨਾ, ਵਪਾਰ ਕਰਦੇ ਕਰਦੇ ਮੁੜ ਕੇ ਨੌਬਤ ਉਹੀ ਆ ਜੂ। ਇਸ ਕਰਕੇ ਇਹਦਾ ਐਂਡ ਕੀ ਹੋਣਾ, ਨੋਬਡੀ ਨੋ। ਇਸ ਕਰਕੇ ਜਾਇਜ਼ ਗੱਲ ਇਹੀ ਆ ਕਿ ਨਾ ਹੀ ਹੋਣ ਦਿੱਤੀ ਜਾਵੇ, ਹਰ ਤਰੀਕੇ ਦੇ ਨਾਲ ਰੋਕਣ ਵਾਸਤੇ ਜਿਹੜੀ ਆਵਾਜ਼ ਉਠਾਈ ਜਾਵੇ ਉਹ ਗੱਲ ਜਾਇਜ਼ ਆ, ਉਹ ਸਟੈਂਡ ਹੋਣਾ ਚਾਹੀਦਾ। ਠੀਕ ਹੈ, ਮੁਸ਼ਕਿਲ ਤੌਰ 'ਤੇ ਬੰਦੇ ਗੱਲਾਂ ਕਰਦੇ ਆ ਕਿ ਪਾਕਿਸਤਾਨ ਤਬਾਹ ਕਰ ਦਿਓ, ਜੇ ਕਰ ਦਿਓ, ਉਹ ਕਰ ਦਿਓ, ਤਬਾਹ ਤਾਂ ਤੁਸੀਂ ਕਰਦੇ ਨੇ, ਕਰ ਸਕਦੇ ਆ, ਯੂ ਕੈਨ ਡੂ ਇਟ, ਇੰਡੀਆ ਕੈਨ ਡੂ ਇਟ। ਪਰ ਜਿਹੜੇ ਐਟਮ ਬੰਬ ਪਏ ਉਹਨਾਂ ਕੋਲ 125 ਜਿੰਨਾ ਕੁ ਤੁਹਾਡੇ ਕੋਲ ਆ, ਇੱਥੇ ਦੀ ਇੰਟੈਲੀਜੈਂਸੀ ਰਿਪੋਰਟ ਇਹ ਦੱਸਦੀ ਹੈ ਕਿ ਜਿੰਨੇ ਇੰਡੀਆ ਕੋਲ ਉਨੇ ਉਹਨਾਂ ਕੋਲ, ਉਹਨਾਂ ਦਾ ਕੀ ਬਣੂ। ਉਹ ਤਾਂ ਪਹਿਲਾਂ ਹੀ ਕਹਿੰਦੇ ਆ, ਕਹਿੰਦੇ ਅਸੀਂ ਸ਼ੋਕੇ 'ਚ ਪਾ ਕੇ ਦਿਖਾਉਣ ਲਈ ਨਹੀਂ ਬਣਾਏ, ਇਟਸ ਟਰੂ,
ਕੱਲ੍ਹ ਕੋਈ ਕੰਟਰੀ ਬਣਾਉਂਦਾ, ਲਾਸਟ ਰਿਜ਼ੋਰਟ ਵਾਸਤੇ ਬਣਾਉਂਦਾ ਉਹਨਾਂ ਨੂੰ, ਫਿਰ ਲੋੜ ਪਈ ਤਾਂ ਵਰਤੇ ਜਾਣਗੇ, ਮਰਦਾ ਕੀ ਨਹੀਂ ਕਰਦਾ ਨਾਲ, ਇੱਥੇ ਇੱਥੇ ਆ ਕੇ ਮੁੱਕ ਵੀ ਆ ਤੇ ਮਰਦਾ ਕੀ ਨਹੀਂ ਕਰਦਾ, ਹਰ ਤੋਂ ਲੈਣਾ ਉਹਨਾਂ ਨੇ ਕਨਵੈਨਸ਼ਨ ਤੌਰ 'ਤੇ, ਕੋਈ ਸ਼ੱਕ ਨਹੀਂ, ਰਾਈਟ, ਰਿਜ਼ਲਟ ਦੇਖੋ ਬਾਅਦ 'ਚ ਇਹਦੇ ਵੱਲ ਸੋਚੋ। ਐਨੀਵੇ ਤਾਂ ਮੈਂ ਹੁਣ ਥੋੜ੍ਹਾ ਜਿਹਾ ਪੰਜ ਧਾੜੀ ਪੀ ਲੈਂਦਾ ਅਤੇ ਤੁਸੀਂ, ਤੁਹਾਨੂੰ ਟਾਈਮ ਦਿੰਦਾ, ਉਹ ਤੋਂ ਬਾਅਦ ਆ ਜਿਹੜਾ ਆਰਟੀਕਲ ਮੈਂ ਖੋਲਿਆ ਸਾਹਮਣੇ, ਇਹਦੇ ਵਿੱਚ ਮੈਂ ਹਜੇ ਪੜ੍ਹਿਆ ਨਹੀਂ, ਮੈਂ ਹੋਰ ਵੀ ਕਈ ਮੈਂ ਪੜ੍ਹਿਆ, ਇਹ ਮੈਂ ਲੇਟੈਸਟ ਅੱਜ ਆ ਅਤੇ ਮੈਂ ਅੱਜ ਖੋਲਿਆ, ਮੈਨੂੰ ਇਹ ਥੋੜ੍ਹਾ ਮੈਨੂੰ ਜ਼ਿਆਦਾ ਲੱਗਾ ਮੇਰੇ ਮਨ ਨੂੰ ਕਿ ਹੁਣ ਇੱਧਰ ਨੂੰ ਗੱਲ ਜਾਣੀ, ਅਤੇ ਇਹ ਫਿਰ ਮੈਂ ਖੋਲ ਕੇ ਬੈਠਾ, ਮੈਂ ਹਜੇ ਪੜ੍ਹਿਆ ਨਹੀਂ, ਮੈਂ ਪੜ੍ਹ ਲਾਂਗਾ ਤੇ ਥੋੜ੍ਹਾ। ਚਲੋ ਜੀ, ਇੱਕ ਵਾਰੀ ਤੁਹਾਨੂੰ ਦਿੰਦੇ ਹਾਂ ਮਾਈਕ ਤੁਹਾਡੇ ਵਾਲੇ ਕਰਦੇ, ਬਾਕੀ ਬੰਦੇ ਉਹਨਾਂ ਦਾ ਮੈਨੂੰ ਆ ਗਿਆ ਸੀ ਮੈਸੇਜ, ਉੱਥੇ ਉਹਨੂੰ ਕੋਈ ਇੰਟਰਨੈਟ ਦਾ ਇੰਤਜ਼ਾਮ ਨਹੀਂ ਸੀ, ਇਸ ਕਰਕੇ ਫਿਰ ਉਹਨਾਂ ਦਾ ਲਾਈਵ ਪ੍ਰੋਗਰਾਮ ਬ੍ਰੌਡਕਾਸਟ ਨਹੀਂ ਕਰ ਸਕੇ ਅਸੀਂ, ਅਤੇ ਉਹ ਵੀ ਫਿਰ ਨਹੀਂ ਆ ਸਕਦੇ ਕਿਉਂਕਿ ਉਹਨਾਂ ਦੇ ਅੱਜ ਉੱਥੇ ਲਾਈਵ ਚੱਲ ਰਿਹਾ ਵਾ। ਐਨੀਵੇ ਹਾਂਜੀ ਰਾਜ ਸਾਹਿਬ, ਸ਼ੁਰੂਆਤ ਉੱਥੋਂ ਹੋਈ ਜ਼ਿਆਦਾਤਰ, ਕਿਉਂਕਿ ਦੇਖੋ ਦੇਸ਼ ਦੀ ਵੰਡ ਹੋਈ ਤਾਂ ਦੋ ਦੇਸ਼ਾਂ ਦਾ ਵਿੱਚ ਜਿਹੜਾ ਕਿ ਕਸ਼ਮੀਰ ਕੇਸ ਦੇ ਇਸ਼ੂ ਵਿੱਚ ਰਹਿ ਗਿਆ ਕਿ ਨਾ ਉਹ ਪਾਕਿਸਤਾਨ ਨੇ ਉਸਨੂੰ ਆਪਣੀ ਸਰਜਮੀ ਦੱਸਿਆ ਤੇ ਭਾਰਤ ਨੇ ਆਪਣੀ ਸਰਜਮੀ ਦੇ ਅੰਦਰ ਦੱਸਿਆ, ਦੋਨਾਂ ਨੇ ਆਪਣਾ ਆਪਣਾ ਅਧਿਕਾਰ ਜਮਾਉਣ ਦੀ ਕੋਸ਼ਿਸ਼ ਕਰੀ। ਚਾਹੇ ਕਿ ਜੇ ਪੈਗਾਮ ਰਿਕਾਰਡ ਜਾਂ ਪੁਰਾਣੀ ਬੁੱਧੀਜੀਵੀ ਦਾ ਅਸੀਂ ਅੱਜ ਵੀ ਲੇਖ ਜਾਂ ਉਹਦੇ ਬਾਰੇ ਪੜ੍ਹੀਏ ਤਾਂ ਕਾਫ਼ੀ ਹੱਦ ਤੱਕ ਜਿਹੜਾ ਉਹਦੇ ਵਿੱਚ ਅਧਿਕਾਰ ਹੈ ਉਹ ਭਾਰਤ ਦਾ ਹੀ ਹੈ, ਇੰਡੀਆ ਦਾ ਅਸੀਂ ਕਹਿ ਸਕਦੇ ਹਾਂ। ਤਾਂ ਇੱਕ ਸ਼ੁਰੂਆਤ ਜਿਹੜੀ ਹੈ ਉਹ ਉਸ ਟਾਈਮ ਦੀ, ਹੁਣ ਉੱਥੇ ਵੀ ਕੁਛ ਕੱਟੜ ਜਿਹੇ ਬੰਦਗੀਆਂ ਨੇ ਉਹਨਾਂ ਨੂੰ ਪਾਕਿਸਤਾਨ ਦੁਆਰਾ ਵੱਖੋ ਵੱਖਰੇ ਲੈਣ ਲਈ ਭੜਕਾਇਆ ਜਾ ਰਿਹਾ, ਇੰਡੀਆ ਦੇ ਦਰ ਭਾਰਤ ਦੇ ਦਰ ਖਿਲਾਫ ਉਹਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਉਹਨਾਂ ਦੇ ਹੱਥਾਂ ਦੇ ਵਿੱਚ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਗੁੰਮਰਾਹ ਕਰਕੇ ਇੱਕ ਤਰ੍ਹਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਸਹੀਮਾਂ ਦੇ ਬੰਬ ਉਹਨਾਂ ਨੂੰ ਥਮਾਏ ਜਾ ਰਹੇ ਹੈ। ਤੇ ਮੈਂ ਸਮਝਦਾ ਵੀ ਕਾਫ਼ੀ ਲੰਬੇ ਟਾਈਮ ਦਾ ਕਸ਼ਮੀਰ ਦੇ ਵਿੱਚੋਂ ਭਾਰਤੀਆਂ ਦੀ ਹਿਜਰਤ ਜਿਹੜੀ ਹੈ ਕਿ ਉੱਥੋਂ ਹੋ ਰਹੀ ਹੈ, ਕੁਛ ਲੋਕ ਡਰਦੇ ਉੱਧਰੋਂ ਆ ਰਹੇ ਹੈ ਤਾਂ ਕੁਛ ਜਿਹੇ ਬੰਦਗੀਆਂ ਹੀ, ਚਾਹੇ ਉੱਥੋਂ ਦੀ ਭਾਰਤ ਸਰਕਾਰ ਨੇ ਉੱਥੋਂ ਦੀ ਸਥਿਤੀ ਨੂੰ ਕੰਟਰੋਲ ਰੱਖਣ ਵਾਸਤੇ ਕਾਫ਼ੀ ਜਦੋਜਹਿਦ ਕਰੀ ਹੈ, ਕਾਫ਼ੀ ਜ਼ਿਆਦਾ ਉੱਥੇ ਫੌਜ ਦਾ ਜਿਹੜਾ ਕਿ ਰਵੱਈਆ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਵੱਖੋ ਵੱਖਰੇ ਟਾਈਮ 'ਤੇ ਉਹਨਾਂ ਦੀ ਮਦਦ ਕਰਨ ਵਾਸਤੇ ਭਾਰਤ ਦੀ ਤਰਫੋਂ ਬਣਾਇਆ ਜਾਂਦਾ ਹੈ। ਦੋਨੇ ਦੇਸ਼ ਭਾਰਤ ਤੇ ਪਾਕਿਸਤਾਨ ਜਿਨ੍ਹਾਂ ਨੇ ਕਿ ਇੱਕ ਬਹੁਤ ਹੀ ਦੁਖਦਾਇਕ ਵੰਡ ਜਿਹੜੀ ਕਿ ਹੋਈ ਜਿਸ ਨੂੰ ਅਸੀਂ ਆਮ ਸਮਾਜੀ ਤੌਰ ਤੇ ਦੋ ਭਰਾਵਾਂ ਦੀ ਵੰਡ ਕਹਿ ਸਕਦੇ ਹਾਂ, ਜਿਹੜੀ ਕਿ ਵੱਖੋ ਵੱਖਰੇ ਤਰੀਕੇ ਦੇ ਨਾਲ ਹੋਈ ਤੇ ਉਸ ਟਾਈਮ ਦੇ ਜਿਹੜੇ ਜਨਮ ਹੈ ਉਹ ਦੋਨੇ ਦੇਸ਼ ਦੇ ਉਸ ਟਾਈਮ ਦੇ ਲੋਕਾਂ ਦੇ ਜਿਹੜੇ ਸੀਨੀਅਰ ਲੀਡਰ ਹੈ ਹਜੇ ਵੀ ਤੌਰ ਤੇ ਆ ਜਾਂਦੇ। ਪਰ ਕੀ ਲੋਕਤਾਈ ਦੋਨੇ ਦੇਸ਼ ਆਪੋ ਆਪਣੀ ਤਰੱਕੀ ਦੀ ਥਾਂ ਤੇ ਇੱਕ ਦੂਜੇ ਦੇ ਬਰਖਲਾਫ ਕਿਉਂ ਖੜੇ ਹੋਏ? ਇਹਦੇ ਵਿੱਚ ਮੈਂ ਸਮਝਦਾ ਕੁਛ ਜਥੇਬੰਦੀਆਂ ਕੁਛ ਕੱਟੜ ਲੋਕ
ਜਿਹੜੇ ਨਹੀਂ ਚਾਹੁੰਦੇ ਵੀ ਇਹ ਦੋਵੇਂ ਦੇਸ਼ ਤਰੱਕੀ ਕਰਨ, ਉਹ ਲੋਕ ਕੋਈ ਬਾਹਰ ਨਹੀਂ ਹੈ, ਉਹ ਸਾਡੇ ਸਮਾਜ ਦੇ ਵਿੱਚ ਹੀ ਨੇ, ਸਾਡੇ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਹੀ ਨੇ। ਜਿਸ ਤਰ੍ਹਾਂ ਕਿ ਹੁਣ ਭਾਰਤ ਨੂੰ ਪਾਕਿਸਤਾਨ ਦੇ ਵਿੱਚ ਅਟੈਕ ਕਰਨਾ ਪਿਆ, ਕਿਉਂ ਕਰਨਾ ਪਿਆ, ਉੱਥੋਂ ਦੀਆਂ ਕੁਛ ਜਥੇ ਬੰਦੀਆਂ ਸੁਣ ਤਾਂ ਇੱਥੋਂ ਵੀ ਆਇਆ, ਚੱਕਰ ਵੀ ਆਇਆ ਕਿ ਫੌਜ ਦੀ ਸ਼ਹਿਰ ਨਾਲ ਪਾਕਿਸਤਾਨ ਦੀ ਸ਼ਹਿਰ ਨਾਲ ਉਹ ਟਾਈਮ ਬੇ ਟਾਈਮ ਪਾਕਿਸਤਾਨ ਦੀ ਤਰਫੋਂ ਬੰਦ ਵਾਲੀ ਭਾਰਤ ਵਾਲੀ ਤਰਫ ਕੀਤੀ ਜਾਂਦੀ ਹੈ। ਪਰ ਕੁਛ ਜਥੇ ਬੰਦੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੀਆਂ ਕਿ ਅਮਨ ਚੈਨ ਚਾਹੁੰਦੇ ਨੇ ਜੀ, ਉਹਨਾਂ ਨੇ ਉਸ ਤਰ੍ਹਾਂ ਦੇ ਗਰੁੱਪ ਬਣਾਏ ਹੋਏ ਨੇ, ਉਸ ਤਰ੍ਹਾਂ ਦੇ ਨੌਜਵਾਨ ਗਰਮ ਖਿਆਲੀ ਨੌਜਵਾਨਾਂ ਨੂੰ ਮਦਦ ਲਾ ਕੇ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਤਾਂ ਮੈਂ ਸਮਝਦਾ ਕਿ ਬਹੁਤ ਛੋਟੀ ਛੋਟੀ ਉਮਰ ਦੇ ਨੌਜਵਾਨ ਜਿਹਨਾਂ ਦੀ ਸੋਚ ਨੂੰ ਛੇਤੀ ਕਿਸੇ ਪਾਸੇ ਮੋੜਿਆ ਜਾ ਸਕਦਾ ਹੈ, ਤਾਂ ਉਹਨਾਂ ਨੇ ਉਸ ਤਰ੍ਹਾਂ ਦੇ ਨੌਜਵਾਨਾਂ ਨੂੰ ਆਪਣੇ ਮਗਰ ਲਾਇਆ ਹੋਇਆ ਤੇ ਭਾਰਤ ਨੂੰ ਇੱਕ ਕਾਫੀ ਟਾਈਮ ਦੇ ਵਾਰਨਿੰਗ ਦੇ ਬਾਵਜੂਦ ਜਦੋਂ ਉਹ ਅਮਨਾ ਚੈਨ ਦੀ ਸਥਿਤੀ ਨਾ ਹੋਈ, ਜਦੋਂ ਇਹਨਾਂ ਦੇ ਦਿਲਾਂ ਦੇ ਵਿੱਚ ਭਾਰਤ ਦੇ ਪੱਕੀ ਤਰ੍ਹਾਂ ਗੱਲ ਘਰ ਕਰੀ ਵੀ ਉੱਥੇ ਉਹੀ ਜਿਹੇ ਜਥੇ ਬੰਦੀਆਂ ਨੂੰ ਪ੍ਰਮੋਟ ਕੀਤਾ ਜਾਂਦਾ, ਉਹੀ ਜਿਹੇ ਜਥੇ ਬੰਦੀਆਂ ਦੀ ਪਾਕਿਸਤਾਨ ਦੀ ਤਰਫ਼ ਮਦਦ ਕਰੀ ਜਾਂਦੀ ਹੈ, ਤਾਂ ਇਹਨਾਂ ਨੇ ਇੱਕ ਸਰਜੀਕਲ ਅਟੈਕ ਕਰਨਾ ਪਿਆ। ਉਸ ਅਟੈਕ ਦੇ ਵਿੱਚ ਕਈ ਉਸ ਤਰ੍ਹਾਂ ਦੇ ਸ਼ਖਸ ਮਾਹੌਲ ਖਰਾਬ ਕਰਨ ਵਾਲੇ ਜਿਨ੍ਹਾਂ ਨੂੰ ਉਸ ਸਟ੍ਰਾਈਕ ਦੇ ਵਿੱਚ ਆਪਣੀ ਜਾਨ ਤੋਂ ਹੱਥ ਧੋਣੇ ਪਏ, ਤਾਂ ਉਹਦੇ ਨਾਲ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਹੱਦ ਤੱਕ ਨੰਗਾ ਹੋਇਆ, ਜਿਹੜੇ ਕਿ ਇੱਥੋਂ ਤੱਕ ਪਹਿਲਾਂ ਵੀ ਉਹ ਇਹਨਾਂ ਗੱਲਾਂ ਤੋਂ ਇਨਕਾਰ ਕਰਦੇ ਰਹੇ ਹੈ ਵੀ ਸਾਡੇ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਖਾਟੂ ਗਤੀਵਿਧੀਆਂ ਨਹੀਂ ਹੈ ਜਾਂ ਇਸ ਤਰ੍ਹਾਂ ਦੇ ਕੋਈ ਫੁੱਟਬਾਲ ਲੋਕ ਖਾਟੂ ਜਥੇਬੰਦੀਆਂ ਦੇ ਵਿੱਚ ਸ਼ਾਮਲ ਲੋਕ ਜਿਹਨਾਂ ਨੇ ਵੱਖ ਵੱਖ ਦੇ ਟਾਈਮ ਦੇ ਉੱਪਰ ਦੋਸ਼ ਲਗਾਉਂਦੇ ਰਹੇ ਹੈ ਕਿ ਪਾਕਿਸਤਾਨ ਪਨਾਹ ਦਿੰਦਾ ਹੈ, ਉਹ ਮੁਨਕਰ ਹੁੰਦਾ ਰਿਹਾ। ਪਰ ਜਦੋਂ ਹੁਣ ਸਰਜੀਕਲ ਅਟੈਕ ਹੋਇਆ ਤਾਂ ਉਹ ਤਮਾਮ ਦੇਸ਼ਾਂ ਦੇ ਵਿੱਚ ਕਾਫੀ ਹੱਦ ਤੱਕ ਉਹ ਪਾਕਿਸਤਾਨ ਦਾ ਝੂਠ ਦਾ ਚਿਹਰਾ ਪੂਰਾ ਨੰਗਾ ਹੋਇਆ। ਤਾਂ ਜਦੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਤਾਂ ਝੂਠ ਨੂੰ ਬੇਪਰਦਾ ਹੋਣਾ ਹੀ ਪੈਂਦਾ ਹੈ। ਜਦੋਂ ਹੁਣ ਜਿਹੜੀ ਕਿ ਇੱਕ ਬਦਲੇ ਦੀ ਭਾਵਨਾ ਹੋ ਜਾਂਦੀ ਹੈ, ਜਿਸ ਤਰ੍ਹਾਂ ਕਿ ਹੁਣ ਬਿਆਨਬਾਜ਼ੀ ਹੋ ਰਹੀ ਹੈ ਸਾਡੇ ਪਾਕ ਦੀ ਤਰਫੋਂ ਬਾਰਡਰ ਏਰੀਏ ਦੇ ਵਿੱਚੋਂ ਲੋਕਾਂ ਨੂੰ ਵਾਰਨਿੰਗ ਦੇਣੀ ਪਈ ਫੌਜ ਨੂੰ ਵੀ ਏਰੀਆ ਖਾਲੀ ਕਰਵਾਉਣਾ ਪਿਆ, ਤਾਂ ਜਿਹੜਾ ਇਸ ਤਰ੍ਹਾਂ ਦੇ ਜੰਗ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ ਉਹਦੇ ਵਿੱਚ ਜਿਹੜਾ ਨੁਕਸਾਨ ਅਸੀਂ ਆਏ ਬਰਾਏ ਆਈ ਵਾਰ ਇਹੀ ਗੱਲ ਹੁੰਦੀ ਹੈ ਜ਼ਿਆਦਾਤਰ ਜਿਹੜੀ ਵਿਚਾਰ ਜੋ ਹੁੰਦੀ ਹੈ ਵੀ ਉਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆਮ ਪਬਲਿਕ ਦਾ ਆਮ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ। ਕਿਉਂਕਿ ਲੜਾਈਆਂ ਦੇ ਵਿੱਚ ਤਾਂ ਜਿਵੇਂ ਆਟੇ ਨਾਲ ਘੁੰਮ ਪੀਸਿਆ ਜਾਂਦਾ ਹੈ ਉਹ ਗੱਲ ਹੋ ਨਿਬੜਦੀ ਹੈ, ਚਾਹੇ ਬੰਬਾਰੀ ਇੱਧਰੋਂ ਹੋਵੇ, ਚਾਹੇ ਬੰਬਾਰੀ ਪਾਕਿਸਤਾਨ ਵਾਲੀ ਤਰਫੋਂ ਹੋਵੇ, ਚਾਹੇ ਐਟਮੀ ਬੰਬਾਂ ਦੀ ਲੜਾਈ ਹੋਵੇ, ਚਾਹੇ ਸਾਲਟਾਂ ਨਾਲ ਕਿਰਪਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਲੜਾਈ ਤਾਂ ਲੜਾਈ ਹੈ, ਉਹਦਾ ਮਤਲਬ ਹੁੰਦਾ ਖੂਨ ਖਰਾਬਾ ਕਰਨਾ। ਤਾਂ ਉਹਦੇ ਵਿੱਚ ਕੀ ਹੈ ਜਿਹੜਾ ਭਾਣ ਹੈ ਆਮ ਪਬਲਿਕ ਦਾ ਹੋ ਜਾਂਦਾ ਹੈ। ਜੇ ਅਸੀਂ ਉਸ ਤੋਂ ਵੀ ਅੱਗੇ ਜਾਈਏ ਜਿਸ ਤਰ੍ਹਾਂ ਕਿ ਐਟਮੀ ਯੁੱਗ ਹੈ, ਬਹੁਤ ਤਰ੍ਹਾਂ ਦੇ ਮਾਰੂ ਤਿਆਰ ਹੋਣ ਦੀਆਂ ਗੱਲਾਂ ਕਰੀਆਂ ਨੇ, ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸੀ ਲੜਾਈਆਂ ਤੀਰ ਕਮਾਨਾਂ ਦੀਆਂ ਤਲਵਾਰਾਂ ਦੀਆਂ, ਹੁਣ ਤਾਂ ਐਟਮੀ ਯੁੱਗ ਹੈ, ਕੰਪਿਊਟਰ ਯੁੱਗ ਹੈ, ਇੱਕ ਸਵਿਚ ਨੂੰ ਆਪਣੇ ਕਮਾਂਡ ਦੇਣੀ ਹੈ ਤਾਂ ਪੂਰੇ ਦਾ ਪੂਰਾ ਹੈ ਕਿ ਹਜ਼ਾਰਾਂ ਲੱਖਾਂ ਦੇ ਵਿੱਚ ਉੱਥੋਂ ਜੀਵ ਜੰਤੂ ਜਨਸੰਖਿਆ ਵਨਸਪਤੀ ਖਤਮ ਹੋ ਸਕਦੀ ਹੈ ਇਸ ਤਰ੍ਹਾਂ ਦਾ ਜਿਹੜਾ ਕਿ। ਪਰ ਕੀ ਇਸ ਜੰਗ ਨੂੰ ਰੋਕਿਆ ਜਾ ਸਕਦਾ ਹੈ, ਇਹ ਕੁਐਸਚਨ ਵੀ ਸਾਡੇ ਕੋਲ ਆ ਖੜੇ ਹੁੰਦੇ ਨੇ, ਜਾਂ ਕੀ ਦੋਵੇਂ ਦੇਸ਼ਾਂ ਦੇ ਵਿੱਚ ਕੋਈ ਅਮਨ ਚੈਨ ਵਾਸਤੇ ਇਸ ਤਰ੍ਹਾਂ ਦਾ ਰਸਤਾ ਤਿਆਰ ਕੀਤਾ ਜਾ ਸਕਦਾ ਹੈ।
ਤਾਂ ਕਈ ਵਾਰੀ ਗੱਲ ਚੱਲਦੀ ਹੈ ਜਾਂ ਅਸੀਂ ਮੀਡੀਆ ਵਿੱਚ ਵੀ ਪੜ੍ਹਦੇ ਸੁਣਦੇ ਹਾਂ, ਪੇਪਰਾਂ ਦੇ ਵਿੱਚ ਵੀ ਪੜ੍ਹਦੇ ਹਾਂ ਵੀ ਦੂਸਰੇ ਦੇਸ਼ ਵੀ ਇਹੀ ਚਾਹੁੰਦੇ ਹੈ ਕਿ ਭਾਰਤ ਤੇ ਪਾਕਿਸਤਾਨ ਇਸ ਤਰ੍ਹਾਂ ਦੀ ਲੜਾਈ ਤੋਂ ਗੁਰੇਜ਼ ਕਰਨ, ਮਿਲ ਕੇ ਕਰਨ, ਦੋਨੇ ਆਪੋ ਆਪਣਾ ਧਿਆਨ ਆਪਣੇ ਆਪਣੇ ਦੇਸ਼ ਦੀ ਤਰੱਕੀ ਵਾਸਤੇ ਲਾਉਣ, ਇਸ ਚੀਜ਼ ਨਾਲੋਂ ਇੱਕ ਦੂਸਰੇ ਦੇਸ਼ ਦੀ ਤਬਾਹੀ ਨਾਲ, ਤਾਂ ਉਹ ਜ਼ਿਆਦਾ ਬਿਹਤਰ ਹੈ, ਉਹ ਜ਼ਿਆਦਾ ਆਮ ਲੋਕਾਂ ਦੇ ਹਿੱਤ ਲਈ ਚੰਗਾ ਹੈ। ਕਿਉਂਕਿ ਕੋਈ ਵੀ ਦੇਸ਼ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਤਾਂ ਕਿਸੇ ਵੀ ਧਰਮ ਦੀ ਹੋਂਦ ਕਤਲਗਤ ਤੇ ਨਹੀਂ ਕੀਤੀ ਹੁੰਦੀ। ਧਰਮ ਦੇ ਅਨੁਸਾਰ ਸਭ ਤੋਂ ਪਹਿਲਾਂ ਇਨਸਾਨੀਅਤ ਦੀ ਗੱਲ ਹੀ ਦੱਸੀ ਗਈ ਹੈ। ਜੇ ਅਸੀਂ ਭਾਰਤੀ ਲੋਕ ਜਾਂ ਪਾਕਿਸਤਾਨੀ ਲੋਕ ਅਸੀਂ ਆਪਣੇ ਆਪ ਨੂੰ ਵਧੀਆ ਧਰਮ ਦੇ ਖਿਆਲਾਂ ਵਾਲੇ ਸਮਝਦੇ ਹਾਂ, ਵਧੀਆ ਧਰਮਾਂ ਦੇ ਨਾਲ ਜੁੜੇ ਹੋਏ ਸਮਝਦੇ ਹਾਂ, ਤਾਂ ਸਾਨੂੰ ਧਾਰਮਿਕ ਤੌਰ ਤੇ ਵੀ ਇਸ ਚੀਜ਼ ਦਾ ਜ਼ਰੂਰੀ ਹੋ ਜਾਂਦਾ ਹੈ ਵੀ ਅਸੀਂ ਇਸ ਚੀਜ਼ ਦੀ ਵਿਰੋਧਤਾ ਕਰੀਏ, ਲੜਾਈ ਨੂੰ ਰੋਕਣਾ, ਇਸ ਚੀਜ਼ ਨੂੰ ਵਿਰੋਧਤਾ ਕਰਨੀ, ਇਹੀ ਸਾਡੇ ਹਿੱਤਾਂ ਵਾਸਤੇ, ਇਹੀ ਸਾਡੇ ਵਾਸਤੇ ਜ਼ਰੂਰੀ ਹੈ। ਜੇ ਲੜਾਈ ਦੇ ਵਿੱਚ ਐਟਮੀ ਸ਼ਕਤੀ ਦੇਸ਼ ਨੇ ਦੋਨੇ ਕੋਈ ਜ਼ਿਆਦਾ ਨੁਕਸਾਨ ਕਿਸੇ ਦੇਸ਼ ਦਾ ਹੋ ਜਾਂਦਾ ਹੈ ਤਾਂ ਮੈਂ ਸਮਝਦਾ ਉਹ ਦੇਸ਼ ਕਿਸੇ ਤੀਜੇ ਦੇਸ਼ ਦੀ ਗੁਲਾਮੀ ਵਾਸਤੇ ਆਪਣਾ ਰਾਹ ਪੱਧਰਾ ਕਰ ਦਿੰਦਾ ਹੈ। ਕਿਉਂਕਿ ਉਸ ਦੇਸ਼ ਨੂੰ ਨਿਰਭਰ ਹੋਣ ਵਾਸਤੇ ਕਾਫੀ ਲੰਬਾ ਟਾਈਮ ਲੱਗ ਸਕਦਾ ਹੈ, ਤਾਂ ਇਹ ਜ਼ਰੂਰੀ ਹੈ ਵੀ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਇਆ ਜਾਵੇ ਤੇ ਇਸ ਲੜਾਈ ਨੂੰ ਰੋਕਿਆ ਜਾਵੇ। ਤੇ ਇਹਨਾਂ ਕਹਿੰਦਾ ਹੋਇਆ ਮੈਂ ਇੱਕ ਵਾਰੀ ਮੈਂ ਇੱਕ ਗਰਮੀ ਪ੍ਰਾਮੀ ਦੇ ਵਾਲੇ ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਵਿਚਾਰ ਦਿੱਤੇ। ਬਾਕੀ ਤੁਹਾਨੂੰ ਜ਼ਿਆਦਾ ਪਤਾ ਵੀ ਅਸਲੀਅਤ ਕੀ ਹੈ, ਮੈਂ ਥੋੜ੍ਹੀ ਜਿਹੀ ਗੱਲ ਵਿੱਚ ਇਹ ਕਰਦੇ ਹਾਂ ਅਤੇ ਮੈਂ ਤੁਹਾਨੂੰ ਆਪਣੇ ਵਿਚਾਰ ਦੱਸ ਹੀ ਦਿੱਤੇ ਆ ਕਿ ਮੈਂ ਇਹਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਕੋਈ ਪੱਖ ਪੂਰਤੀ ਵਾਲੀ ਗੱਲ ਵੀ ਨਹੀਂ ਕਰ ਸਕਦਾ ਕਿਉਂਕਿ ਉਹ ਮੈਨੂੰ ਉਹ ਅਧਿਕਾਰ ਵੀ ਨਹੀਂ ਹੈ, ਰਾਈਟ ਵੀ ਨਹੀਂ ਹੈ। ਬਾਕੀ ਅਸੀਂ ਹਾਂ ਦਾ ਨਾਲ ਜ਼ਰੂਰ ਮਾਰਾਂਗੇ, ਬਾਕੀ ਇਸ ਗੱਲ 'ਤੇ ਦੁੱਖ ਦਾ ਇਜ਼ਹਾਰ ਜ਼ਰੂਰ ਕਰਾਂਗੇ ਵੀ ਇਹ ਕੰਮ ਨਾ ਹੀ ਹੋਵੇ ਤਾਂ ਚੰਗਾ ਹੈ, ਕਿਉਂਕਿ ਇਹਦੇ ਵਿੱਚ ਮਨੁੱਖਤਾ ਦਾ ਭਲਾ ਨਹੀਂ, ਇਸ ਗੱਲ ਦੇ ਵਿੱਚ ਮਨੁੱਖਤਾ ਦਾ ਇਨਸਾਨ ਹੈ, ਉਹ ਵੀ ਇਨਸਾਨ ਨੇ, ਸਾਡੇ ਪਾਸੇ ਵੀ ਜਿਹੜੇ ਦੋਨੇ ਪਾਸੇ ਇਨਸਾਨੀਅਤ ਦਾ ਇੱਕ ਖਾਣਾ ਬਚਾ ਹੋਣਾ ਹੈ ਅਤੇ ਉਹ ਗੱਲ ਮਾੜੀ ਹੈ। ਬਾਕੀ ਮੈਂ ਤੁਹਾਨੂੰ ਇਹ ਵੀ ਕਹਿ ਗਿਆ ਵੀ ਜੇ ਕਸ਼ਮੀਰੀਆਂ ਨੂੰ ਹੱਕ ਹੈਗਾ ਆਤਮ ਨਿਰਣੇ ਦਾ, ਆਤਮ ਨਿਰਣੇ ਦਾ ਹੱਕ ਓਨਾ ਹੀ ਪਖਤੂਨਾਂ ਨੂੰ ਵੀ ਹੈਗਾ ਅਤੇ ਪਖਤੂਨ ਉਹ ਬਲੋਚੀਆਂ ਨੂੰ ਵੀ ਹੈਗਾ। ਬਲੋਚਿਸਤਾਨ ਦੀ ਵੀ ਕਾਫੀ ਦੇਰ ਤੋਂ ਕਦੇ ਕਦੇ ਮੈਂ ਗੂਗਲ 'ਤੇ ਲਾ ਕੇ ਪੜ੍ਹਦਾ ਪੜ੍ਹਦਾ ਰਹਿੰਦਾ ਇੱਦਾਂ ਦੀ ਖਬਰ ਦੁਨੀਆ ਦੇ ਇੱਧਰ ਉਹਦੇ ਹਿੱਸੇ ਜੋ ਕੁਛ ਵੀ ਚੱਲਦੀਆਂ ਨੇ ਲਹਿਰਾਂ, ਅਤੇ ਉਹਨਾਂ ਨੂੰ ਵੀ ਹੱਕ ਓਨਾ ਹੈਗਾ। ਉੱਥੇ ਵੀ ਕਾਫੀ ਮਨੁੱਖੀ ਅਧਿਕਾਰਾਂ ਦੀ ਲੰਘਣਾ ਵਗੈਰਾ ਹੁੰਦੀ ਆ, ਉਹ ਤਾਂ ਫਿਰ ਗੱਲ ਦੋਹੀਂ ਪਾਸੇ ਲੱਗਦੀ ਆ, ਉੱਥੇ ਵੀ ਹੈਗਾ ਉਹਨਾਂ ਦੀ ਗੱਲ। ਇਹ ਕਸ਼ਮੀਰ ਦੀ ਜਦੋਂ ਚੱਕਦੇ ਹਰ ਵਾਰੀ ਇਹ ਅੱਗੇ ਚੱਕਦੇ ਨਹੀਂ ਹੋਏ ਅਤੇ ਇਹ ਹੁਣ ਜ਼ਿਆਦਾ ਫਿਰ ਬਲੋਚਿਸਤਾਨ ਦੀ ਗੱਲ ਚੱਕਣਗੇ ਅਤੇ ਉਹ ਤਾਂ ਫਿਰ ਗੱਲ ਫਿਰ ਬਰਾਬਰ ਹੀ ਹੋ ਜਾਣੀ ਆ ਵੀ ਉਹ ਉੱਥੇ ਵੀ ਤਾਂ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋ ਹੀ ਰਹੀ ਆ। ਉਹ ਮੈਂ ਦੱਸ ਹੀ ਗਿਆ ਉਸ ਗੱਲ ਦੀ ਮੈਂ ਹੱਕ 'ਚ ਹੈ ਵੀ ਜੇ ਇੱਥੇ ਆਯੁਸ਼ਮਾਨੀ ਕਰਾਉਣੀ ਆ ਤਾਂ ਉੱਥੇ ਵੀ ਕਰਾਓ, ਜੇ ਇਹਨਾਂ ਨੂੰ ਅਧਿਕਾਰ ਦੇਣਾ ਤਾਂ ਉਹਨਾਂ ਨੂੰ ਵੀ ਦਿਓ, ਫਿਰ ਇਹ ਡਿਮਾਂਡ ਕਰਨਾ ਮਤਲਬ ਇਹਨਾਂ ਦਾ ਵੀ ਓਨਾ ਹੀ ਰਾਈਟ ਬਣਦਾ ਦੂਜੀ ਕੰਟਰੀ ਦਾ ਜੇ ਉਸ ਕੰਟਰੀ ਦਾ ਬਣਦਾ। ਇਹਦੇ ਬਾਰੇ ਕੋਈ ਰਾਵਾਂ ਨਹੀਂ। ਬਾਕੀ ਜਿਹੜੀ ਇੱਥੇ ਗੱਲਬਾਤ ਚੱਲ ਰਹੀ ਹੈ ਨਾ, ਅਸੀਂ ਮੀਡੀਆ 'ਤੇ, ਇੱਥੇ ਤਾਂ ਮੀਡੀਆ ਤਾਂ ਬਿਲਕੁਲ ਚੁੱਪ ਧਾਰੀ ਹੋਈ ਆ, ਇੱਥੇ ਕੋਈ ਖਬਰ ਨਹੀਂ ਆਉਂਦੀ ਕਿਸੇ ਵੀ ਕਿਸਮ ਦੀ, ਇੱਥੇ ਦੇ ਮੀਡੀਆ 'ਤੇ ਕੋਈ ਖਬਰ ਨਹੀਂ ਆ ਰਹੀ, ਇੱਥੇ ਦੇ ਟੀਵੀ ਇਹਨੂੰ ਤਾਂ ਆਪਣੇ ਫਿਕਰ ਆ। ਇੱਕ ਤਾਂ ਅੱਜ ਕੱਲ੍ਹ ਹੁਣ ਇਲੈਕਸ਼ਨ ਦਾ ਟਾਈਮ ਆ, ਇੱਕ ਮਹੀਨਾ ਰਹਿ ਗਿਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆਈਆਂ ਆ, ਇਹ ਇਹਨੀ ਇੱਕ ਵੀ ਖਬਰ ਨਹੀਂ ਅੱਜ ਤੱਕ ਦਿੱਤੀ। ਉਹ ਤਾਂ ਕੁਦਰਤੀ ਅਸੀਂ ਕਦੇ ਕਦੇ ਜਿਹੜੇ ਆ ਪੰਜਾਬੀ ਦੇ ਰੇਡੀਓ ਹੈਗੇ ਇੱਥੇ ਰੇਡੀਓ ਸਟੇਸ਼ਨ ਇੱਧਰ ਉੱਧਰ ਕਨੇਡਾ ਅਮਰੀਕਾ ਤੋਂ ਇੱਥੇ ਆਉਂਦੇ ਨੇ ਅਤੇ ਉਹ ਰੇਡੀਓ ਸਟੇਸ਼ਨ ਜਿਹੜੇ ਗੱਡੀ 'ਚ ਜਾਂਦੇ ਜਾਂਦੇ ਕਾਰ 'ਚ ਜਾਂਦੇ ਜਾਂਦੇ ਲਾ ਲਈਦਾ ਰਾਜ ਖਬਰ ਖਬਰ ਸੁਣਨ ਵਾਸਤੇ ਅਤੇ ਉਹਦੇ 'ਤੇ ਖਬਰ ਸੁਣ ਲਈ ਉੱਥੋਂ ਪਤਾ ਲੱਗਦਾ ਰਹਿੰਦਾ ਵੀ ਕੀ ਕੁਛ ਹੋ ਰਿਹਾ ਕੀ ਕੁਛ ਹੋ ਰਿਹਾ, ਅਦਰਵਾਈਜ਼ ਜਾਂ ਪੰਜਾਬੀ ਦੇ ਕਦੇ ਅਖਬਾਰ 'ਚੋਂ ਪਤਾ ਲੱਗ ਜਾਂਦਾ। ਇੱਥੇ ਦੇ ਮੀਡੀਆ 'ਚੋਂ, ਇੱਥੇ ਦੀ ਅਖਬਾਰਾਂ 'ਚੋਂ, ਇੱਥੇ ਦੇ ਇੱਥੇ ਜਿਹੜੀ ਟੀ ਵੀ ਸਟੇਸ਼ਨ ਇੱਥੋਂ ਦੇ, ਐਬਸੋਲੂਟਲੀ ਨਥਿੰਗ, ਜ਼ੀਰੋ, ਉਹਦੀ ਕੋਈ ਖਬਰ ਇਹ ਦਿੰਦੇ ਨਹੀਂ, ਇਹ ਉਹ ਕਰਦੇ ਆ ਦੇ ਡੋਂਟ ਕੇਅਰ। ਪੰਜਾਬੀ ਜਿਹੜਾ ਮੀਡੀਆ ਇੱਥੇ ਦਾ ਉੱਥੋਂ ਪਤਾ ਲੱਗਦਾ ਸਾਨੂੰ ਪੰਜਾਬੀ ਹਿੰਦੀ ਮੀਡੀਆ ਤੋਂ ਪਿਆ ਹੋ ਰਿਹਾ, ਉਹਦੇ ਵਿੱਚ ਜੋ ਰੌਲਾ ਪੈ ਰਿਹਾ ਉਹਦੇ 'ਚ ਇਹ ਕਹਿ ਰਿਹਾ ਵੀ ਪਾਕਿਸਤਾਨੀ ਕਹਿੰਦੇ ਆ ਵੀ ਉੱਥੇ ਕੁਛ ਹੋਇਆ ਹੀ ਨਹੀਂ, ਇੱਦਾਂ ਸਾਡੇ ਕੋਈ ਸਰਜੀਕਲ ਸਟਾਈਕ ਹੋਈ ਨਹੀਂ ਹੈ, ਚੁਣ ਚੁਣ ਕੇ ਜਿੱਦਾਂ ਵੀ ਉਹਨਾਂ ਨੇ ਕੁਛ ਅੱਧੀਆਂ ਨੂੰ ਉੱਥੇ ਮਾਰਿਆ, ਉਹ ਕਹਿੰਦੇ ਸਾਰੀ ਗੱਲ ਝੂਠ ਆ। ਉਹ ਬਾਹਰਲੇ ਮੀਡੀਆ ਨੂੰ ਵੀ ਲੈ ਕੇ ਗਏ, ਉਹਨਾਂ ਨੂੰ ਦਿਖਾਇਆ ਵੀ ਉਹਨਾਂ ਨੇ ਜਾ ਕੇ
ਉਹ ਕਹਿੰਦੇ ਇੱਥੇ ਕੁਛ ਵੀ ਨਹੀਂ ਹੋਇਆ ਹੋਈਆ ਹੈ, ਅਤੇ ਇਸੇ ਕਰਕੇ ਉਹ ਤੁਹਾਡੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਹੈ ਕੇਜਰੀਵਾਲ, ਅਰਵਿੰਦ ਕੇਜਰੀਵਾਲ, ਉਹਦੇ ਤਾਂ ਹੀ ਇਹ ਮਸਲਾ ਇਹ ਥੋੜ੍ਹਾ ਜਿਹਾ ਚੁੱਕਿਆ ਸੀ ਵੀ ਬਾਹਰਲੇ ਮੁਲਕਾਂ ਦੇ ਵਿੱਚ ਇਹ ਪ੍ਰਾਪੇਗੰਡਾ ਕਾਫੀ ਹੋ ਰਿਹਾ, ਪਾਕਿਸਤਾਨ ਪ੍ਰਾਪੇਗੰਡਾ ਕਰ ਰਿਹਾ ਇੰਟਰਨੈਸ਼ਨਲ ਮੀਡੀਆ ਦੇ ਰਾਹੀਂ, ਮੁੱਖ ਮੰਤਰੀ ਜਿਹੜੇ ਉੱਥੇ ਪਹੁੰਚੇ ਹੋਏ ਨੇ ਤੁਹਾਡੇ ਨਾਮਾ ਨਿਗਾਰ ਅਖਬਾਰਾਂ ਦੇ, ਉਹਨਾਂ ਨੂੰ ਦਿਖਾਇਆ ਉਹਨੇ ਇਲਾਕਾ ਜਾ ਕੇ ਵੀ ਇੱਥੇ ਦੇਖੋ ਕੁਛ ਵੀ ਨਹੀਂ ਹੋਇਆ। ਇਹ ਕਹਿੰਦੇ ਹੁਣ ਵੀ ਵੱਖ ਵੱਖ ਦੂਜੇ ਥਾਂ ਦਿਖਾਤੇ ਹੋਣਗੇ, ਦੂਜੀਆਂ ਥਾਵਾਂ ਦਿਖਾਤੀਆਂ ਹੋਣਗੀਆਂ ਵੀ ਹੋਇਆ ਕੁਛ ਆ, ਅਤੇ ਪਰ ਬਾਕੀ ਇੱਦਾਂ ਆ ਵੀ ਹਰ ਜਦੋਂ ਕੋਈ ਵੀ ਓਪਰੇਸ਼ਨ ਹੁੰਦਾ ਆ, ਕੋਈ ਵੀ ਕਾਰਵਾਈ ਇੱਦਾਂ ਦੀ ਜੰਗੀ ਕਾਰਵਾਈ ਹੁੰਦੀ ਆ, ਚਾਹੇ ਉਹ ਸਰਜੀਕਲ ਸਟਰਾਈਕ ਹੋਵੇ, ਚਾਹੇ ਉਹ ਪੂਰੀ ਫੌਜੀ ਸਕਰਮਿਸ਼ ਹੋਵੇ, ਮਿਲਟਰੀ ਸਕਰਮਿਸ਼ ਹੋਵੇ, ਜਾਂ ਪੂਰੀ ਆਹਮੋ ਸਾਹਮਣੀ ਫੁੱਲ ਫਲੈਜ ਬੈਟਲ ਹੋਵੇ ਦੋਵਾਂ ਆਰਮੀਆਂ ਦੀ ਫੌਜਾਂ ਦੀ, ਉਹਦੀ ਕੋਈ ਨਾ ਕੋਈ ਅੱਜ ਦੇ ਜ਼ਮਾਨੇ ਦੇ ਵਿੱਚ ਫੋਟੋ ਜਾਂ ਵੀਡੀਓ ਵਗੈਰਾ ਉਹਦੀਆਂ ਜ਼ਰੂਰ ਮੌਜੂਦ ਹੁੰਦੀਆਂ। ਫੋਟੋ ਤਾਂ ਪੁਰਾਣੇ ਜ਼ਮਾਨੇ 'ਚ ਵੀ ਮੌਜੂਦ ਨਹੀਂ ਹੈ, ਅਤੇ ਅੱਜ ਕੱਲ੍ਹ ਵੀਡੀਓ ਬਣਾਈ ਜਾਂਦੀ ਆ, ਕੁਛ ਨਾਮਾ ਨਿਗਾਰ ਵੀ ਨਾਲ ਲਗਾਏ ਜਾਂਦੇ ਆ ਇੱਥੇ, ਤਾਂ ਸਾਡੇ ਵੀ ਇਹ ਕੰਮ ਹੈਗਾ, ਬਾਹਰਲੀਆਂ ਮੁਲਕਾਂ 'ਚ ਵੀ ਹੈ, ਜਾਂ ਈਵਨ ਬਾਹਰਲੇ ਪੱਤਰਕਾਰ ਵੀ ਆ ਜਾਂਦੇ ਆ, ਜਾਂ ਫੌਜ ਵਾਲਿਆਂ ਦੇ ਕੋਲ ਖੁਦ ਵੀ ਅੱਜ ਕੱਲ੍ਹ ਪ੍ਰਬੰਧ ਹੈਗਾ ਅਤੇ ਉਹ ਖੁਦ ਵੀ ਉਹਨੂੰ ਫਿਲਮ ਕਰਦੇ ਨੇ ਉਹ ਸਾਰੀ ਕਾਰਵਾਈ ਨੂੰ ਸਬੂਤ ਦੇ ਤੌਰ 'ਤੇ, ਰਾਈਟ। ਉਹਦਾ ਦੋਹਾਂ ਧਿਰਾਂ ਨੂੰ ਫਾਇਦਾ, ਉਹਦਾ ਤੁਹਾਨੂੰ ਵੀ ਫਾਇਦਾ, ਬਾਕੀ ਬਾਹਰਲੀ ਦੁਨੀਆਂ 'ਚ ਕਿਸੇ ਨੂੰ ਦਿਖਾਉਣਾ ਹੋਵੇ, ਤਾਂ ਹੀ ਉਹਨੇ ਮੰਗ ਕੀਤੀ ਸੀ ਵੀ ਤੁਹਾਡੇ ਕੋਲ ਉਹਦੀ ਵੀਡੀਓ ਤਾਂ ਹੋਣੀ ਹੈ, ਵੀ ਤੁਸੀਂ ਉਹਨਾਂ ਦੇ ਪ੍ਰਾਪੇਗੰਡੇ ਨੂੰ ਬੰਦ ਕਰ ਲਿਆ। ਇਸ ਗੱਲ ਨੂੰ ਇਹਨਾਂ ਨੇ ਬਹੁਤ ਚੱਕਿਆ। ਹਾਂ, ਇਹ ਗੱਲ ਮੈਂ ਮੰਨਦਾ, ਕਈ ਵਾਰੀ ਕਈ ਕਹਿੰਦੇ ਆ ਨਾ ਤੁਹਾਡੇ ਓਪਰੇਸ਼ਨ ਜਾਂ ਤੁਹਾਡੇ ਮੈਥਡਸ ਕਈ ਇਹੋ ਜਿਹੇ ਹੁੰਦੇ ਆ, ਰਾਈਟ, ਜਿਹੜੇ ਕਿ ਤੁਸੀਂ ਦੁਸ਼ਮਣ ਨੂੰ ਨਹੀਂ ਦਿਖਾਉਣਾ ਚਾਹੁੰਦੇ, ਆਪਣੇ ਵਿਰੋਧੀ ਨੂੰ, ਬਾਹਰਲੇ ਲੋਕਾਂ ਨੂੰ ਜਿਹਨਾਂ ਦਾ ਉਸ ਓਪਰੇਸ਼ਨ ਦਾ ਕੋਈ ਸੰਬੰਧ ਨਹੀਂ, ਉਹਨਾਂ ਨੂੰ ਦਿਖਾਉਣਾ ਨਹੀਂ ਚਾਹੁੰਦੇ ਤੁਸੀਂ, ਵੀ ਅਸੀਂ ਕਿਸ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ, ਕਿੱਦਾਂ ਕਿੱਦਾਂ ਕੀਤੀ ਆ, ਰਾਈਟ। ਉਹਨੂੰ ਕਈ ਵਾਰ ਤੁਸੀਂ ਲੁਕੋ ਕੇ ਰੱਖਦੇ ਹੋ ਉਸ ਕਾਰਵਾਈ ਨੂੰ, ਉਹਦੇ ਪਿੱਛੇ ਤੁਹਾਡੀ ਕਈ ਗੱਲਾਂ ਜਿਹੜੀਆਂ ਉਹ ਕਲਾਸੀਫਾਈਡ ਉਹਨੂੰ ਕਹਿੰਦੇ ਹਾਂ ਅਸੀਂ ਇੱਥੇ ਅਮਰੀਕਾ 'ਚ, ਸਾਡੇ ਇੱਥੇ ਬਣਾਉਣ ਦੇ ਮੁਤਾਬਕ ਕਈ ਚੀਜ਼ਾਂ ਕਲਾਸੀਫਾਈਡ ਹੁੰਦੀਆਂ, ਉਹਨੂੰ ਕਈ ਵਾਰ 20-25 ਸਾਲ ਬਾਅਦ ਜਾ ਕੇ ਉਹਨੂੰ ਅਨਕਲਾਸੀਫਾਈਡ ਕਰ ਦਿੰਦੇ ਆ, ਫਿਰ ਪਤਾ ਲੱਗਦਾ ਵੀ ਆਹ ਗੱਲ ਇੱਦਾਂ ਹੋਈ ਸੀ 25 ਸਾਲ ਪਹਿਲਾਂ, ਉਹ 20-25 ਸਾਲ ਉਹ ਜਿਹੜੀ ਜਾਣਕਾਰੀ ਹੈ ਉਹ ਇਨਫੋਰਮੇਸ਼ਨ ਆ ਉਹ ਕਲਾਸੀਫਾਈਡ ਹੀ ਰਹਿੰਦੀ ਹੈ, ਜੋ ਸੀਕਰਟ ਜਿਹਨੂੰ ਆਪਾਂ ਕਹਿੰਦੇ ਹਾਂ, ਕਲਾਸੀਫਾਈਡ ਦਾ ਮਤਲਬ ਸੀਕਰਟ, ਉਹ ਰੱਖੀ ਜਾਂਦੀ ਕਾਨੂੰਨੀ ਤੌਰ 'ਤੇ, ਹੈ ਕਈ ਸੁਪਰ ਸੀਕਰਟ ਹੁੰਦੀਆਂ ਚੀਜ਼ਾਂ, ਉਹ 50 ਸਾਲ ਤੱਕ ਹੀ ਕਲਾਸੀਫਾਈਡ ਰਹਿੰਦੀਆਂ ਉਹ ਚੀਜ਼ਾਂ, ਹੈ ਕੋਈ ਪ੍ਰੈਜੀਡੈਂਟ ਨਵਾਂ ਆਉਂਦਾ ਫਿਰ ਉਹਨੂੰ ਆ ਕੇ ਉਹਨੂੰ ਅੱਜ ਕਲਾਸੀਫਾਈਡ ਕਰਦਾ, ਜਾਂ ਕੋਈ ਕਾਂਗਰਸ ਨਵੀਂ ਆਉਂਦੀ ਆ ਤੁਹਾਡੇ ਮੁਲਕ ਦੇ ਨੁਮਾਇੰਦੇ, ਉਹਨੂੰ ਅੱਜ ਕਲਾਸੀਫਾਈਡ ਕਰਦੇ ਆ, ਫਿਰ ਆਮ ਪਬਲਿਕ ਨੂੰ ਪਤਾ ਲੱਗਦਾ, ਹੈ ਕਿ ਇੱਥੇ ਕਾਨੂੰਨ ਵੀ ਬਣੇ ਆ ਫਰੀਡਮ ਆਫ ਇਨਫੋਰਮੇਸ਼ਨ ਐਕਟ, ਕਿ ਉਹਦੇ ਤਹਿਤ ਜਾ ਕੇ ਰਿਟਾ ਕਰਦੇ ਗੌਰਮੈਂਟ ਨੂੰ ਇੱਥੇ ਅਦਾਲਤਾਂ ਦੇ ਵਿੱਚ ਜਾ ਕੇ, ਅਤੇ ਜਾਣਕਾਰੀ ਜਿਹੜੀ ਹੈ ਲੋਕਾਂ ਨੂੰ ਮੁਹੱਈਆ ਕੀਤੀ ਜਾਵੇ, ਦਿੱਤੀ ਜਾਵੇ। ਹੁਣ ਹਿੰਦੁਸਤਾਨ 'ਚ ਖੈਰ ਇੱਦਾਂ ਦਾ ਮੇਰਾ ਖਿਆਲ ਨਹੀਂ, ਮੈਨੂੰ ਤਾਂ ਪਤਾ ਨਹੀਂ ਹੋ, ਆਏ ਨੂੰ ਨਹੀਂ ਦੇ ਹੋਵੇ ਤੁਹਾਡੇ ਕੋਲ ਇੱਦਾਂ ਦੀ ਧਾਰਾ, ਕੋਈ ਇੱਦਾਂ ਦਾ ਕਾਨੂੰਨ ਹੈਗਾ ਵੀ ਤੁਸੀਂ ਚੈਲੰਜ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ, ਉਹ ਜਾਣਕਾਰੀ ਮੰਗ ਸਕਦੇ। ਖੈਰ ਜੇ ਉਹਨੇ ਕਹਿ ਵੀ ਦਿੱਤਾ ਵੀ ਉਹ ਬਾਹਰਲੇ ਮੁਲਕਾਂ ਦੇ ਵਿੱਚ ਪ੍ਰਾਪੇਗੰਡਾ ਕਰ ਰਿਹਾ ਪਾਕਿਸਤਾਨ ਵਿੱਚ, ਜੇ ਤੁਹਾਡੇ ਕੋਲ ਹੈਗੀ ਕੋਈ ਇੱਦਾਂ ਦੀ ਫਿਲਮ ਤਾਂ ਤੁਸੀਂ ਉਹਨੂੰ ਪਬਲਿਕ ਕਰ ਦਿਓ, ਲੋਕਾਂ ਨੂੰ ਪਤਾ ਲੱਗ ਜਾਵੇ, ਪਾਕਿਸਤਾਨ ਨੂੰ ਵੀ ਪਤਾ ਲੱਗ ਜਾਵੇ, ਉਹਨਾਂ ਦਾ ਵੀ ਮੂੰਹ ਬੰਦ ਹੋ ਜੂ, ਬਾਹਰਲੀ ਦੁਨੀਆਂ ਨੂੰ ਵੀ ਪਤਾ ਲੱਗ ਜੂ, ਬਾਹਰਲੇ ਨਾਮਾਨਗਾਰਾਂ ਨੂੰ ਵੀ। ਉਸ ਗੱਲ ਨੂੰ ਫਿਰ ਤੁਹਾਡੀ ਕੇਂਦਰੀ ਸਰਕਾਰ ਨੇ ਬਹੁਤ ਵੱਡਾ ਇਸ਼ੂ ਬਣਾ ਲਿਆ, ਹੈ ਉਹ ਕਹਿੰਦੇ ਵੀ ਇਹ ਬੰਦਾ ਉਹਨਾਂ ਦੀ ਬੋਲੀ ਬੋਲ ਰਿਹਾ, ਉਹਨਾਂ ਦੇ ਨਾਲ ਕੋਈ ਰਲਿਆ, ਮੈਂ ਨਹੀਂ ਗੱਲ ਮੰਨਦਾ ਵੀ ਉਹਨਾਂ ਦੇ ਨਾਲ ਰਲਿਆ, ਜਾਂ ਉਹ ਗਦਾਰ ਆ, ਜਾਂ ਉਹ ਦੇਸ਼ ਭਗਤ ਨਹੀਂ ਹੈ, ਉਹ ਵੀ ਤੁਹਾਡੇ ਵਰਗਾ ਹੀ ਆ, ਇੱਥੇ ਦੇ ਜੰਮੇ ਬੜੇ ਤੁਹਾਡੇ ਵਰਗਾ ਹੀ ਆ, ਇੱਕ ਸਟੇਟ ਦਾ ਆਫਟਰ ਉਹ ਮੁੱਖ ਮੰਤਰੀ ਵੀ ਆ, ਜ਼ਿੰਮੇਵਾਰ ਬੰਦਾ ਹੀ ਆ, ਬੇਸ਼ੱਕ ਮੈਂ ਕੋਈ ਉਹਨਾਂ ਦੀ ਪਾਰਟੀ ਦਾ ਨੁਮਾਇੰਦਾ ਜਾਂ ਉਹਨਾਂ ਨੂੰ ਸਪੋਰਟ ਨਹੀਂ ਕਰਦਾ, ਪਰ ਉਸ ਗੱਲ ਨੂੰ ਇਹਨਾਂ ਨੇ ਵੱਡਾ ਆਊਗਾ ਬਣਾਇਆ, ਜਾਂ ਤਾਂ ਉਹਨੂੰ ਕਹਿਣ ਵੀ ਸਾਡੀ ਇਨਫੋਰਮੇਸ਼ਨ ਕਿਸੇ ਕਿਸੇ ਵਜ੍ਹਾ ਕਰਕੇ ਉਹ ਕਲਾਸੀਫਾਈਡ ਆ, ਰਾਈਟ, ਅਸੀਂ ਆਪਣੇ ਮੈਥਡਸ ਜਾਂ ਆਪਣਾ ਓਪਰੇਸ਼ਨ ਦੀ ਸਾਰੀ ਕਾਰਵਾਈ ਵੀ ਕਿੱਥੋਂ ਕਿੱਥੋਂ ਗਏ, ਕਿਹੜਾ ਕਿਹੜਾ ਹੈਲੀਕਾਪਟਰ ਯੂਜ ਕੀਤਾ, ਕਿਹੜੀ ਕਿਹੜੀ ਡਰੋਨ ਯੂਜ ਕੀਤੀ, ਰਾਈਟ, ਕਿੱਥੋਂ ਅਸੀਂ ਬਾਰਡਰ ਕ੍ਰੋਸ ਕੀਤਾ, ਕੀ ਅਸੀਂ ਬੰਬ ਸਿੱਟਿਆ, ਅਸੀਂ ਉਹ ਸਾਰੀ ਜਿਹੜੀ ਚੀਜ਼ ਹੈ ਸਾਡੀ ਕਲਾਸ, ਅਸੀਂ ਉਹਨੂੰ ਸੀਕਰਟ ਰੱਖਣਾ ਚਾਹੁੰਦੇ ਹਾਂ, ਉਹਨੂੰ ਅਸੀਂ ਜਾਂ ਤਾਂ ਪਬਲਿਕ ਨੂੰ ਆਮ ਕਨਵਿੰਸ ਕਰ ਲੈਣੇ ਗੱਲ ਦੱਸ ਕੇ, ਵੀ ਅਸੀਂ ਆਪਣੇ ਸਾਰੇ ਮੈਥਡਸ ਵੇਜ ਐਂਡ ਮੀਨਸ ਜਿਹੜੇ ਆ ਅਸੀਂ ਉਹਨਾਂ ਨੂੰ ਜ਼ਾਹਰ ਨਹੀਂ ਕਰਨਾ ਚਾਹੁੰਦੇ, ਜਾਂ ਤਾਂ ਇੱਦਾਂ ਕਾਇਲ ਕਰਨਾ, ਪਰ ਉਹਨੂੰ ਗਰਾਰ ਕਹਿਣਾ, ਉਹਦੇ 'ਤੇ ਇਸ ਤਰੀਕੇ ਦੇ ਇਲਜ਼ਾਮ ਲਾਉਣੇ ਜਿਹੜੇ ਆ, ਉਹ ਮੈਂ ਸਮਝਦਾ ਵੀ ਗਲਤ ਗੱਲ ਆ, ਉਹ ਨਜਾਇਜ਼ ਆ, ਉਹਦੇ 'ਚ ਤੁਹਾਡੀ ਕੇਂਦਰੀ ਸਰਕਾਰ ਨੂੰ ਉਹਦਾ ਇੰਨਾ ਗੁੱਸਾ ਕਰਨ ਦੀ ਲੋੜ ਨਹੀਂ ਹੈ, ਰਾਈਟ, ਲੇਕਿਨ ਉਹਨੂੰ ਕਿਸੇ ਢੰਗ ਦੇ ਨਾਲ ਵੀ ਉਸ ਗੱਲ ਨੂੰ ਅਕਲ ਦੇ ਨਾਲ ਵੀ ਉਹਦਾ ਜਵਾਬ ਦਿੱਤਾ ਜਾ ਸਕਦਾ, ਉਹਨੂੰ ਕਾਇਲ ਕੀਤਾ ਜਾ ਸਕਦਾ। ਸਾਡੇ ਇੱਥੇ ਇੱਦਾਂ ਵੀ ਸਿਸਟਮ ਹੈ ਅਮਰੀਕਾ ਦੇ ਵਿੱਚ, ਕੁਛ ਗੱਲਾਂ ਕਲਾਸੀਫਾਈਡ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਕੀ ਕਰਦੇ ਆ, ਇੱਥੇ ਤਾਂ ਪਾਰਟੀਆਂ ਸਾਰੀਆਂ 4 ਜਾਂ 3-4 ਪਾਰਟੀਆਂ, ਦੋ ਹੀ ਵੱਡੀਆਂ ਪਾਰਟੀਆਂ, ਬਾਕੀ 3-4 ਉਹ ਤਾਂ 1-2-3-4% ਉਹਨਾਂ ਨੂੰ ਕਿਤੇ ਵੋਟ ਪੈਂਦੀ ਹੁੰਦੀ ਆ, ਉਹਨਾਂ ਦੀ ਕੋਈ ਗਿਣਤੀ ਨਹੀਂ,
ਚਲੋ ਉਹ ਦੋਹਾਂ ਪਾਰਟੀਆਂ ਦੀਆਂ ਜਿਹੜੀਆਂ ਦੂਜੀਆਂ ਵੀ ਜੇ ਕੋਈ ਇੱਕ ਅੱਧਾ ਪਾਰਲੀਮੈਂਟ 'ਚ ਹੈ ਨਹੀਂ, ਉਹ ਪਾਰਟੀਆਂ ਬਾਹਰ ਹੀ ਰਹਿਣੀਆਂ, ਜੇ ਇੱਕ ਅੱਧਾ ਕੋਈ ਇੰਡੀਪੈਂਡੈਂਟ ਬੈਠਾ ਵੀ ਆ, ਉਹਨਾਂ ਦੇ ਲੀਡਰਾਂ ਨੂੰ ਸੱਦ ਲੈਂਦੇ ਆ, ਉਹਨਾਂ ਦੇ ਲੀਡਰਾਂ ਨੂੰ ਸੱਦ ਕੇ ਬੰਦ ਕਮਰੇ 'ਚ ਉਹਨਾਂ ਨੂੰ ਦਿਖਾ ਦਿੰਦੇ ਆ ਮੂਵੀ ਮੂਵੀ ਜਾਂ ਵੀਡੀਓ ਵਗੈਰਾ, ਰਾਈਟ, ਜਿੱਦਾਂ ਅਸਾਮਾ ਬਿਨ ਲਾਡਨ ਨੂੰ ਮਾਰਿਆ ਜਾਂ ਕੋਈ ਹੋਰ ਇੱਦਾਂ ਦੀ ਗੱਲ ਆ, ਪਹਿਲਾਂ ਸਿਕਰਟ ਤੌਰ 'ਤੇ ਦਿਖਾਈ ਜਾਂਦੀ ਆ ਕੁਛ ਬੰਦਿਆਂ ਨੂੰ, ਫਿਰ ਬੰਦ ਕਿਤੇ ਕੋਈ ਵੀ ਆ ਜਾਂਦੀ ਹੌਲੀ ਹੌਲੀ, ਉਹਨਾਂ ਨੂੰ ਦਿਖਾ ਦਿਓ, ਉਹਨਾਂ ਨੂੰ ਕਾਇਲ ਕਰ ਲਓ, ਆਪਣੀ ਪਾਰਟੀ ਨੂੰ ਆਪੇ ਜਾ ਕੇ ਦੱਸਣਗੇ, ਆਪਣੀ ਜਨਤਾ ਨੂੰ ਆਪਣੇ ਲੋਕਾਂ ਨੂੰ ਆਪੇ ਕਾਇਲ ਕਰਨਗੇ ਕਿ ਅਸੀਂ ਦੇਖ ਰਹੇ ਹਾਂ ਗੱਲ ਸੱਚੀ ਹੈ ਸਹੀ ਆ, ਰਾਈਟ। ਉਹ ਤੁਹਾਡੇ ਜਿਹੜੀਆਂ 10-15 ਪਾਰਟੀਆਂ ਜਿਹੜੇ ਹਿੰਦੁਸਤਾਨ 'ਚ, ਉਹ ਪਾਰਟੀ ਦੇ ਇੱਕ ਇੱਕ ਬੰਦੇ ਨੂੰ ਸੱਦਣਾ, ਇੱਕ ਇੱਕ ਬੰਦੇ ਨੂੰ ਸੱਦ ਲੈਣਾ, ਉਹ ਸੱਦ ਕੇ ਕਿਸੇ ਸੀਕਰਟ ਕਮਰੇ ਦੇ ਵਿੱਚ ਕਿਸੇ ਫੌਜੀ ਬੰਕਰ 'ਚ ਲਿਜਾ ਕੇ ਉਹਨਾਂ ਸਾਰਿਆਂ ਨੂੰ ਦਿਖਾ ਦੇਣ ਵੀ ਭਾਈ ਆਹ ਵੀਡੀਓ ਆ, ਤੁਸੀਂ ਇੱਥੇ ਫੋਟੋ ਨਹੀਂ ਖਿੱਚ ਸਕਦੇ, ਕੈਮਰਾ ਨਹੀਂ ਲੈ ਕੇ ਆ ਸਕਦੇ, ਨਾ ਸੈਲਫੋਨ ਤੁਹਾਡੇ ਬਾਹਰ ਦਿਖਾ ਲੈ ਜਾਣ ਉਹਨਾਂ ਦੇ, ਰਾਈਟ, ਆਹ ਦੇਖ ਲਓ ਤੁਸੀਂ ਮੂੰਹ ਜਵਾਨੀ ਦੇਖ ਕੇ ਚਲੇ ਗਏ। ਉਹ ਤੋਂ ਬਾਅਦ ਜਦੋਂ ਬਾਹਰ ਨਿਕਲ ਗਏ ਉੱਥੋਂ ਗੇਟ 'ਤੇ, ਉਦੋਂ ਉਹਨਾਂ ਦੇ ਸੈਲਫੋਨ ਉਹਨਾਂ ਦੇ ਕੈਮਰੇ ਹਰ ਚੀਜ਼ ਉਹਨਾਂ ਦੇ ਹਵਾਲੇ ਕਰਤੀ ਜਾਵੇ, ਨੋਟ ਨਹੀਂ ਲੈ ਸਕਦੇ, ਨੋਟ ਪੈਡ ਨਹੀਂ ਲੈ ਜਾਂਦਾ, ਕੋਈ ਲਿਖ ਨਹੀਂ ਸਕਦੇ, ਤੁਹਾਡੇ ਦਿਮਾਗ 'ਚ ਤੁਹਾਨੂੰ ਮੂੰਹ ਜਵਾਨੀ ਚੇਤਾ, ਇੱਦਾਂ ਦਾ ਕੰਮ ਤਾਂ ਕੀਤਾ ਜਾ ਸਕਦਾ, ਸਰਕਾਰ ਇੱਦਾਂ ਦਾ ਕੰਮ ਤਾਂ ਕਰ ਸਕਦੀ, ਕੇਂਦਰੀ ਸਰਕਾਰ। ਫਿਰ ਉਹ ਤੁਹਾਡੇ ਵਿਰੋਧੀ ਪਾਰਟੀਆਂ ਸਾਰੀਆਂ ਜਾਂ ਜਿਹੜੇ ਵੀ ਕਿਸੇ ਨੂੰ ਸ਼ੱਕ ਆ ਕਿ ਤੁਸੀਂ ਖਰੇ ਆਪਰੇਸ਼ਨ ਕੀਤਾ ਜਾਂ ਨਹੀਂ ਕੀਤਾ, ਪਾਕਿਸਤਾਨ ਤਾਂ ਕਹਿੰਦਾ ਕੀਤਾ ਹੀ ਨਹੀਂ, ਫਿਰ ਉਹ ਕਮ ਸੇ ਕਮ ਤੁਹਾਡੀ ਵਿਰੋਧੀ ਪਾਰਟੀਆਂ ਦੇ ਲੀਡਰ ਦੇ ਕਾਇਲ ਹੋ ਜਾਣਗੇ, ਉਹ ਬਾਕੀ ਪਾਰਟੀ ਦੇ ਜਿਹੜੀ ਸੈਂਟਰ ਕਮੇਟੀ ਕਿਸੇ ਪਾਰਟੀ ਦੀ ਜਾਂ ਪਾਰਟੀ ਦਾ ਪੋਲਿਟ ਬਿਊਰੋ ਆ, ਉਹਨੂੰ ਆਪੇ ਜਾ ਕੇ ਉਹ ਕਾਇਲ ਕਰਨਗੇ ਵੀ ਇਹ ਕੰਮ ਹੋਇਆ ਅਸੀਂ ਦੇਖ ਰਹੇ ਹਾਂ, ਇੱਦਾਂ ਦਾ ਕੰਮ ਵੀ ਤੁਹਾਡੀ ਸਰਕਾਰ ਨਹੀਂ ਕਰ ਰਹੀ, ਉਹ ਇੱਦਾਂ ਦਾ ਕੰਮ ਕਰ ਸਕਦੇ ਹਾਂ ਉਹਨਾਂ ਨੂੰ ਕਾਇਲ ਕਰਨ ਵਾਸਤੇ। ਇਸ ਕਰਕੇ ਬੜਾ ਰੋਣਾ ਰੱਪਾ ਪਿਆ ਆ, ਹੁਣ ਹੋ ਸਕਦਾ ਤੁਹਾਨੂੰ ਸਾਡੇ ਨੂੰ ਜ਼ਿਆਦਾ ਪਤਾ ਹੋਵੇ ਵੀ ਐਕਚੁਅਲ ਕਹਾਣੀ ਕੀ ਆ, ਰਾਈਟ, ਕਿਸੇ ਕਿਸਮ ਦੇ ਤੁਹਾਡੇ ਇੱਥੇ ਸਬੂਤ ਮੌਜੂਦ ਹੋਣ ਜਾਂ ਤੁਹਾਡੇ ਮੀਡੀਆ 'ਚ ਇਹੀ ਖਬਰ ਉਹ ਚੱਲਦੀ ਹੋਣੀ ਹੈ, ਸਾਡੇ ਤਾਂ ਖਬਰ ਇੱਕ ਵੀ ਨਹੀਂ ਆਈ ਅੱਜ ਤੱਕ, ਨੋਟ ਈਵਨ ਵਨ, ਆਪਣੇ ਮੀਡੀਆ ਦਾ ਜਿਹੜਾ ਜਿਹੜੀ ਗੱਲ ਆ ਉਹ ਇੱਥੇ ਦੇ ਮੀਡੀਆ ਨੂੰ ਸੁਣ ਕੇ ਹੀ ਖਬਰਾਂ ਦਿੰਦੇ ਆ, ਜਿਹੜਾ ਇੱਥੇ ਪੰਜਾਬੀ ਦਾ ਰੇਡੀਓ ਜਾਂ ਪੰਜਾਬੀ ਦਾ ਕੋਈ ਚੈਨਲ ਆ ਉਹ ਹੈਗਾ ਚੈਨਲਾਂ ਦੀ, ਇਹਨਾਂ ਚੈਨਲਾਂ ਦੀ ਬਾਈ ਆ, ਇਹਨਾਂ ਦੀ ਐਕਸਟੈਂਡਡ ਆਰਮੀ ਆ ਤੁਹਾਡੇ ਚੈਨਲਾਂ ਦੀ, ਜੇ ਖਬਰ ਵੀ ਆਉਣੀ ਆ ਆਕਾਸ਼ਵਾਣੀ ਜਲੰਧਰ ਤੋਂ ਹੀ ਖਬਰਾਂ ਆਉਂਦੀਆਂ, ਉਹ ਜੇ ਇੱਥੇ ਦਾ ਕੋਈ ਪੰਜਾਬੀ ਚੈਨਲ ਖਬਰ ਦਿੰਦਾ ਨਾ ਉਹ ਆਕਾਸ਼ਵਾਣੀ ਜਲੰਧਰ ਤੋਂ ਮੁੜ ਰਿਹਾ ਹੁੰਦਾ, ਉੱਥੇ ਉਹਨੂੰ ਬ੍ਰੋਡਕਾਸਟ ਹੀ ਉਹਨੂੰ ਰਿਲੇ ਹੀ ਕਰਦੇ ਆ, ਉਹਨਾਂ ਦਾ ਆਪਣਾ ਕੋਈ ਸੋਰਸ ਇੰਡੀਪੈਂਡੈਂਟ ਸੋਰਸ ਨਹੀਂ, ਇਸ ਕਰਕੇ ਤਾਂ ਮੈਂ ਕਹਿੰਦਾ ਵੀ ਜੋ ਸਾਨੂੰ ਸਾਨੂੰ ਇੱਥੇ ਇਨਫੋਰਮੇਸ਼ਨ ਪਤਾ ਲੱਗਦੀ ਉਹ ਸੈਕਿੰਡ ਹੈਂਡ ਥਰਡ ਹੈਂਡ ਹੁੰਦੀ ਆ, ਹੋ ਸਕਦਾ ਤੁਹਾਨੂੰ ਇਹਦੇ ਬਾਰੇ ਥੋੜ੍ਹਾ ਜ਼ਿਆਦਾ ਪਤਾ ਹੋਵੇ, ਸੋ ਇਹਦੇ ਬਾਰੇ ਵੀ ਤੁਸੀਂ ਥੋੜ੍ਹਾ ਜਿਹਾ ਚਾਨਣ ਪਾ ਸਕਦੇ ਹੋ। ਜਦ ਹੁਣ ਤੁਹਾਡਾ ਚਾਨਣ ਪਾਉਣ ਦਾ ਟਾਈਮ ਆਇਆ ਤੁਹਾਡਾ ਹੁਣ ਮੁੜ ਕੇ ਕਰੇਕਸ਼ਨ ਨਹੀਂ ਜਾਂਦੇ ਲੱਗੇ। ਹਾਂਜੀ ਸਵਾਮੀ ਜੀ, ਮੈਂ ਤਾਂ ਹੁਣ ਜਿਹੜੇ ਆਪਣੇ ਚੈਨਲ ਫੋਨ ਭੇਟ ਕਰਨਾ ਸੀ ਚਾਰ ਸ਼ਬਦ ਕਹਿਤੇ ਆ, ਹੁਣ ਮਾਈਕ ਤੁਹਾਡੇ ਵੱਲੇ ਹੀ, ਇਹਨੂੰ ਆਪਣਾ ਟਾਈਮ ਹੋ ਜਾਣਾ, ਤੁਸੀਂ ਜਿੰਨਾ ਵੀ ਟਾਈਮ ਲੈਣਾ ਸਾਰਾ ਹੁਣ ਟਾਈਮ ਤੁਹਾਡੇ ਕੋਲ ਹੀ ਆ। ਬਹੁਤ ਹੀ ਭਾਗਦਾ ਮਸਲਾ ਹੈ, ਇਹ ਹੁਣ ਤੋਂ ਹੀ ਨਹੀਂ ਜਦੋਂ ਤੋਂ ਦੋਹੇ ਮੁਲਕ ਹੋਂਦ ਵਿੱਚ ਆਏ ਉਸ ਦਿਨ ਤੋਂ ਲੈ ਕੇ ਇਹ ਮਸਲਾ ਕਦੇ ਵੀ ਨਹੀਂ ਸੁਲਝਿਆ ਤੇ ਦਿਨੋ ਦਿਨ ਇਹ ਮਸਲਾ ਸੁਲਝਦਾ ਹੀ ਰਹਿੰਦਾ ਹੈ। ਆਏ ਦਿਨ ਅਸੀਂ ਦੇਖਦੇ ਹਾਂ ਕਿ ਅਖਬਾਰਾਂ ਵਿੱਚ ਜਾਂ ਹੋਰ ਜੋ ਖਬਰਾਂ ਵਾਲੇ ਸਾਧਨ ਹਨ ਉਹਨਾਂ ਵਿੱਚ ਇਹਨਾਂ ਦੋਹਾਂ ਦੇਸ਼ਾਂ ਦੇ ਕਾਰਨਾਮੇ ਜਿਹੜੇ ਹਨ ਉਹਨਾਂ ਦੀਆਂ ਚਾਨਣਾਂ ਪਾਉਂਦੇ ਰਹਿੰਦੇ ਹਨ ਉਹਨਾਂ ਕਾਰਨਾਮੇ ਉੱਤੇ। ਦੋਸਤੋ, ਜਿੱਥੋਂ ਤੱਕ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਦੀ ਗੱਲ ਹੈ ਉਹਦੇ ਵਿੱਚ ਇਹ ਗੱਲ ਬਹੁਤ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਜੋ ਆਮ ਲੋਕ ਹਨ, ਆਮ ਜਨਤਾ ਹੈ, ਉਹ ਜਨਤਾ ਲੜਾਈ ਝਗੜਿਆਂ ਦੇ ਬਿਲਕੁਲ ਖਿਲਾਫ ਹੈ, ਕਿਉਂਕਿ ਜਦੋਂ ਦੋ ਦੇਸ਼ਾਂ ਦੇ ਸੰਬੰਧ ਵਿਗੜਦੇ ਹਨ ਤਾਂ ਸਭ ਤੋਂ ਵੱਡਾ ਅਸਰ ਜਿਹੜਾ ਹੈ ਉਹ ਆਮ ਲੋਕਾਂ ਉੱਤੇ ਪੈਂਦਾ ਹੈ, ਆਮ ਲੋਕਾਂ ਦੇ ਨਿੱਜੀ ਜੋ ਸਮਾਜਿਕ ਜੀਵਨ ਹੈ, ਆਰਥਿਕ ਜੀਵਨ ਹੈ, ਉਹਨਾਂ ਸਾਰੇ ਪੱਖਾਂ ਉੱਤੇ ਉਸਦਾ ਜਿਹੜਾ ਇਹਨਾਂ ਦੋਹਾਂ ਦੇਸ਼ਾਂ ਦੇ ਸੰਬੰਧਾਂ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ, ਕਿਉਂਕਿ ਦੋਹਾਂ ਦੇਸ਼ਾਂ ਦੇ ਜਿਹੜੇ ਜ਼ਿਆਦਾਤਰ ਲੋਕ ਹਨ ਜਦੋਂ ਇਹ ਭਾਰਤ ਪਾਕਿਸਤਾਨ ਜਦੋਂ ਬਣੇ ਤਾਂ ਉਦੋਂ ਤੋਂ ਹੀ ਅਸੀਂ ਦੇਖਿਆ ਹੈ, ਫਿਲਮਾਂ ਵਿੱਚ ਵੀ ਕਈ ਫਿਲਮਾਂ ਵਿੱਚ ਦਿਖਾਇਆ ਗਿਆ ਹੈ, ਅਮਰੀਕਾ ਇਸ ਤਰ੍ਹਾਂ ਦੇ ਰਸਾਲੇ ਕਿਤਾਬਾਂ ਪੜ੍ਹ ਕੇ ਚਲਾਉਂਦੀਆਂ ਹਨ ਜਾਂ ਸਾਡੇ ਵੱਡੇ ਬਜ਼ੁਰਗ ਦੱਸਦੇ ਰਹਿੰਦੇ ਹਨ ਕਿ ਕਿਵੇਂ ਲੋਕ ਜਦੋਂ 1947 ਦੀ ਵੰਡ ਹੋਈ ਤਾਂ ਇੱਕ ਦੂਜੇ ਪਾਸਿਓਂ ਲੋਕਾਂ ਦਾ ਉਜਾਲਾ ਕਿਵੇਂ ਹੋਇਆ, ਕਿਵੇਂ ਲੋਕ ਰੋਂਦੇ ਧੋਂਦੇ ਇੱਕ ਦੂਜੇ ਨੂੰ ਆਪਣੇ ਪੁਰਾਣੇ ਦੋਸਤਾਂ ਨੂੰ ਸੰਗੀਆਂ ਸਾਥੀਆਂ ਨੂੰ ਮਿਲਦੇ ਹੋਏ ਉਹਨਾਂ ਨੂੰ ਛੱਡ ਕੇ ਨਵੇਂ ਥਾਂ ਉੱਤੇ ਰਹਿਣ ਲਈ ਮਜਬੂਰ ਹੋਏ,
क्योंकि वो जानते थे ना, क्योंकि ये उजाला कोई एक दो दिन का नहीं है, ये उजाला हूँ सदीवी उजाला हो गया है, तो इसनों खत्म करना कोई सौखा काम नहीं है। अनेका साले बड़े बुजुर्ग अजिहियां कहानियां सुनाते हैं कि किवें उन्होंने जो साथी सना उन्होंने रोंदे धोंदे बैठते हुए उन्होंने जफ्फियां पाते उन्होंने पैनिया थलाते उन्होंने ना चाहते हुए भी नवे थान पर जाने लिए मजबूर हुए, क्योंकि जो बंसी जो साड़िया नेतावां दीआं राजनीतिक चाल उन्होंने भाईचारे उन्होंने इंसानियत जो है तार पतार कर दिता सी। जिमें कि एक कहावत है कि चिड़िया का मरना ते गुआरा का हासरा, आम लोगों का मरन हो जाता है पर जो साडे राजनेता हन जां जो साडे जो नुमाइंदे हन उन्हां दा एक हासा ही बन के रह जाता है, क्योंकि आम जनता की गल आम जनता के दिल की हूक पता नहीं उन्होंने नेतावान तक पहुंचती नहीं, जो जान के उन्होंने मजबूरियां लोगों की जो सोच है उसमें जानबूझ के अपना कर देते हैं, क्योंकि साडे देश दे लोग भावे पाकिस्तान हो या भारत हो, क्योंकि साडे रीति रिवाज साडे कार व्यार इथों तक कि बोली विच भी ज्यादा अंतर नहीं है, क्योंकि साडियां रगां विच साडे जो पौन पानी है उस विच जिहड़ा एक दूजे देश दे लोगों दीआं सोचां विच जिहड़ा है कोई ज्यादा फर्क नहीं है, असीं एक जिहड़ा है एक धातु तों दो धातियां विच वंडे गए, इह जिहड़ा है जिहड़ा बखरेवां साडे राजनीतिक नेतावां दीआं जो चालां हन उहनां दा ही सिक्का है। आम तौर पर देखा जाता है कि जो हर बार साडे देश विच जो बात पेश किया जाता है तां बात विच एक बहुत बड़ा हिस्सा जो कि जिहड़ी धन हुंदा है धन का बहुत बड़ा हिस्सा एक रक्षा बल विच पेश किया जाता है, करोड़ों अरबों रुपया जिहड़ा हथियारों नूं बनाउण लई जां हथियारों की हिफाजत करन लई जां जानू लई खर्च किया जाता है, पर की इंसानियत लई इन्हां चीजां की जरूरत है, कि हथियार जिहड़े हन इंसानियत नूं जिउंदा रखण लई जरूरी हन, ये हथियार इंसानियत नूं जिउंदा रखण लई जरूरी होण नालों इंसानियत नूं खत्म करन लई ज्यादा जिहड़ा इन्हां दा प्रभाव पैंदा है, क्योंकि लड़ाई जिहड़ी है उह अमना चैन लई जरूरी नहीं, अमन चैन जेकर करना है तो हथियारों तो बिना भी किया जा सकता है, लोड़ है सानू अपने दिल विच अपने दिमाग विच इंसानियत की जी कदर है वो असी करिए, क्योंकि जो इंसान इंसानियत की कदर नहीं करता वो कुछ भी कह लवे इकट्ठा विच जां कितें भी कुछ भी कह लवे वो दियां गल्लां जिहड़ियां हुंदियां हन वो आम तौर पर असीं देखदे हां कि साडे जो लोग हन आम जदों इधरों बसां चलाईयां जांदियां हन पाकिस्तान जाण लई जां उधरों तां कई अजिहे भी लोग हुंदे हन जिहड़े बंड तों बाद पहली बार एक दूजे मुल्क विच जांदे हन, ते उहनां दे जाण दा कोई मकसद इह नहीं हुंदा कि उह किसे यात्रा ते जांदे हन, क्योंकि उहनां लई इह एक दूजे देश विच जाणा किसे धार्मिक स्थान ते जाण दा उह किते वध अहमियत रखदा है, क्योंकि उन्हां दे पूर्वज उन्हां दे जो बड़े बुजुर्ग सन जां उन्हां जो बुजुर्ग होंदे हन उन्हां ने भी उन्हां दा जन्म कई बार एक दूजे देश विच होया हुंदा है, तो वो अपनी मातृभूमि नूं सेजदा करना जिहड़ा अपना सब तों वड्डा हक समझदे हन, ते इस हक लई वो मुश्किलां झेलदे होए दूजे देश विच आउंदे हन, ते सब तों पहला वो कम एक अजिहा कम करदे हन जदों ਉਹ ਇੱਕ ਦੂਜੇ ਦੇਸ਼ ਵਿੱਚ ਚਾਹੇ ਇਧਰੋਂ ਪਾਕਿਸਤਾਨ ਜਾਣ ਚਾਹੇ ਪਾਕਿਸਤਾਨ ਵਿੱਚੋਂ ਜਥਾ ਇਧਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਧਰਤੀ ਉੱਤੇ ਜਦੋਂ ਉਹ ਆਪਣਾ ਕਦਮ ਬਣਾਉਂਦੇ ਹਨ ਤਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਉਹ ਇਹੀ ਕਰਦੇ ਹਨ ਕਿ ਉਹ ਉੱਥੋਂ ਦੀ ਮਿੱਟੀ ਨੂੰ ਚੁੰਮਦੇ ਹਨ ਤੇ ਮੱਥੇ ਨਾਲ ਲਾਉਂਦੇ ਹਨ, ਕਿਉਂਕਿ ਇਹ ਮਿੱਟੀ ਜਿਹੜੀ ਹੈ ਉਹਨਾਂ ਦੇ ਵੱਡੇ ਬਜ਼ੁਰਗਾਂ ਦੀ ਜਿਹੜੀ ਹੈ ਪੈਦਾਇਸ਼ ਦੀ ਮਿੱਟੀ ਹੈ, ਇਹ ਉਹ ਮਿੱਟੀ ਹੈ ਜਿੱਥੇ ਸਾਡੇ ਵੱਡੇ ਬਜ਼ੁਰਗ ਇੱਕ ਦੂਜੇ ਨਾਲ ਖੇਡਦੇ ਰਹੇ ਹਨ, ਜੋ ਇੱਕ ਦੂਜੇ ਨਾਲ ਮਨੋਰੰਜਨ ਕਰਦੇ ਰਹੇ ਹਨ, ਖੇਡਾਂ ਖੇਡਦੇ ਰਹੇ ਹਨ, ਤੇ ਉਹ ਇਹ ਮਿੱਟੀ ਫਿਰ ਉਹਨਾਂ ਲਈ ਸਭ ਤੋਂ ਵੱਧ ਪਵਿੱਤਰ ਬਣ ਜਾਂਦੀ ਹੈ, ਪਰ ਕੋਈ ਲੋਕ ਅਜਿਹੇ ਵੀ ਹਨ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਭਾਵਨਾਵਾਂ ਵਿੱਚ ਨਹੀਂ ਬਹਿੰਦੇ, ਤੇ ਉਹਨਾਂ ਦਾ ਮਕਸਦ ਸਿਰਫ
ਖੂਨ ਖਰਾਬਾ ਕਰਨਾ ਹੀ ਹੁੰਦਾ ਹੈ। ਉਹ ਲੋਕ ਅਜੇ ਉਹ ਸਿਰਫ ਅਜੇ ਉਹਨਾਂ ਦਾ ਮਕਸਦ ਸਿਰਫ ਇੱਕ ਦੂਜੇ ਨੂੰ ਮਾਰਨਾ, ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਖੱਲ ਪਾਉਣਾ ਹੀ ਹੁੰਦਾ, ਕਿਉਂਕਿ ਇਨਸਾਨੀਅਤ ਜਿਹੜੀ ਹੈ ਉਹ ਕਿਸੇ ਨੂੰ ਦੁੱਖ ਦੇਣਾ ਨਹੀਂ, ਸਬਕ ਦਾ ਭਲਾ ਮੰਗਣਾ ਹੀ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਤੇ ਇਸ ਹੀ ਇਨਸਾਨੀਅਤ ਹੈ। ਅੰਤ ਵਿੱਚ ਮੈਂ ਇੰਨਾ ਕਹਿੰਦਾ ਹਾਂ ਕਿ ਜੇਕਰ ਸਾਨੂੰ ਇੱਕ ਦੂਜੇ ਦਾ ਇਨਸਾਨੀਅਤ ਦਾ ਮੋਹ ਹੈ, ਇੱਕ ਦੂਜੇ ਮਨੁੱਖਤਾ ਪ੍ਰਤੀ ਸਾਡੇ ਮਨ ਵਿੱਚ ਹਮਦਰਦੀ ਹੈ ਤਾਂ ਸਾਨੂੰ ਅਜਿਹੇ ਜਿਹੜਾ ਹੈ ਖੂਨੀ ਖੇਡ ਹਨ ਜਾਂ ਖੂਨੀ ਖੇਡਾਂ ਹਨ ਉਹਨਾਂ ਨੂੰ ਖਤਮ ਕਰਨਾ ਪਵੇਗਾ ਤੇ ਇੱਕ ਦੂਜੇ ਦਾ ਆਦਰ ਕਰਾਂਗੇ ਤਾਂ ਹੀ ਸਾਡੇ ਜੋ ਮੁਲਕ ਹਨ, ਸਾਡਾ ਸਮਾਜ ਹੈ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਹਨ ਉਹ ਖੁਸ਼ ਰਹਿ ਸਕਦੀਆਂ ਹਨ। ਨਹੀਂ ਤਾਂ ਇਸ ਤਰ੍ਹਾਂ ਦੀਆਂ ਚਾਲਾਂ ਦੇ ਜਿਹੜੇ ਨਤੀਜੇ ਹਨ, ਜੋ ਸਿੱਟੇ ਹਨ, ਉਹ ਆਉਣ ਵਾਲੇ ਦਿਨਾਂ ਵਿੱਚ, ਆਉਣ ਵਾਲੇ ਸਮੇਂ ਵਿੱਚ, ਆਉਣ ਵਾਲੇ ਜੋ ਸਾਲਾਂ ਵਿੱਚ ਉਸ ਦੇ ਭਿਆਨਕ ਸਿੱਟੇ ਹੀ ਨਿਕਲ ਸਕਦੇ ਹਨ। ਕਿਉਂਕਿ ਹਰ ਇੱਕ ਦੇਸ਼ ਨੇ ਕੁਝ ਅਜਿਹੇ ਹਥਿਆਰ ਬਣਾ ਲਏ ਹਨ ਜੋ ਜੇਕਰ ਚੱਲ ਜਾਣ ਤਾਂ ਸਿਰਫ ਇਨਸਾਨ ਹੀ ਨਹੀਂ ਉਸਦੀ ਮਾਰ ਵਿੱਚ ਆਉਣ ਵਾਲੇ ਕੀੜੀ ਤੋਂ ਲੈ ਕੇ ਹਾਥੀ ਤੱਕ ਚਿੜੀ ਜਾਨਵਰ ਸਭ ਪੰਛੀ ਜਿਹੜੇ ਹਨ ਉਸਦੀ ਭੇਡਾ ਚੜ ਜਾਣਗੇ ਤੇ ਇਸ ਤਰ੍ਹਾਂ ਦੇ ਜਿਹੜੇ ਕਾਰਨਾਮੇ ਹਨ ਉਹ ਕਰਨ ਵਾਲੇ ਕੋਈ ਹੋਰ ਨਹੀਂ ਹੋਣਗੇ, ਸਾਡੇ ਆਪਣੇ ਵਿੱਚ ਵਿਚਰਨ ਵਾਲੇ ਇਨਸਾਨ ਹੀ ਹੋਣਗੇ ਤੇ ਇਸ ਦਾ ਅਸੀਂ ਦੋਸ਼ ਕਿਸੇ ਹੋਰ ਤੇ ਨਹੀਂ ਦੇ ਸਕਦੇ, ਅਸੀਂ ਆਪਣੀ ਇਨਸਾਨੀਅਤ ਨੂੰ ਹੀ ਦੇ ਸਕਦੇ ਹਾਂ ਤੇ ਅਸੀਂ ਇਹੀ ਚਾਹੁੰਦੇ ਹਾਂ ਇਸ ਤਰ੍ਹਾਂ ਦੀ ਕਾਰਵਾਈ ਕਰਨ ਨਾਲੋਂ ਜਿਹੜਾ ਹੈ ਆਪਸ ਵਿੱਚ ਅਸੀਂ ਰਲ ਮਿਲ ਕੇ ਰਹੀਏ, ਮੋਹ ਪਿਆਰ ਨਾਲ ਰਹੀਏ, ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰੀਏ, ਉਹ ਹੀ ਸੱਚੀ ਇਨਸਾਨੀਅਤ ਹੈ ਤੇ ਸਾਡਾ ਫਰਜ਼ ਇਹੀ ਬਣਦਾ ਹੈ। ਧੰਨਵਾਦ ਜੀ। ਓਕੇ, ਥੈਂਕ ਯੂ ਸਵਾਮੀ ਜੀ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣੇ ਵਿਚਾਰ ਪੇਸ਼ ਕੀਤੇ। ਦੋਸਤੋ, ਅਫਸੋਸ ਤਾਂ ਇਸ ਗੱਲ ਦਾ ਹੁੰਦਾ ਹੈ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਇਨਸਾਨ ਅਜੇ ਪੱਥਰ ਯੁੱਗ 'ਚ ਹੀ ਰਹਿੰਦਾ ਸੀ, ਉਦੋਂ ਵੀ ਆਹੀ ਕੰਮ ਕਰਦਾ ਸੀ, ਉਦੋਂ ਇੱਟਾਂ ਬੱਟਿਆਂ ਦੇ ਨਾਲ ਕਰਦਾ ਸੀਗਾ, ਜੋ ਕੁਦਰਤੀ ਤੌਰ 'ਤੇ ਬੱਟੇ ਸੀ, ਵੀ ਥੋੜ੍ਹੀ ਉਹਨੂੰ ਅਕਲ ਆ ਗਈ ਅਤੇ ਉਹਨੂੰ ਬੱਟੇ ਨੂੰ ਤਿੱਖੇ ਕਰਨੇ ਸ਼ੁਰੂ ਕਰਤਾ, ਲੱਕੜੀਆਂ ਨੂੰ ਤਿੱਖੀ ਕਰਨੀ ਸ਼ੁਰੂ ਕਰਤਾ, ਰਾਈਟ, ਬੱਟੇ ਨਾਲ ਰਗੜ ਕੇ ਜਾਂ ਲੱਕੜੀ ਨਾਲ ਕਿਸੇ ਚੀਜ਼ ਨਾਲ ਰਗੜ ਕੇ ਉਹਦਾ ਹਥਿਆਰ ਬਣਾ ਲਿਆ ਪਰਸੇ ਦੀ ਤਰ੍ਹਾਂ। ਹੌਲੀ ਹੌਲੀ ਫਿਰ ਹੋਰ ਉਹਨੇ ਤਰੱਕੀ ਕਰ ਲਈ, ਫਿਰ ਤਲਵਾਰਾਂ ਬਣਾ ਲਈਆਂ, ਬਰਛੇ ਬਣਾ ਲਏ, ਭਾਲੇ ਬਣਾ ਲਏ, ਕੁਹਾੜੀਆਂ ਬਣਾ ਲਈਆਂ, ਰਾਈਟ। ਹਾਂ, ਫਿਰ ਵੀ ਉਹਨੇ ਉਹੀ ਕੀਤਾ, ਜੰਗਲੀ ਜਾਨਵਰਾਂ ਵਾਲਾ, ਵਹਿਸ਼ੀਆਂ ਦਾ ਕੰਮ, ਰਾਈਟ। ਫਿਰ ਹੌਲੀ ਹੌਲੀ ਜਨਮਾਂ ਦੀਆਂ, ਜਿੱਦਾਂ ਪਹਿਲਾਂ ਜਨਮਾਂ ਦੀਆਂ ਹੱਡੀਆਂ ਦੇ ਨਾਲ ਉਹ ਮੋਹਰੇ ਲਾ ਲੈਂਦਾ ਸੀ, ਉਹਦਾ ਭਾਸ਼ਾ ਬਣ ਜਾਂਦਾ ਸੀ ਲੱਕੜੀ ਮੋਹਰੇ। ਫਿਰ ਮੈਟਲ ਉਹਦੇ ਹੱਥ ਜਦੋਂ ਆਈ ਧਾਤੂ, ਫਿਰ ਉਹਦੇ ਬਰਛੇ ਜਾਂ ਭਾਲੇ, ਫਿਰ ਉਹ ਚੀਜ਼ਾਂ ਉਹਨੇ ਮੋਹਰੇ ਉਹਦੀ ਵਰਤੋਂ ਕਰਨੀ ਸ਼ੁਰੂ ਕਰਤੀ, ਹਥਿਆਰ ਥੋੜ੍ਹੇ ਤਿੱਖੇ ਹੋ ਗਏ। ਲਵਾਉਣ ਤੋਂ ਬਾਅਦ ਹੌਲੀ ਹੌਲੀ ਫਿਰ ਤੀਰ ਕਮਾਨਾਂ ਦਾ ਕੰਮ ਆ ਗਿਆ, ਫਿਰ ਥੋੜ੍ਹਾ ਦੂਰੋਂ ਮਾਰਨ ਦੀ ਗੱਲ ਸ਼ੁਰੂ ਹੋ ਗਈ, ਰਾਈਟ। ਫਿਰ ਕੰਮ ਫਿਰ ਵੀ ਉਹੀ ਕੀਤਾ ਇਨਸਾਨ ਨੇ, ਬੁੱਧੀ ਉਹੀ ਆ, ਰਾਈਟ, ਮਤਲਬ ਤਰੱਕੀ ਹੋਈ ਗਈ। ਜਿੱਦਾਂ ਸਾਇੰਟਿਫਿਕ ਇਹਨੂੰ ਆਪਾਂ, ਉਹ ਵੀ ਇੱਕ ਇੱਕ ਸਾਇੰਸ ਹੈ ਨਾ, ਇੱਕ ਤੀਰ ਕਮਾਨ ਆਪਣੇ ਆਪ ਸਾਇੰਸ ਹੈ। ਫਿਰ ਉਹ ਤੋਂ ਬਾਅਦ ਆ ਗਈ ਬੰਦੂਕ, ਫਿਰ ਬੰਦੂਕ ਦੇ ਇੱਕੋ ਬੰਦਾ ਮਰਦਾ ਸੀ ਐਟ ਏ ਟਾਈਮ, ਇੱਕ ਬੰਦਾ। ਫਿਰ ਤੋਪ ਲੈਂਦੀ, ਵੀ ਸਿੱਧੀ ਤੇ ਗੋਲਾ ਬਹੁਤੇ ਇਕੱਠੇ ਬੰਨਗੇ, ਰਾਈਟ। ਫਿਰ ਮਸ਼ੀਨ ਗਨ ਲੈਂਦੀ, ਵੀ ਇਕੱਠੀਆਂ ਬਹੁਤ ਸਾਰੀਆਂ ਨਿਕਲਣਗੀਆਂ, ਮਤ ਦਿਮਾਗ ਉਧਰ ਨੂੰ ਚੱਲਿਆ, ਮਾਰਤਾ ਰਨ, ਰਾਈਟ। ਫਿਰ ਕੰਮ ਵੱਧਦਾ ਗਿਆ, ਫਿਰ ਟੈਂਕ ਆਇਆ, ਰਾਈਟ। ਟੈਂਕਾਂ ਤੋਂ ਬਾਅਦ ਫਿਰ ਵੀ ਮੈਂ ਤਾਂ ਤਸੱਲੀ ਨਹੀਂ ਹੋਈ ਇਨਸਾਨ ਦੇ ਰਾਜੇ ਨੀ, ਫਿਰ ਵੀ ਫਿਰ ਕੰਮ ਕਿੱਥੇ ਆ ਗਿਆ, ਐਟਮ ਬੰਬ ਤੇ। ਐਟਮ ਬੰਬ ਨੇ ਵੀ ਤਸੱਲੀ ਨਹੀਂ ਹੋਈ, ਫਿਰ ਕਹਿੰਦਾ ਵੀ ਐਟਮ ਬੰਬ ਦੇ ਨਾਲ ਦੇਖੋ ਵੀ ਬੰਦੇ ਵੀ ਮਰ ਗਏ, ਬਿਲਡਿੰਗਾਂ ਵੀ ਢਹਿ ਜਾਂਦੀਆਂ, ਦਰਖਤ ਵੀ ਸੜ ਜਾਂਦੇ, ਕੋਲਾ ਹੀ ਹੋ ਜਾਂਦਾ ਹਰ ਚੀਜ਼ ਦਾ, ਬਿਲਡਿੰਗਾਂ ਦਾ, ਦਰਖਤਾਂ ਦਾ, ਹਰ ਚੀਜ਼ ਦਾ। ਫਿਰ ਕਹਿੰਦੇ ਵੱਖ, ਇਹ ਚੀਜ਼ ਇਨਫ ਨਹੀਂ ਹੈ, ਸਾਡੇ ਪੱਲੇ ਦਾ ਕੁਛ ਪਿਆ ਹੀ ਨਾ। ਫਿਰ ਉਹਨੇ ਨਿਊਟਨ ਬੰਬ ਬਣਾਇਆ। ਨਿਊਟਨ ਬੰਬ ਦੇ ਵਿੱਚ ਕੀ ਹੁੰਦਾ, ਹਰ ਚੀਜ਼ ਖੜੀ ਰਹਿੰਦੀ ਹੈ, ਕੋਈ ਨੀ ਚੀਜ਼ ਮਰਦੀ, ਕੋਈ ਨੀ ਕੋਲਾ ਹੁੰਦਾ, ਇਨਸਾਨ ਮਰ ਜਾਂਦੇ ਆ, ਹਰ ਜਿੰਦੀ ਚੀਜ਼, ਜਿਹੜੇ ਪਸ਼ੂ ਮਰ ਜਾਂਦੇ, ਇਨਸਾਨ ਮਰ ਜਾਂਦੇ, ਪੰਛੀ ਮਰ ਜਾਂਦੇ, ਹਰ ਜਿੰਦੀ ਚੀਜ਼ ਜਿਹੜੀ ਆ ਉਹ ਮਰ ਗਈ, ਹਰ ਚੀਜ਼, ਹਰ ਬਿਲਡਿੰਗ, ਹਰ ਮਕਾਨ, ਹਰ ਸੜਕ, ਹਰ ਕਾਰ, ਹਰ ਮੋਟਰ ਗੱਡੀ, ਹਰ ਚੀਜ਼ ਉੱਦਾਂ ਦੀ ਉੱਦੀ ਖੜੀ, ਤਾਂ ਕਿ ਜਾ ਕੇ ਉਹਦੇ ਕਬਜ਼ਾ ਕਰ ਸਕੀਏ, ਰਾਈਟ। ਮਤਲਬ ਮੁਲਕ ਉੱਦਾਂ ਦਾ ਰਹਿਣਾ ਬਣਿਆ ਬਣਾਇਆ, ਫਿਰ ਨਿਊਟਨ ਬੰਬ ਤੇ ਪਹੁੰਚ ਗਈ ਗੱਲ। ਮਤਲਬ ਕਹਿਣ ਦਾ ਮਤਲਬ ਵੀ ਦਿਮਾਗ ਜਿਹੜਾ ਹੈ ਨਾ, ਉਹ ਲੜਾਈ ਝਗੜਿਆਂ ਨੂੰ ਉੱਧਰ ਹੀ ਚੱਲਦਾ ਇਨਸਾਨ ਦਾ। ਉਹ ਦੇਖੋ ਕਿੰਨੀ ਤਰੱਕੀ ਕਰ ਲਈ ਇਨਸਾਨ ਨੇ, ਦੁਨੀਆ ਭਰ ਦੇ ਕਿੰਨੇ ਔਜ਼ਾਰ, ਕਿੰਨੇ ਸਾਇੰਸ ਦੀਆਂ ਕਾਢਾਂ ਕੱਢ ਲਈਆਂ, ਤਾਂ ਜਿਹੜੀ ਮਲੇਸ਼ ਬੁੱਧੀ ਹੈ ਨਾ, ਮਲੇਸ਼ ਬੁੱਧੀ ਇਨਸਾਨ ਦਾ ਖੂਨ ਪੀਣ ਦੀ ਜਿਹੜੀ ਆ ਉਹ ਨਹੀਂ ਚੜੀ। ਉਹਦੇ ਲਈ ਧਰਮ ਬਣਾ ਲਿਆ, ਧਰਮ ਬਣਾਏ ਤਾਂ ਚੰਗੀ ਗੱਲ ਨਹੀਂ ਸੀਗੀ, ਪਰ ਧਰਮ ਦੇ ਨਾਂ ਤੇ ਦੁਨੀਆ ਭਰ 'ਚ ਜਿਹੜੀਆਂ ਕਿੰਨੀਆਂ ਮੌਤਾਂ ਹੋਈਆਂ, ਕਿੰਨਾ ਵੱਧ ਵਟਾਂਗਾ ਹੋਇਆ, ਕਿੰਨੀਆਂ ਲੜਾਈਆਂ ਹੋਈਆਂ ਧਰਮ ਦੇ ਨਾਂ ਤੇ। ਧਰਮ ਦੇ ਨਾਂ ਤੇ ਭਲਾ ਕਰਨਾ ਚਾਹੀਦਾ ਸੀ, ਰਾਈਟ, ਲੇਕਿਨ ਉਹਦੇ ਨਾਂ ਤੇ ਭਲਾ ਹੋਣ ਦੀ ਬਜਾਏ
ਉਹਦੇ ਨਾਂ ਤੇ ਗਲਤ ਕੰਮ ਕੀਤੇ। ਸੋ ਉਹਨੂੰ ਮਿਸਯੂਜ਼ ਕਰਕੇ ਈਵਨ ਸਿੱਖ ਧਰਮ ਆਇਆ ਜਿੱਦਾਂ ਕਹਿੰਦੇ ਵੀ ਗ੍ਰੈਜੂਏਸ਼ਨ ਹੀ ਹੋਵੇ, ਪਹਿਲਾਂ ਬੰਦਾ ਪੰਜਵੀਂ ਜਮਾਤ ਪੜ੍ਹਦਾ ਫਿਰ ਦਸਵੀਂ ਪੜ੍ਹਦਾ ਫਿਰ ਹੌਲੀ ਹੌਲੀ ਉਹ ਗ੍ਰੈਜੂਏਟ ਪੜ੍ਹਦਾ ਹੋ ਜਾਂਦਾ 14ਵੀਂ। ਇਹ ਸਭ ਤੋਂ ਬਾਅਦ ਧਰਮ ਆਇਆ, ਜਿੱਦਾਂ ਵੀ ਜਿਹੜੀ ਚੀਜ਼ ਬਾਅਦ ਚ ਆਉਂਦੀ ਹੋਵੇ ਵੀ ਐਂਡ ਤੇ ਆ ਕੇ ਗ੍ਰੈਜੂਏਟ ਹੋ ਜਾਂਦਾ ਨਾ ਬੰਦਾ, ਤੇ ਇਹ ਗ੍ਰੈਜੂਏਸ਼ਨ ਵਾਲੀ ਸਟੇਜ ਆ। ਦੂਜੇ ਜਿਹੜੇ ਉਹਨੇ ਜਿੰਨੀਆਂ ਗੱਲਾਂ ਵਧੀਆਂ ਪਈ ਥੋੜੀਆਂ ਘੱਟ ਸੀ, ਕਈ ਗੱਲਾਂ ਕਰੂੜ ਵੀ ਹੁੰਦੀਆਂ, ਉਹ ਬਾਅਦ ਚ ਆਇਆ। ਇਹਨਾਂ ਨੇ ਵੀ ਘੱਟ ਨਹੀਂ ਕੀਤੀ, ਇਹਦੇ ਵਿੱਚ ਵੀ ਬੰਦੇ ਉੱਦਾਂ ਦੇ ਜਿਹੜੇ ਤੋੜ ਮਰੋੜ ਕੇ, ਹਾਲਾਂਕਿ ਸਰਦਾ ਭਲਾ ਮਰੋੜ ਵਾਲੀ ਗੱਲ ਕੀਤੀ ਗਈ ਆ, ਪਰ ਤੋੜ ਮਰੋੜ ਕੇ ਉਹਨੂੰ ਉਹਦਾ ਗਲਤ ਇਸਤੇਮਾਲ ਕਰਨ ਵਾਲੇ ਬੰਦੇ ਇਹਨਾਂ 'ਚ ਕਿਹੜੇ ਹੈ, ਇਹਨਾਂ 'ਚ ਵੀ ਪੈਦਾ ਹੋ ਗਿਆ ਜਿਹੜਾ ਕਿ ਉਹਦਾ ਹੀ ਨਾਂ ਲੈ ਕੇ, ਆਪਣੀ ਧਰਮ ਕਿਤਾਬ ਦਾ ਨਾਂ ਲੈ ਕੇ, ਉਹਦੇ 'ਚੋਂ ਉੱਦਾਂ ਦੀ ਗੱਲਾਂ ਕੱਢ ਕੇ ਉਹਦਾ ਮਿਸਯੂਜ਼ ਕਰਕੇ ਦੂਜਿਆਂ ਨੂੰ ਮਾਰਦੇ ਆ। ਆ ਜਦੋਂ ਪਿੱਛੇ ਲੜਾਈ ਚੱਲੀ ਸੀ, ਜਦੋਂ ਖਾਲਿਸਤਾਨ ਦਾ ਹੋਣਾ ਪਿਆ ਸੀ, ਹਿੰਦੂਆਂ ਨੂੰ ਕੱਢ ਕੇ ਮਾਰਦੇ ਸੀ ਬੱਸਾਂ 'ਚੋਂ, ਰਾਈਟ? ਤੋ ਉਹ ਉਹਦੀ ਕੀ ਜਸਟੀਫਿਕੇਸ਼ਨ? ਕੋਈ ਜਸਟੀਫਿਕੇਸ਼ਨ ਥੋੜ੍ਹੀ ਹੈ, ਕਿਹੜਾ ਧਰਮ ਤੁਹਾਨੂੰ ਉਸ ਗੱਲ ਦੀ ਜਾਂਚ ਦਿੰਦਾ ਬਈ? ਮੁਸਲਮਾਨਾਂ ਦੀ ਤਾਂ ਗੱਲ ਪੈਣੀ ਹੋ ਗਈ ਹੁਣ, ਆ ਜਿਹੜੀ ਤੁਸੀਂ ਹੁਣ ਕਰਤੂਤਾਂ ਕੀਤੀਆਂ ਉਹਦੀ ਜਾਂਚ ਕਿੱਥੇ ਆ? ਕਿੱਥੇ ਜਸਟੀਫਿਕੇਸ਼ਨ ਉਹਦੀ? ਕਿਹੜੀ ਬੁੱਕ 'ਚ ਆ? ਕਿਹੜੇ ਧਰਮ ਗ੍ਰੰਥ 'ਚ ਆ? ਹੈ ਕਿਤੇ? ਮਤਲਬ ਕਹਿਣ ਦਾ, ਇਨਸਾਨ ਨੇ ਜਦੋਂ ਮਲੇਸ਼ ਬੁੱਧੀ ਜੇ ਉਹਦੀ ਹੋ ਗਈ ਨਾ, ਜੇ ਉਹਨੇ ਆਪਣੀਆਂ ਕਰਤੂਤਾਂ ਨੂੰ ਜਸਟੀਫਾਈ ਕਰਨਾ ਉਹਨੇ ਕਰ ਹੀ ਲੈਣਾ, ਚਾਹੇ ਕਿਸੇ ਧਰਮ ਕਿਤਾਬ ਦੇ ਨਾਂ 'ਤੇ ਕਰੇ, ਚਾਹੇ ਕਿਸੇ ਲੀਡਰ ਦੇ ਫਰਮਾਨ ਦੇ ਨਾਂ 'ਤੇ ਕਰੇ, ਕਿਸੇ ਵੱਲੋਂ ਹੁਕਮਨਾਮਾ ਆ ਗਿਆ ਜਾਂ ਕਿਸੇ ਵੱਲੋਂ ਫਤਵਾ ਆ ਗਿਆ, ਰਾਈਟ? ਜਾਂ ਈਡਿਕਟ, ਇਹਨੂੰ ਆਪਾਂ ਇੰਗਲਿਸ਼ ਈਡਿਕਟ ਕਹਿੰਦੇ ਹਾਂ, ਰਿਲੀਜੀਅਸ ਈਡਿਕਟ ਆ ਗਈ ਉਹਦੇ ਵੱਲੋਂ, ਫਤਵਾ ਫਤਵਾ ਜਾਂ ਹੁਕਮਨਾਮਾ ਗੱਲ ਕੋਈ ਆ, ਕੋਈ ਫਰਮਾਨ ਆ ਗਿਆ ਕਿਸੇ ਲਈ, ਉਹ ਜਸਟੀਫਿਕੇਸ਼ਨ ਲਈ ਉਹਨੇ ਕੋਈ ਨਾ ਕੋਈ ਢੰਗ ਤਰੀਕਾ ਲੱਭ ਲੈਣਾ, ਪਰ ਬੁੱਧੀ ਨਹੀਂ ਬਦਲੀ। ਇਹ ਬਹੁਤ ਅਫਸੋਸ ਦੀ ਗੱਲ ਆ। ਤੇ ਸਭਿਅਤਾ ਇਨਸਾਨ ਦੀ ਦੇਖੋ ਜਿੱਥੇ ਤੱਕ ਸ੍ਰਿਸ਼ਟੀ ਦਾ ਪਤਾ, 10,000 ਸਾਲ ਪੁਰਾਣੀ ਤਾਂ ਹੈਗੀ ਆ, ਜਿਹੜੀ ਨੋਨ ਹਿਸਟਰੀ ਆ, ਇੰਡੀਆ ਨੂੰ ਚਾਈਨਾ ਨੂੰ ਜੋ ਪੁਰਾਣੀਆਂ ਸਭਿਅਤਾਵਾਂ ਗਿਣੀਆਂ, ਰਾਈਟ? ਜਿੱਥੇ ਪਹੁੰਚ ਗਿਆ ਇਨਸਾਨ, ਮੰਗਲ ਦੇ ਉੱਤੇ ਕਲੋਨੀਆਂ ਬਣਾਉਣ ਵਾਸਤੇ ਅਮਰੀਕਾ 'ਚ ਇਸ ਵੇਲੇ ਤਿਆਰੀ ਹੋ ਰਹੀ ਆ, ਇੱਥੇ ਬਹੁਤ ਸਾਰੇ ਜਿੱਦਾਂ ਉਹਦੇ ਲਈ ਮਕਾਨ, ਉਹਦੇ ਲਈ ਪਹਿਲਾਂ ਰੈਡੀਮੇਡ ਚੌਕਤੇ ਤਿਆਰ ਕੀਤੇ ਜਾ ਰਹੇ, ਬਣ ਰਹੇ ਮੂਨ ਵਾਸਤੇ ਵੀ ਬਣ ਰਿਹਾ, ਜਿੱਥੇ ਕਲੋਨੀਆਂ ਬਣਨੀਆਂ, ਮੰਗਲ 'ਤੇ ਕਲੋਨੀਆਂ ਬਣਨੀਆਂ, ਕਿੱਥੇ ਕਿੱਥੇ ਇਨਸਾਨ ਨੇ ਪਹੁੰਚ ਜਾਣਾ। ਪਰ ਆ ਜਿਹੜੀ ਮਲੇਸ਼ ਬੁੱਧੀ ਵਾਲਾ ਕੰਮ ਆ, ਇਨਸਾਨ ਨੂੰ ਤਬਾਹ ਕਰਨ ਦਾ, ਮਿਲੀਅਨ ਦੀ ਗਿਣਤੀ, ਉਹ ਨਹੀਂ, ਉਹ ਉਹਦੇ 'ਚ ਤਬਦੀਲੀ ਨਹੀਂ ਆਈ ਹੋਈ, ਨਾ ਹਜੇ ਹੋਣ ਦੀ ਕੋਈ ਬਹੁਤ ਜ਼ਿਆਦਾ ਸੰਭਾਵਨਾ ਹੈ। ਸਿਰਫ ਡਰਦੇ ਮਾਰੇ ਨਹੀਂ ਕਰ ਰਹੇ ਇੱਕ ਦੂਜੇ 'ਤੇ, ਐਟਮੀ ਬੰਬਾਂ ਤਾਂ ਦੋਏ ਧਿਰਾਂ, ਮੈਰਿਟ ਦੀ ਥਿਊਰੀ ਜਿਹੜੀ ਆ, ਰਾਈਟ, ਮਿਊਚੁਅਲ ਅਸ਼ੋਰ ਡਿਸਟਰਕਸ਼ਨ ਤੋਂ ਡਰਦੇ ਨਹੀਂ ਕਰ ਰਹੇ। ਅਦਰਵਾਈਜ਼ ਇਨਸਾਨ ਕੋਈ ਢਿੱਲ ਨਾ ਕਰੇ, ਮਤਲਬ ਹਾਲਤ ਆ। ਸੋ ਬੜੇ ਅਫਸੋਸ ਦੀ ਗੱਲ ਆ। ਆਪਾਂ ਇਹ ਆ ਕਿ ਪਰਮਾਤਮਾ ਅੱਗੇ ਪ੍ਰੇਅਰ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ। ਕਈ ਲੋਕ ਕਹਿੰਦੇ ਸਿਆਣੇ ਜਿਹੜੀ ਸਮੂਹਕ ਅਰਦਾਸ ਕੀਤੀ ਆ ਲੱਖਾਂ ਦੀ ਗਿਣਤੀ 'ਚ, ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਸ਼ਕਤੀ ਹੋ ਨਿਬੜਦੀ ਹੈ, ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਵੀ ਉੱਦਾਂ ਹੀ ਹੋ ਜਾਂਦੀਆਂ। ਤੇ ਵਾਹਿਗੁਰੂ ਅੱਗੇ, ਪਰਮਾਤਮਾ ਅੱਗੇ ਅਰਦਾਸ ਕਰੋ ਸਾਰੇ ਰਲ ਕੇ ਵੀ ਇਹ ਜਿਹੜਾ ਕਾਰਾ ਹੋਵੇ ਨਾ, ਇਹ ਭਾਣਾ ਵਰਤੇ ਹੀ ਨਾ। ਇਸ ਗੱਲ 'ਚ ਹੀ ਸਿਰਫ ਪੰਜਾਬ ਦਾ ਹੀ ਭਲਾ ਨਹੀਂ, ਸਿਰਫ ਹਿੰਦੁਸਤਾਨ ਪਾਕਿਸਤਾਨ ਦਾ ਹੀ ਭਲਾ ਨਹੀਂ, ਇਨਸਾਨੀਅਤ ਦਾ ਭਲਾ ਹੈ ਇਸ ਗੱਲ 'ਚ ਹੈਗਾ, ਕਿਉਂਕਿ ਦੋਨੇ ਐਟਮੀ ਸ਼ਕਤੀਆਂ ਹੈਗੀਆਂ। ਕਿਉਂਕਿ ਇਹ ਜੰਗ ਜਿਹੜੀ ਹੈ ਕਨਵੈਨਸ਼ਨ ਜੰਗ ਨਹੀਂ ਰਹਿਣੀ, ਇਸ ਗੱਲ ਦੀ ਸੰਭਾਵਨਾ ਹੈਗੀ ਆ ਕਾਫੀ ਵੀ ਇਹ ਬਦਲ ਵੀ ਸਕਦੀ ਹੈ, ਪੋਸੀਬਿਲਿਟੀ ਆ, ਜੋ 100% ਬੇਸ਼ੱਕ ਗਰੰਟੀ ਨਹੀਂ ਆ ਵੀ ਬਦਲ ਜਾਊਗੀ ਐਟਮੀ ਲੜਾਈ 'ਚ, ਪਰ ਸੰਭਾਵਨਾ ਹੈਗੀ ਉਸ ਗੱਲ ਦੀ, ਇਟਸ ਪੋਸੀਬਲ, ਹੋ ਸਕਦੀ ਹੈ। ਇਸ ਕਰਕੇ ਪਰਮਾਤਮਾ ਅੱਗੇ ਅਰਦਾਸੀ ਕਰਦੇ ਹਾਂ, ਬੇਨਤੀ ਕਰਦੇ ਹਾਂ, ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਲੀਡਰਾਂ ਨੂੰ, ਇਹਨਾਂ ਲੋਕਾਂ ਨੂੰ, ਸਾਰਿਆਂ ਨੂੰ, ਇਹਨਾਂ ਨੂੰ ਸੁਨੱਤੀ ਬਖਸ਼, ਰਾਈਟ, ਅਤੇ ਦੁਨੀਆਂ ਨੂੰ ਇਸ ਕਰੋਪੀ ਤੋਂ ਬਚਾ। ਸੋ ਇਸ ਦੇ ਨਾਲ ਹੀ ਦੋਸਤੋ, ਅਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਆ ਇਹ ਸਮਾਪਤ ਕਰਨ ਜਾ ਰਹੇ ਹਾਂ, ਅਤੇ ਤੁਹਾਡੇ ਵਾਸਤੇ ਅਗਲੇ ਹਫ਼ਤੇ ਅਸੀਂ ਕਵੀ ਦਿਵਸ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਅਸੀਂ ਤਾਂ ਦੇਖੋ ਜਿਹੜੇ ਅੱਜ ਤੋਂ 18 ਸਾਲ ਪਹਿਲਾਂ ਜਿਹੜੇ ਪੰਜਾਬੀ ਮੰਚ ਦੇ ਮੋਟੋ ਵੀ ਬਣਾਏ ਹੋ, ਉੱਤੇ ਸਤਿ ਸ਼੍ਰੀ ਅਕਾਲ, ਨਮਸਕਾਰ, ਰਾਈਟ, ਉਹ ਸਾਰਾ ਕੁਛ ਲਿਖਿਆ ਹੈ, ਸਲੋਮ, ਉਦੋਂ ਵੀ ਜਦੋਂ ਸ਼ੁਰੂਆਤ ਕੀਤੀ ਉਦੋਂ ਵੀ ਇਹੀ ਲਿਖਿਆ ਸੀ। ਈਵਨ ਹੁਣ ਵੀ ਆ ਜਿਹੜੇ ਨਵੇਂ ਨਵੇਂ ਵੀਡੀਓ ਦੀ ਸ਼ਕਲ ਵਿੱਚ ਵੀ ਅਸੀਂ ਬਣਾਏ ਨੇ, ਜਿਹੜੇ ਆਪਣਾ ਮਿਊਜ਼ਿਕ ਵਗੈਰਾ ਆ ਸਾਰਾ ਜਿਹੜੇ ਐਨੀਮੇਸ਼ਨ ਬਣਾਈ ਆ, ਹੁਣ ਵੀ ਉੱਦਾਂ ਦੀ ਬਣਾਈ ਆ। ਅਸੀਂ ਤਾਂ ਮਤਲਬ ਸਾਡਾ ਧਰਮ ਇਹ ਗੱਲ ਕਹਿੰਦਾ, ਸਰਬੱਤ ਦਾ ਭਲਾ ਮੰਗਣ ਵਾਲੇ ਹੀ ਹੈ। ਇਸ ਕਰਕੇ ਅਸੀਂ ਜੇ ਹੋਰ ਕੁਛ ਨਹੀਂ ਕਰ ਸਕਦੇ ਤਾਂ ਅਰਦਾਸ ਜ਼ਰੂਰ ਕਰਦੇ ਹਾਂ ਵਾਹਿਗੁਰੂ ਪਰਮਾਤਮਾ ਅੱਗੇ, ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹਨਾਂ ਨੂੰ, ਸਾਡੇ ਲੀਡਰਾਂ ਨੂੰ, ਇਹਨਾਂ ਸਾਰਿਆਂ ਨੂੰ ਸਮਰਥ ਬਖਸ਼। ਓਕੇ ਦੋਸਤੋ, ਅਗਲੇ ਹਫ਼ਤੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੁੰਦੇ ਹਾਂ। ਉਦੋਂ ਤੱਕ ਪੰਜਾਬੀ ਮੰਚ ਨੂੰ ਅਤੇ ਸਾਡੇ ਸਾਰੇ ਦੋਸਤਾਂ ਨੂੰ, ਉਹਨਾਂ ਨੂੰ ਯਾਦ ਕਰੋ। ਥੈਂਕ ਯੂ। Oh,